ਜੋਕ ਤੋਂ ਉਪਰ ਨਾ ਜਿਸ ਵੇਲੇ 6:55 ਦਾ ਟਾਈਮ ਹੈ ਮੈਨੂੰ ਹੁਣ ਤੱਕ ਯਾਦ ਹੈ ਕਿ ਰਾਜੀਵ ਗਾਂਧੀ ਸੋਨੀਆ ਗਾਂਧੀ ਦੇ ਨਾਲ ਸੋਨੀਆ ਗਾਂਧੀ ਨੇ ਸਟੜੀਆਂ 6:55 ਸਵੇਰੇ ਸਵੇਰੇ 6:55 ਦਾ ਜਿਸ ਵੇਲੇ ਉਹ ਅੰਦਰ ਆ ਰਿਹਾ ਸੋਨੀਆ ਗਾਂਧੀ ਨੇ ਸਾੜੀ ਪਹਿਨੀ ਹੋਇਆ ਤੇ ਇਹ ਤਿੰਨ ਬੰਦਿਆਂ ਦਾ ਗਰੁੱਪ ਸੀਗਾ ਇਹ ਸੋਨੀਆ ਗਾਂਧੀ ਰਾਜੀਵ ਗਾਂਧੀ ਤੇ ਇਹਦੇ ਨਾਲ ਸੀਗਾ ਰਾਮਪੂਰੀ ਆ ਊਮਪੂਰੀ ਐਸਾ ਕੁਝ ਉਹ ਰਾਮਪੂਰੀ ਸੌਰੀ ਕਿ ਰਾਜੀਵ ਗਾਂਧੀ ਨੇ ਦੱਸਿਆ ਕਿ ਮੇਰੇ ਕੰਨ ਦੇ ਕੋਲ ਨੂੰ ਜਿਹੜੀ ਗੋਲੀ ਲੰਕ ਗਈ ਹੈ ਇਸ ਤਰ੍ਹਾਂ ਔਰ 12 ਬੋਰ ਦੀ ਫਾਇਰ ਮੇਰੇ ਉੱਤੇ ਹੋਈ ਹੈ ਉਹਨੂੰ ਆਵਾਜ਼ ਦੀ ਵੀ ਪਹਿਚਾਨ ਸੀ ਕਿ ਬਾਰਬੋਰ ਦੀ ਫਾਇਰ ਦੀ ਆਵਾਜ਼ ਆਹੇ ਔਰ ਕੰਨ ਦੇ ਬਿਲਕੁਲ ਮੇਰੇ ਕੋਲ ਲਗੀ। ਅਭੀ ਇਹਦਾ ਮਤਲਬ ਕਿਉਂਕਿ ਮੈਂ ਉਹਦੇ ਸਿਰ ਦਾ ਨਿਸ਼ਾਨਾ ਇਸ ਕਰਕੇ ਬਣਾਇਆ ਸੀਗਾ ਕਿਉਂਕਿ ਮੈਨੂੰ ਪਤਾ ਸੀ ਉਹਨੇ ਬੁਲਟ ਜਿਹੜੀ ਪ੍ਰੋਫਟ ਜਿਹੜੀ ਜੈਕਟ ਪਹਿਨੀ ਹੋਇਆ। ਅਗਰ ਮੈਂ ਉਹਦੀ ਛਾਤੀ ਤੇ ਨਿਸ਼ਾਨਾ ਬਣਾ ਕੇ ਚਲਾਉਣਾ ਤਾਂ ਉਹਦੀ ਜਿਹੜੀ ਬੁਲਟ ਪ੍ਰੂਫ ਜੈਕਟ ਆ ਉਹ ਗੋਲੀ ਅੰਦਰ ਨਹੀਂ ਲੰਘਣ ਦੇ ਜੀ। ਤਾਂ ਉਹਦਾ ਨਤੀਜਾ ਸੀ ਜਿਹੜਾ ਜਿਸ ਵੇਲੇ ਇੰਦਰਾ ਗਾਂਧੀ ਦਾ ਸੋਧਾ ਲੱਗਿਆ ਤਾ ਉਹ ਲੋਕਾਂ ਦਾ ਜਿਹੜਾ ਵਿਦਰੋਹ ਸੀ ਉਹਨੂੰ ਜਾਣ ਬੁੱਝ ਕੇ ਪ੍ਰਚਾਰਿਆ ਗਿਆ ਭੜਕਾਇਆ ਗਿਆ ਕਿ ਖੂਨ ਦਾ ਬਦਲਾ ਖੂਨ ਕੁਝ ਇਤੋਂ ਤੱਕ ਕਿ ਜਿਹੜੇ ਫਿਲਮੀ ਸੈਲੀਬ੍ਰਿਟੀ ਲੱਗਦਾ ਕਿ ਉਹ ਮਿਸਲੀਡ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਸ਼ਰੀਆਮ ਮਿਸਲੀਡ ਕੀਤਾ ਗਿਆ ਇੱਕ ਤਾਰੀਖ ਨੂੰ ਵੀ ਕੋਈ ਵੀ ਇੱਕ ਵੀ ਕਤਲ ਦਿੱਲੀ ਦੇ ਵਿੱਚ ਨਹੀਂ ਹੋਇਆ 31 ਤਾਰੀਖ ਨੂੰ ਨਹੀਂ ਹੋਇਆ 1 ਤਾਰੀਖ ਨੂੰ ਨਹੀਂ ਹੋਇਆ ਤੋ ਇਹ ਬੜੀ ਕਿਨੇ ਮਿੱਥੀ ਸਾਜ ਦੇ ਅਧੀਨ ਹੋਇਆ ਔਰ ਇਹ 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 ਚੀਜ਼ਾਂ ਨੇ ਤੁਹਾਡੇ ਉੱਤੇ ਇੰਪੈਕਟ ਕੀਤਾ ਤੁਸੀਂ ਐਡਾ ਜਿਹੜਾ ਇੱਕ ਚੀਜ਼ ਸੋਚੀ ਕਿ ਮੈਂ ਹਮਲਾ ਕਰਾਂਗਾ ਮੈਂ ਆਪਣਾ ਗੁੱਸਾ ਜ਼ਾਹਰ ਕਰਾਂਗਾ 84 ਦੇ ਜਦੋਂ ਇਹ ਕਤਲੇਆਮ ਹੋਇਆ ਮੈਂ ਜਿਸ ਵੇਲੇ ਬਚਿਆ ਤਾਂ ਮੈਂ ਬਾਥਰੂਮ ਦੇ ਵਿੱਚ ਸੀ ਮੈਨੂੰ ਇਹ ਮੇਰੇ ਨਾਲ ਦਾ ਜਿਹੜਾ ਦੋਸਤ ਸੀਗਾ ਇਹਨਾਂ ਨੇ ਇਦਾਂ ਹੀ ਜੋਗਾ ਜਲਾ ਦਿੱਤਾ ਸੀ ਉੱਪਰ ਕੋਠੇ ਤੋਂ ਫੁੱਟਦੇ ਹੋਣ ਕਿ ਆਪ ਹੁੰਦੀ ਸੀ ਕਿ ਦੇਖਿਆ ਤੁਸੀਂ ਇਹ ਸਭ ਨਹੀਂ ਮੈਂ ਉਸ ਵੇਲੇ ਬਾਥਰੂਮ ਦੇ ਵਿੱਚ ਨਾ ਚਲਾ ਗਿਆ ਸੀ ਅਸੀਂ ਦੋਨਾਂ ਨੇ ਵਾਲ ਕਰਵਾਏ ਹਲੇ ਉਹ ਕਟਵਾ ਕੇ ਸੀ ਹਟੇ ਸੀਗੇ ਤਾ ਉਸੇ ਵੇਲੇ ਇਹ ਨਾਲ ਦੀ ਨਾਲ ਅਟੈਕ ਜਿਹੜਾ ਸ਼ੁਰੂ ਹੋ ਗਿਆ ਅੱਛਾ ਜਦੋਂ ਇਹ ਇਨਸੀਡੈਂਟ ਹੋਇਆ ਤੁਸੀਂ ਆਪਣਾ ਸਰੂਪ ਛੁੱਟਤੀ ਆਪਣੀ ਜਾਨ ਬਚਾਉਣ ਦੇ ਲਈ ਸਰੂਪ ਆਪਣਾ त्यागਿਆ ਸੀ ਹਾਂਜੀ ਹਾਂਜੀ ਤਾਂ ਮੈਂ ਜਦੋਂ ਦੇਖਿਆ ਕਿ ਜ਼ਿੰਦਗੀ ਬਹੁਤ ਛੋਟੀ ਹੈ ਇਹ ਕਿਸੇ ਵੀ ਬੰਦੇ ਦੇ ਤੇ ਸਲਿੱਪ ਕਰ ਜਾਂਦੀ ਹੈ ਇਹ ਬਾਣਾ ਪਰਮਾਤਮਾ ਦਾ ਹੀ ਲਾਲੋ ਔਰ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਪਲਾਨ ਕਿਵੇਂ ਕੀਤਾ ਤੁਸੀਂ ਪੰਜਾਬ ਵਾਪਸ ਆਏ ਔਰ ਉਸ ਤੋਂ ਬਾਅਦ ਪਲਾਨ ਕੀਤਾ ਇਹ ਸਾਰਾ ਕੁਝ ਜਿਹੜਾ ਤੁਸੀਂ ਉੱਥੇ ਵਾਰਤਾਤ ਕਰਨੀ ਸੀ ਰਾਜਕਾੜ ਦੇ ਉੱਤੇ ਤਮੈਂ ਡੇਲੀ ਉਥੇ ਜਿਹੜਾ ਰਾਜਕਾਟ ਹੈ ਉਹਦੇ ਉਹਦੀ ਮਤਲਬ ਸੀਆਈਡੀ ਦੇਖਣ ਜਾਂਦਾ ਸੀ ਆ ਪਹਿਲਾਂ ਮੈਂ ਲਾਲ ਕਿਲੇ ਵੀ ਜਿਹੜੀ ਸਕੀਮ ਲਾਈ ਹੋਈ ਸੀ ਕਿ ਮੈਂ ਲਾਲ ਕਿਲੇ ਜਾਵਾਂਗਾ ਪਰ 15 ਅਗਸਤ ਨੂੰ ਮੈਂ ਜਿਹੜਾ ਨੋਟ ਕੀਤਾ ਵੀ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਤਾਂ ਉਥੋਂ ਮੈਂ ਨਿਰਾਸ਼ ਹੋ ਕੇ ਲਾਲ ਲਾਲ ਕਿਲੇ ਤੋਂ ਜਦੋਂ ਵਾਪਸ ਆਇਆ ਦਰੀਆ ਦਰੀਆ ਗੰਦੇ ਪਿਛਲੇ ਪਾਸੇ ਤੁਸੀਂ ਤੁਸੀਂ ਵਾਰਤਾਤ ਕਰਨ ਤੋਂ ਪਹਿਲਾਂ ਹੋਵਰ ਕਰਦੇ ਸੀਗੇ ਰੇਕੀ ਕਰਦੇ ਸੀ ਸਾਰੀ ਰੇਕੀ ਕਰਦੇ ਸੀ ਬਿਲਕੁਲ ਜੀ ਕਿਉਂਕਿ ਇਹ ਕੋਈ ਇਹ ਸਮਝੋ ਕਿ ਛੋਟਾ ਮੋਟਾ ਕੰਮ ਨਹੀਂ ਸੀ ਦੇ ਦੇ ਪ੍ਰਧਾਨ ਮੰਤਰੀ ਦਾ ਪਿੱਛਾ ਕਰਨਾ ਉਹਦੀ ਪੈੜ ਨਪਣਾ ਕੋਈ ਛੋਟੀ ਮੋਟੀ ਗੱਲ ਸਿਕਿਉਰਟੀ ਕਵਰ ਬਹੁਤ ਜ਼ਿਆਦਾ ਹੁੰਦਾ ਪੈੜ ਪੈੜ ਦੇ ਉੱਤੇ ਬਿਲਕੁਲ ਜੀ ਸਿਕਿਉਰਟੀ ਇੰਨੀ ਜ਼ਿਆਦਾ ਸੀ ਕਿ ਉਹ ਦੁਨੀਆ ਦੀ ਟਾਪ ਸਿਕਿਉਰਟੀ ਸੀ ਈਵਨ ਸਾਰੀ ਦੁਨੀਆ ਦੇ ਜਿੰਨੇ ਟਾਪ ਜਿਹੜੇ ਜਿਹੜੇ ਰੂਲਰਸ ਨੇ ਉਹਨਾਂ ਨੂੰ ਕਾਪੀ ਕਰਕੇ ਉਹਨਾਂ ਦਾ ਮਿਕਸ ਅਪ ਕਰਕੇ ਇਹਦੀ ਜਿਹੜੀ ਰਿਜੀਮ ਗੱਦੀ ਦੀ ਸਿਕਿਉਰਿਟੀ ਬਣਾਈ ਜਾਂਦੀ ਸੀ ਔਰ ਉਹਨਾਂ ਸਾਰੀਆਂ ਗੱਲਾਂ ਨੂੰ ਮੈਂ ਨੋਟ ਕਰ ਰਿਹਾ ਜੀ ਬਾਚ ਕਰ ਰਿਹਾ ਸੀ ਕਿ ਇਹਨਾਂ ਸਾਰਿਆਂ ਦਾ ਤੋੜ ਭੰਨ ਕੇ ਮੈਂ ਜਿਹੜਾ ਮਤਲਬ ਗੁਰੂ ਦੀ ਆਸ਼ੀਰਵਾਦ ਨਾਲ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸਿਕਿਉਰਿਟੀ ਭੰਨੀ ਆ ਇਹ ਗੁਰੂ ਦਾ ਆਸ਼ੀਰਵਾਦੀ ਮੇਰੇ ਤੇ ਗੁਰੂ ਦਾ ਹੱਥ ਸੀ ਕਿ ਮੈਂ ਦੁਸ਼ਮਣ ਨੂੰ ਦਿਖਾ ਦਿੱਤਾ ਕਿ ਜੇ ਦੁਸ਼ਮਣ ਸਾਡਾ ਜਿਉਂਦਾ ਹੈ ਤਾਂ ਸਿੱਖ ਕੌਮ ਦੇ ਰਹਿਮ ਕਰਨ ਦੇ ਜਿਉਂਦਾ ਹੈ ਬਿਲਕੁਲ ਕਿਉਂਕਿ 1984 ਦੇ ਵਿੱਚ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਹੋਇਆ ਔਰ ਉਸ ਤੋਂ ਬਾਅਦ 1.5 ਸਾਲ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਇਹ ਘਟਨਾਕਰਮ ਹੋਣਾ ਕਿਉਂਕਿ ਉਦੋਂ ਸਿਕਿਉਰਟੀ ਹੋਰ ਜ਼ਿਆਦਾ ਕਵਰ ਉਹਨਾਂ ਨੂੰ ਮਿਲ ਗਿਆ ਹੋਊਗਾ ਬਿਲਕੁਲ ਜੀ ਬਿਲਕੁਲ 2 ਅਕਤੂਬਰ ਨੂੰ ਜਿਸ ਵੇਲੇ 6:55 ਦਾ ਟਾਈਮ ਹੋਇਆ ਮੈਨੂੰ ਹੁਣ ਤੱਕ ਯਾਦ ਹੈ ਕਿ ਰਜੀਵ ਗਾਂਧੀ ਸੋਨੀਆ ਗਾਂਧੀ ਦੇ ਨਾਲ ਸੋਨੀਆ ਗਾਂਧੀ ਨੇ ਸੜੀਆਂ 6:55 ਸਵੇਰੇ ਸਵੇਰੇ 6:55 ਉਹ ਕਹਿੰਦਾ ਇਹਨੂੰ ਇਦਾਂ ਦਾ ਕਰ ਦੋ ਵੈਸੇ ਦੀ ਸੋਚ ਸਿੱਖ ਖਤਮ ਹੋ ਜਾ ਡੈਡ ਡੈਡ ਹੋ ਜਾਏਗੀ ਉਹ ਸਾਹਮਣੇ ਇਹ ਗੱਲਾਂ ਕਈਆਂ ਹਾਂਜੀ ਹਾਂਜੀ ਬਿਲਕੁਲ ਉਹਨੂੰ ਐਸੀ ਸ਼ਹਿਰ ਦੇਖਾ ਉਹ ਤੋਂ ਤੁਹਾਡੀ ਆਇਡੈਂਟੀਟੀ ਹੋ ਚੁੱਕੀ ਸੀ ਕਿ ਤੁਸੀਂ ਇੱਕ ਸਿੱਖ ਹੈਗੇ ਹਾਂ 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 ਬਿਲਕੁਲ ਉਹ ਤਾਂ ਹੋ ਚੁੱਕੀ ਸੀ ਫਿਰ ਉਸ ਤੋਂ ਬਾਅਦ ਤੁਸੀਂ 14 ਸਾਲ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ گزارਿਆ 13 ਸਾਲ 7 ਮਹੀਨੇ ਸੌਰੀ ਏਲੀਪੋਸ ਪੰਜਾਬੀ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗगन 베ਦੀ ਤੇ ਅੱਜ ਦੀ ਇਹ ਇੰਟਰਵਿਊ ਬੇहद ਖਾਸ ਹੋਣ ਵਾਲੀ ਹੈ ਤੇ ਅੱਜ ਮੇਰੇ ਨਾਲ ਕਰਮਜੀਤ ਸਿੰਘ ਮੌਜੂਦ ਨੇ ਸੁਨਾਮ ਦੇ ਵਿੱਚ ਅਸੀਂ ਮੌਜੂਦ ਆ ਸ਼ਹੀਦ ਉਦਮ ਸਿੰਘ ਦਾ ਇਹ ਸੁਨਾਮ ਹੈ ਸ਼ਹੀਦ ਉਦਮ ਸਿੰਘ ਦਾ ਇਲਾਕਾ ਵਜਦਾ ਹੈ ਵੈਸੇ ਤਾਂ ਸ਼ਹੀਦ ਉਦਮ ਸਿੰਘ ਦਾ ਸਾਰਾ ਪੰਜਾਬ ਹੈ ਪਰ ਉਦਮ ਸਿੰਘ ਸੁਨਾਮ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਤੇ ਸੁਨਾਮ ਉਦਮ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇੱਕ ਹੋਰ ਸ਼ਖਸ ਆ ਇੱਥੋਂ ਦਾ ਕਰਮਜੀਤ ਸਿੰਘ ਕਹ ਲਿਏ ਜਾਂ ਕਹ ਲਿਏ ਕਿ ਕਰਮਜੀਤ ਸਿੰਘ ਸੁਨਾਮ ਉਸ ਇਨਸਾਨ ਨੇ ਇੱਕ ਸਮੇਂ ਨਾ ਸਿਰਫ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ ਕਰਮਜੀਤ ਸਿੰਘ ਦੇ ਵੱਲੋਂ ਰਾਜੀਵ ਗਾਂਧੀ ਦੇ ਉੱਤੇ ਗੋਲੀਆਂ ਦਾਗੀਆਂ ਗਈਆਂ ਸੀ ਹਾਲਕਿ ਰਜੀਵ ਗਾਂਧੀ ਇਸ ਹਮਲੇ ਦੇ ਵਿੱਚ ਬਚ ਗਏ ਸੀ ਤਿੰਨ ਗੋਲੀਆਂ ਚਲਾਈਆਂ ਗਈਆਂ ਸੀ ਵਿਸਾਰਦੇ ਵਿੱਚ ਕਰਮਜੀਤ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਇਹ ਜਾਣਾਂਗੇ ਕਿ ਇਸ ਸੰਸਲੇਵਾਰ ਕਿਸ ਤਰ੍ਹਾਂ ਇਹ ਸਭ ਕੁਝ ਰਿਹਾ ਕਰਮਜੀਤ ਜੀ ਸਵਾਗਤ ਹੈ ਤੁਹਾਡਾ ਗਗਨਪ੍ਰੀਤ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਸੁਨਾ ਪਹੁੰਚ ਤੇ ਮੈਂ ਸਵਾਗਤ ਕਰਦਾ ਤੇ ਡੇਲੀ ਪੋਸਟ ਪੰਜਾਬੀ ਦੇ ਸਮੂਹ ਦਰਸ਼ਕਾਂ ਨਾ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖੈਰਮਕਦਮ ਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡਾ ਤੁਹਾਡੀ ਜਿਹੜੀ ਇੱਕ ਲਾਈਫ ਵਰਨ ਲੱਗਦਾ ਕਿ ਬਹੁਤ ਉਤਰਾਅ ਚੜਾਪੜੀ ਰਹੀ ਹੈ ਬਹੁਤ ਵੱਡਾ ਤੁਸੀਂ ਇੱਕ ਇੱਕ ਸਟੈਪ ਸੀ ਤੁਹਾਡੇ ਵੱਲੋਂ ਜਿਹੜਾ ਤੁਸੀਂ ਇੱਕ ਰਿਵੋਲਟ ਦਿਖਾਇਆ 1984 ਦੇ ਵਿੱਚ ਜੋ ਸਿੱਖ ਨਸਲ ਕੁਸ਼ੀ ਹੋਏ ਕਤਲੇਆਮ ਹੋਇਆ ਇਹ ਇਹ ਤੁਸੀਂ ਕਿਵੇਂ ਸੋਚਿਆ ਸੀ ਔਰ ਕਿਵੇਂ ਇਸ سلسلے ਵੜ ਗਏ ਸਾਰੇ ਇਹ ਜਗਜਾਹਰ ਗੱਲ ਹੈ ਕਿ ਜਿਨ੍ਹਾਂ ਨੂੰ ਸਰਕਾਰ ਨੇ ਸਿੱਖ ਵਿਰੋਧੀ ਦੰਗੇ ਕਹ ਕੇ ਪ੍ਰਚਾਰਿਆ ਅਸਲ ਵਿੱਚ ਦੰਗੇ ਨਹੀਂ ਸੀ ਇਹ ਸਿੱਖਾਂ ਦੀ ਇੱਕ ਗਿਨੇ ਮਿਥੀ ਕਤਲੇਆਮ ਸੀ ਤਾਂ ਉਹ ਕਤਲੇਆਮ ਲਈ ਸਾਰੀ ਦੁਨੀਆ ਹੀ ਜਾਣਦੀ ਹੈ ਕਿ ਇੱਕੋ ਇੱਕ ਸਖਸ਼ ਜ਼ਿੰਮੇਵਾਰ ਸੀ ਤੇ ਉਹਦੀ ਸਰਕਾਰੀ ਮਸ਼ੀਨਰੀ ਜ਼ਿੰਮੇਵਾਰ ਸੀ ਗਾਰਾਜੀਵ ਗਾਂਧੀ ਹੂੰ ਰਾਜੀਵ ਗਾਂਧੀ ਦੀ ਸ਼ਹਿ ਹੇਟ ਉਹਦੇ ਪਾਲੇ ਹੋਏ ਗੁੰਡਿਆਂ ਨੇ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਮੈਂ ਸਮਝਦਾ ਕਿ ਦੁਨੀਆ ਵਿੱਚ 나ਜ਼ੀਆਂ ਦੇ ਜਿਹੜੇ ਜ਼ੁਲਮਾਂ ਨੂੰ ਲੋਕ ਭੁੱਲ ਜਾਣਗੇ ਜਿਨ੍ਹਾਂ ਨੇ ਉਹ ਦੇਖਿਆ ਹੋਵੇਗਾ ਵੀ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਇਦਾਂ ਔਰ ਉਹਨਾਂ ਨਾਗਰਿਕਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਹ ਬਣਾ ਪਤਾ ਹੋਵੇ ਵੀ ਰਾਜਨੀਤੀ ਕੀ ਹੁੰਦੀ ਹੈ ਜਾਂ ਉਹਨਾਂ ਨੂੰ ਇਹ ਬਣਾ ਪਤਾ ਹੋਵੇ ਸਾਨੂੰ ਮਾਰੇ ਕਿਸ ਲਈ ਜਾ ਰਿਹਾ ਹੈ ਹੂੰ ਸੋ ਐਡਾ ਬੜਾ ਕਤਲੇਆਮ ਹੋਇਆ ਦਿੱਲੀ ਸ਼ਹਿਰ ਦੇ ਵਿੱਚ ਜਾਂ ਹੋਰ 36 ਸ਼ਹਿਰਾਂ ਦੇ ਵਿੱਚ ਤਾਂ ਉਹ ਸਾਰਿਆਂ ਲਈ ਜ਼ਿੰਮੇਵਾਰ ਕਾਂਗਰਸ ਦਾ ਜਿਹੜਾ ਉਸ ਵੇਲੇ ਦਾ ਪ੍ਰਧਾਨ ਮੰਤਰੀ ਸੀ ਜਿਹਨੂੰ ਰਜੀਵ ਗਾਂਧੀ ਕਹਿੰਦੇ ਸਾਰੇ ਆਪਾਂ ਹਾਂ ਤਾਂ ਉਹ ਰਜੀਵ ਗਾਂਧੀ ਤੇ ਉਹਦੇ ਪਾਲਤੂ ਗੁੰਡੇ ਸੀਗੇ ਜਿਨ੍ਹਾਂ ਨੇ ਉਹ ਕਤਲੇਆਮ ਕਰਵਾਇਆ ਤੇ ਮੈਂ ਉਹਦੇ ਲਈ 100% ਉਹਦੇ ਵੀ ਜ਼ਿੰਮੇਵਾਰ ਮੰਨਦਾ ਸੀ ਅੱਜ ਵੀ ਉਹਦੇ ਜਿਹੜੇ ਗੁੰਡਿਆਂ ਨੂੰ ਜ਼ਿੰਮੇਵਾਰ ਮੰਨਦਾ ਜੋ ਉਸ ਵੇਲੇ ਦੀ ਸਰਕਾਰੀ ਸਰਪ੍ਰਸਤੀ ਹਟ ਹੋਇਆ ਬਿਲਕੁਲ ਜਦੋਂ ਜਦੋਂ ਇਹ ਸਾਰਾ ਕੁਝ ਤੁਸੀਂ 2 ਅਕਤੂਬਰ 1986 ਨੂੰ ਇਹ ਸਾਰਾ ਇਨਸੀਡੈਂਟ ਹੋਇਆ ਔਰ ਇਹ ਇਸ ਤੋਂ ਪਹਿਲਾਂ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ ਤੁਹਾਡੀ ਕਿੰਨੀ ਉਮਰ ਸੀ ਤੁਸੀਂ ਪੜ੍ਹਦੇ ਸੀ ਉਦੋਂ ਜੀ ਮੈਂ ਉਸ ਵੇਲੇ ਪ੍ਰਿੰਜਨ ਨੇ ਕੀਤੀ ਹੋਈ ਸੀਗੀ ਹੂੰ ਹੂੰ ਤੇ ਗੁਰੂ ਨਾਨਕ ਇੰਜੀਨੀਅਰ ਕਾਲਜ ਦੇ ਵਿੱਚ ਮੇਰੀ 9% ਦੇ ਉੱਤੇ ਮੇਰੀ ਐਡਮਿਸ਼ਨ ਰਹਿ ਗਈ ਸੀ ਤੇ ਮੈਂ ਫਿਰ ਜਿਹੜਾ ਕੋਰਸਪੋਂਡੈਂਸ ਰਾਹੀਂ Institute of Engineers Kolkata 8 Gokhle Road ਤੋਂ ਜਿਹੜੀ AMI ਡਿਗਰੀ ਕਰ ਰਿਆ ਸੀਗਾ ਹੂੰ ਤੇ ਪਾਰਟ ਟਾਈਮ ਮੈਂ ਕੰਮ ਕਰਦਾ ਸੀ ਤੇ ਨਾਲੇ ਮੈਂ ਸਟੱਡੀ ਵੀ ਕਰ ਰਿਹਾ ਸੀ ਹੂੰ ਤਾਂ ਇਹ ਸਟੱਡੀ ਦੇ ਦੌਰਾਨ ਹੀ ਜਿਸ ਵੇਲੇ ਮੈਂ ਦਿੱਲੀ ਮੈਨੂੰ ਸ਼ਿਫਟ ਕਰਨਾ ਪਿਆ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਬਲੂ ਸਟਾਰ ਹੋ ਗਿਆ ਮੈਨੂੰ ਪਤਾ ਸੀਗਾ ਕਿ ਹੁਣ ਮਾਹੌਲ ਜਿਹੜਾ ਬਹੁਤ ਜ਼ਿਆਦਾ ਡਿਸਟਰਬਡ ਹੈ ਹੂੰ ਤੇ ਹੁਣ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਜਲਦੀ ਕਿਤੇ ਮੈਨੂੰ ਪੂਰੀ ਮਿਸ ਸੀ ਕਿ ਇਹ ਸ਼ਾਂਤੀ ਜਲਦੀ ਪੰਜਾਬ ਵਿੱਚ ਆਉਣ ਵਾਲੀ ਨਹੀਂ ਮੈਂ ਦਿੱਲੀ ਸ਼ਿਫਟ ਕਰ ਗਿਆ ਤੇ ਜਦੋਂ ਦਿੱਲੀ ਗਿਆ ਮੈਂ ਉੱਥੇ ਜਾ ਕੇ ਬਹੁਤ ਜ਼ਿਆਦਾ ਮੈਂ ਨੋਟ ਕੀਤਾ ਕਿ ਸਿੱਖਾਂ ਦੇ ਮਨਾ ਵਿੱਚ ਸਰਕਾਰ ਨੇ ਬਹੁਤ ਜ਼ਿਆਦਾ ਨਫ਼ਰਤ ਪੈਦਾ ਕੀਤੀ ਹੈ ਸਿੱਖਾਂ ਦੇ ਪ੍ਰਤੀ ਉਹਨਾਂ ਨੂੰ ਗਦਾਰ ਤੇ ਹੋਰ ਪਤਾ ਨਹੀਂ ਦੇਸ਼ ਦੇ ਪੰਜਾਬ ਕੇ ਸਰਦਾਰ ਦੇਸ਼ ਕੇ ਗਦਾਰ ਇਦਾਂ ਦੀ ਲੋਕਾਂ ਦੇ ਮਨਾ ਵਿੱਚ ਬਹੁਤ ਜ਼ਿਆਦਾ ਜਿਹੜੀ ਪ੍ਰਵਿਰਤੀ ਇਦਾਂ ਫੀਲ ਕੀਤੀ ਹੋਈ ਸੀ ਸਰਕਾਰ ਨੇ ਤਾਂ ਉਹਦਾ ਨਤੀਜਾ ਸੀ ਜਿਹੜਾ ਜਿਸ ਵੇਲੇ ਇੰਦਰਾ ਗਾਂਧੀ ਦਾ ਸੌਦਾ ਲੱਗਿਆ ਤਾਂ ਉਹ ਲੋਕਾਂ ਦਾ ਜਿਹੜਾ ਵਿਦਰੋਹ ਸੀ ਉਹਨੂੰ ਜਾਣ ਬੁੱਝ ਕੇ ਪ੍ਰਚਾਰਿਆ ਗਿਆ ਪੜਕਾਇਆ ਗਿਆ ਕਿ ਖੂਨ ਦਾ ਬਦਲਾ ਖੂਨ ਕੁਝ ਇਤੋਂ ਦਾ ਕਿ ਜਿਹੜੇ ਫਿਲਮੀ ਸੈਲੀਬ੍ਰਿਟੀ ਲੱਗਦਾ ਕਿ ਉਹ ਮਿਸਲੀਡ ਕੀਤਾ ਗਿਆ ਉਹ ਬਿਲਕੁਲ ਜੀ ਬਿਲਕੁਲ ਸ਼ਰੀਆਮ ਮਿਸਲੀਡ ਕੀਤਾ ਗਿਆ ਜੇਕਰ ਉਹ ਮਿਸਲੀਡ ਨਾ ਕਰਦੇ ਮੈਨੂੰ ਤੁਸੀਂ ਇਸ ਗੱਲੋਂ ਸ਼ਾਇਦ ਅੰਦਾਜ਼ਾ ਲਗਾ ਲਓ 31 ਅਕਤੂਬਰ ਨੂੰ ਇੰਦਰਾ ਗਾਂਧੀ ਮਰਦੀ ਹੈ 31 ਅਕਤੂਬਰ ਨੂੰ ਕੋਈ ਵਾਕਾ ਨਹੀਂ ਹੁੰਦਾ ਜੇਕਰ ਇਹ ਜਨਤਾ ਦਾ ਵਿਦਰੋਹ ਹੁੰਦਾ ਤਾਹੇ 31 ਅਕਤੂਬਰ ਨੂੰ ਦੰਗੇ ਸ਼ੁਰੂ ਹੋ ਜਾਣੇ ਸੀ 1 ਤਾਰੀਖ ਨੂੰ ਵੀ ਕੋਈ ਵੀ ਇੱਕ ਵੀ ਕਤਲ ਦਿੱਲੀ ਦੇ ਵਿੱਚ ਨਹੀਂ ਹੋਇਆ 31 ਤਾਰੀਖ ਨੂੰ ਨਹੀਂ ਹੋਇਆ 1 ਤਾਰੀਖ ਨੂੰ ਨਹੀਂ ਹੋਇਆ ਜਦੋਂ ਉਹਨਾਂ ਨੇ ਦੇਖਿਆ ਨੋਟ ਕੀਤਾ ਜੀਵ ਗਾਂਧੀ ਤੇ ਉਸਦੇ ਗੁੰਡਿਆਂ ਨੇ ਕਿ ਜਨਤਾ ਰਿਐਕਟ ਨਹੀਂ ਕਰ ਰਹੀ ਫਿਰ ਇਹਨਾਂ ਨੇ ਟੈਲੀਵਿਜ਼ਨ ਦੇ ਉੱਤੇ ਮੈਂ ਨੋਟ ਕੀਤਾ ਕਿ ਇਹਨਾਂ ਨੇ ਲਗਾਤਾਰ ਉਹਦੀ ਲਾਸ਼ ਦਿਖਾਈ ਤੇ ਖੂਨ ਦਾ ਬਦਲਾ ਖੂਨ ਇਹਦਾ ਨਾਰੇ ਲਾਉਂਦੇ ਹੋ ਜਿਹੜੀਆਂ ਪੀੜਾਂ ਖੂਨ ਦਾ ਬਦਲਾ ਖੂਨ ਲੈਣਗੇ ਖੂਨ ਸੀ ਲੈਣਗੇ ਉਹ ਨਾਰੇ ਲਾਉਂਦੀਆਂ ਹੋਈਆਂ ਮਤਲਬ ਉਹ ਐਦਾਂ ਪਾਸ ਕਰ ਰਹੇ ਸੀ ਉਹ ਲਾਸ਼ ਦੇ ਕੋਲੋਂ ਤਾਂ ਜਾਣ ਬੁੱਝ ਕੇ ਉਹ SLASH ਨੂੰ 3 ਦਿਨ ਤੱਕ ਰੋਕੀ ਰੱਖਿਆ ਗਿਆ ਜਨਤਾ ਨੂੰ ਦਰਸ਼ਕਾਂ ਦੇ ਇਹ ਦੇ ਦੱਸਣ ਦੇ ਨਾਂ ਦੇ ਉੱਤੇ ਕਿ ਜਨਤਾ ਦਰਸ਼ਨ ਕਰਨ ਆ ਰਹੀ ਹੈ। ਹਮਮ ਔਰ ਇਥੋਂ ਤੱਕ ਵੀ ਤੁਸੀਂ ਅੰਦਾਜ਼ਾ ਲਾਓ ਕਿ ਜਿੱਥੇ ਲਾਸ਼ ਰੱਖੀ ਹੋਈ ਹੈ ਉਹਦੀ ਲਾਸ਼ ਦੀ ਸੁਰੱਖਿਆ ਵਾਤੇ ਤਾਂ ਹਜ਼ਾਰਾਂ ਹੀ ਜਿਹੜੇ ਦਿੱਲੀ ਪੁਲਿਸ ਦੇ ਜਵਾਨ ਤਾਂ ਆਏ ਨੇ। ਹਮਮ ਜਿੱਥੇ ਜਨਤਾ ਨੂੰ ਭੜਕਾਇਆ ਜਾ ਰਿਹਾ ਜਾਂ ਮਤਲਬ ਜਨਤਾ ਉਹਨਾਂ ਨੂੰ ਖਤਰਾ ਹੈ ਕਿ ਸਿੱਖ ਕਮਿਊਨਿਟੀ ਦੇ ਅਟੈਕ ਹੋ ਰਹੇ ਆ ਉੱਥੇ ਇੱਕ ਵੀ ਪੁਲਿਸ ਵਾਲਾ ਨਹੀਂ ਹੈ। ਔਰ ਉਹ ਉਹ ਦਿਨ ਫਿਰ ਜਦੋਂ ਆਇਆ ਜਿਹੜਾ ਤੁਸੀਂ ਜਿਸ ਦਿਨ ਵਾਕਾ ਹੋਇਆ ਇਹ ਰਜੀਵ ਗਾਂਧੀ ਉੱਥੇ ਜਦੋਂ ਪਹੁੰਚੇ ਯਦੋ ਜਿਹੜੀ ਦੋ ਤਰੀਕ ਸੀਗੀ ਉੱਥੇ ਸ਼ਰਦਾ ਦੇ ਫੁੱਲ ਪੇਂਟ ਕਰਨ ਔਰ ਉਹ 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 ਇਨਸੀਡੈਂਟ ਕਿਵੇਂ ਸੀਗਾ ਫਿਰ 2 ਅਕਤੂਬਰ ਨੂੰ ਜਿਸ ਵੇਲੇ 6:55 ਦਾ ਟਾਈਮ ਹੋਇਆ ਮੈਨੂੰ ਹੁਣ ਤੱਕ ਯਾਦ ਹੈ ਕਿ ਰਾਜੀਵ ਗਾਂਧੀ ਸੋਨੀਆ ਗਾਂਧੀ ਦੇ ਨਾਲ ਸੋਨੀਆ ਗਾਂਧੀ ਨੇ ਸਾੜੀਆਂ 6:55 ਸਵੇਰ ਦੇ ਸਵੇਰੇ 6:55 ਤਾਂ ਜਿਸ ਵੇਲੇ ਉਹ ਅੰਦਰ ਆ ਰਿਹਾ ਸੋਨੀਆ ਗਾਂਧੀ ਨੇ ਸਾੜੀ ਪਹਿਨੀ ਹੋਇਆ ਤਾਂ ਇਹ ਤਿੰਨ ਬੰਦਿਆਂ ਦਾ ਗਰੁੱਪ ਸੀਗਾ ਇਹ ਸੋਨੀਆ ਗਾਂਧੀ ਰਾਜੀਵ ਗਾਂਧੀ ਤੇ ਇਹਦੇ ਨਾਲ ਸੀਗਾ ਆਹ ਰਾਮਪੂਰੀ ਆ ਓਮਪੂਰੀ ਇਹ ਸਭ ਕੁਝ ਉਹ ਰਾਮਪੂਰੀ ਸੌਰੀ ਜੀ ਰਾਮਪੂਰੀ ਜਿਹੜਾ ਉੱਥੇ ਦਾ ਡਾਇਰੈਕਟਰ ਸੀਗਾ ਰਾਜਕਾੜ ਦੇ ਉਹ ਤਿੰਨਾ ਦੇ ਗਰੁੱਪ ਬਨ ਮਤਲਬ 6 55 ਜਿਸ ਵੇਲੇ ਅੰਦਰ ਆ ਰਹੇ ਮੈਂ ਜਦੋਂ ਨੋਟ ਕੀਤਾ ਕਿ ਮੈਂ ਵੇਟ ਕਰਦਾ ਰਿਹਾ ਆਪਣਾ ਜਿਹੜਾ ਪਿਸਤੌਲ ਦਾ ਨਿਸ਼ਾਨਾ ਬਣਾ ਕੇ ਕਿ ਅੱਗੇ ਆ ਰਹੇ ਮੈਂ ਹੋਰ ਵੇਟ ਕਰਦਾ ਰਿਹਾ ਹੋਰ ਅੱਗੇ ਆਵੇ ਹੋਰ ਅੱਗੇ ਆਵੇ ਤਾਂ ਜੋ ਮੇਰਾ ਟਾਰਗੇਟ ਹੋਰ ਨੇੜੇ ਆ ਜਾਵੇ ਜਿਸ ਵੇਲੇ ਮੈਂ ਮਹਿਸੂਸ ਕੀਤਾ ਕਿ ਹੁਣ ਉਹ ਇੰਨਾ ਨੇੜੇ ਆ ਗਿਆ ਕਿ ਜੇ ਮੈਂ ਫਾਇਰ ਨਾ ਕੀਤਾ ਤਾਂ ਉਹ ਮੇਰੇ ਤੋਂ ਉੱਲੇ ਹੋ ਜਾਏਗਾ ਕਿਉਂਕਿ ਉਹ ਸੁਰਾਈ ਵਰਗਾ ਜਿਹੜਾ ਬੰਕਰ ਸੀਗਾ ਬਿਲਕੁਲ ਟਾਰਗੇਟ ਤੇ ਸੀਗਾ ਬਿਲਕੁਲ ਮੇਰੇ ਟਾਰਗੇਟ ਤੇ ਸੀ ਬੱਸ ਉਹ ਜਿੰਦ ਬੇਰੀ ਬਦਕਿਸਮਤੀ ਤੇ ਸੀ ਕਿ ਜਿਹੜਾ ਮੇਰਾ ਫਾਇਰ ਆ ਰੂ ਸੀ ਉਹਦਾ ਮੈਨ ਕਿ ਇਹ ਝੂਟਾ ਵੀ ਮਾਰਦਾ ਔਰ ਇਹ ਵੀ ਮੈਨੂੰ ਮਤਲਬ ਪਤਾ ਲੱਗਿਆ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਦੇ ਦੌਰਾਨ सीबीआई ਦੇ ਅਫਸਰਾਂ ਦੋਂ ਕਿ ਰਾਜੀਵ ਗਾਂਧੀ ਨੇ ਦੱਸਿਆ ਕਿ ਮੇਰੇ ਕੰਨ ਦੇ ਕੋਲ ਨੂੰ ਜਿਹੜੀ ਗੋਲੀ ਲੰਕ ਗਈ ਹੈ ਇਸ ਤਰ੍ਹਾਂ ਔਰ 12 ਬੋਰ ਦੀ ਫਾਇਰ ਮੇਰੇ ਉੱਤੇ ਹੋਈ ਹੈ ਉਹਨੂੰ ਆਵਾਜ਼ ਦੀ ਵੀ ਪਹਿਚాన్ ਸੀ ਕਿ 12 ਬੋਰ ਦੀ ਫਾਇਰ ਦੀ ਆਵਾਜ਼ ਹੈ ਔਰ ਕੰਨ ਤੇ ਬਿਲਕੁਲ ਮੇਰੇ ਕੋਲ ਲੱਗੇ ਅਭੀ ਇਹਦਾ ਮਤਲਬ ਹੈ ਕਿਉਂਕਿ ਮੈਂ ਉਹਦੇ ਸਿਰ ਦਾ ਨਿਸ਼ਾਨਾ ਇਸ ਕਰਕੇ ਬਣਾਇਆ ਸੀਗਾ ਕਿਉਂਕਿ ਮੈਨੂੰ ਪਤਾ ਸੀ ਉਹਨੇ ਬੁਲਟ ਜਿਹੜੀ ਪ੍ਰੋਫਟ ਜਿਹੜੀ ਜੈਕਟ ਹੈ ਪਾਈ ਹੋਈ ਹੈ ਅਗਰ ਮੈਂ ਉਹਦੀ ਛਾਤੀ ਤੇ ਨਿਸ਼ਾਨਾ ਬਣਾ ਕੇ ਚਲਾਉਣਾ ਤਾਂ ਉਹਦੀ ਜਿਹੜੀ ਬੁਲਟ ਪ੍ਰੂਫ ਜੈਕਟ ਹੈ ਉਹ ਗੋਲੀ ਅੰਦਰ ਨਹੀਂ ਲੰਘਣ ਦੇਗੀ ਸੋ ਇਸ ਤਰ੍ਹਾਂ ਕਰਦੇ ਜਿਸ ਵੇਲੇ ਮੈਂ ਪਹਿਲੀ ਗੋਲੀ ਚਲਾਈ ਤਾਂ ਉਹ ਗੋਲੀ ਉਹਨੂੰ ਮਿਸ ਕਰ ਗਈ ਤਾਂ ਆਹਕਾਰ ਮੱਛੀ ਹੋਣੀ ਹੈ ਉੱਥੇ ਨਹੀਂ ਉਸ ਵੇਲੇ ਕੋਈ ਭਜਦਾੜ ਨਹੀਂ ਦੇਖਿਆ ਬਿਲਕੁਲ ਜਿਵੇਂ ਇੱਕਦਮ ਪਹਿਲੀ ਉਹਦੇ ਮਤਲਬ ਚੁੱਪਚਾਪ ਇੰਨੇ ਸੀਗੇ ਪਹਿਲੇ ਤੋਂ ਵਹੀਂ ਕੇ ਐਦਾ ਲੱਗਦਾ ਸੀ ਜਿਵੇਂ ਕੋਈ ਨੋ ਮੈਨ ਸਾਇਲੈਂਸ ਜਿਹੜੀ ਸੀਗੀ ਉੱਥੇ ਵੀ ਐ ਲੱਗਦਾ ਕੋਈ ਬੰਦਾ ਹੀ ਨਹੀਂ ਹੈ ਉੱਥੇ ਜਿਵੇਂ ਕੋਈ ਇੰਨੀ ਸਾਇਲੈਂਸ ਸੀਗੀ ਕਿਉਂਕਿ ਉਹ ਫੋਰਸਾਂ ਦੀ ਇੰਨੀ ਜ਼ਿਆਦਾ ਸਾਇਲੈਂਸ ਉੱਥੇ ਪਹਿਲਾਂ ਹੀ ਪੈਦਾ ਕੀਤੀ ਸੀ ਕਰੀਰ ਕੀਤੀ ਸੀ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਨਹੀਂ ਉਹ ਉਹ ਐਦਾ ਕਿਉਂ ਸੀਗਾ ਕਿ ਫੜ ਲਈ ਅਸੀਂ ਜਿਹੜਾ ਨਹੀਂ ਉਹ ਇਸ ਮੈਂ ਉਹ ਪਹਿਲੇ ਵੀ ਜਿਹੜੇ ਉਹਦੇ ਜੀਵ ਗਾਂਧੀ ਦੇ ਆਉਣ ਤੋਂ ਪਹਿਲੇ ਵੀ ਸਾਇਲੈਂਸ ਸੀ ਪਰ ਜਦੋਂ ਇਸ ਅੰਦਰ ਬੜਿਆ ਜਦੋਂ ਗੋਲੀ ਫਾਇਰ ਹੋਈ ਤਾਂ ਉਸ ਵੇਲੇ ਵੀ ਕੋਈ ਬੰਦਿਆਂ ਨੇ ਹਿਲਜੁਲ ਕੀਤੀ ਚਾਰੇ ਪਾਸੇ ਦੇਖਿਆ ਆਲੇ ਦੁਆਲੇ ਸਾਰਿਆਂ ਨੇ ਮੈਂ ਕਮਾਂਡੋ ਦੇਖਿਆ ਕਿ ਇੱਕਦਮ ਦੇਖ ਰਹੇ ਨੇ ਪਰ ਉਹਨਾਂ ਨੇ ਕੋਈ ਜਿਹੜੀ ਹੈ ਮਤਲਬ ਕੋਈ ਰਿਸੋਰਸ ਨਾ ਬਣ ਹੀ ਪਾਇਆ ਤਾਂ ਉਹ ਉਹਨਾਂ ਦੀ ਚਰਚਾ ਕਾਨਾਫੁਸੀ ਉਹਨੇ ਰਜੀਵ ਗਾਂਧੀ ਨੇ ਹੱਥ ਪਰਮਾਤਮਾ ਵੱਲ ਜੋੜੇ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਕਿਵੇਂ ਬਚ ਗਿਆ ਕਿਵੇਂ ਬਚ ਗਿਆ ਇਹ ਪੈ ਧੰਨਵਾਦ ਇਦਾਂ ਕਰਕੇ ਉਹਨੇ ਹੱਥ ਜੋੜੇ ਤੇ ਨਾਲ ਦੀ ਨਾਲ ਉਹ ਅੰਦਰੋਂ ਨਿਕਲ ਗਿਆ ਤਾ ਇਹ ਦੌਰਾਨ ਜਿਹੜੀ ਉਹਨਾਂ ਦੀ ਜਦੋਂ ਅੰਦਰ ਚਲਾ ਗਿਆ ਅੰਦਰ ਜਿਹੜੀ ਉਹਨਾਂ ਦਾ ਫੰਕਸ਼ਨ ਦੇ ਉੱਤੇ ਉਹਦੀ ਕੰਮ ਦੀ ਆਵਾਜ਼ ਮੈਨੂੰ ਸੁਣਾਈ ਦੇ ਰਹੀ ਸੀ ਮੈਨੂੰ ਹੁਣ ਤੱਕ ਿਆਦਾ ਕਬਰਹਾੜ ਦੇ ਵਿੱਚ ਬੋਲ ਰਿਹਾ ਸੀ ਰਜੀਵ ਕੰਦੇ ਜਿਹੜਾ ਉਹ ਭਾਸ਼ਣ ਦੇ ਰਿਹਾ ਸੀਗਾ ਜਿਹੜਾ ਪ੍ਰੋਗਰਾਮ ਚ ਲੈ ਕੇ ਘੰਟਾ ਤਾਂ ਉਸ ਦੌਰਾਨ ਜਿਹੜੇ ਉਹਨਾਂ ਦੀ ਭੱਜ ਦੌੜ ਮੈਂ ਦੇਖੀ ਫਿਰ ਉਹ ਜਿਹੜੇ ਕਮਾਂਡੋ ਸੀਗੇ ਮੈਂ ਉਹਦਾ ਜਿਹੜਾ ਪਰਦਾ ਜਿਹੜਾ ਬੰਕਰ ਦੇ ਅੱਗੇ ਪਰਦਾ ਮੈਂ ਜਿਹੜਾ ਲਗਾ ਲਿਆ ਸੀਗਾ ਉਹ ਪੱਤੇ ਸਲਾਈ ਕਰਕੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਸੀਗਾ ਕਿ ਮਤਲਬ ਵੀ ਇਹ ਨਾ ਪਤਾ ਲੱਗੇ ਉਹਦੇ ਜਿਹੜੇ ਕਮਾਂਡੋ ਨੇ ਵੀ ਇਹ ਡਿਸਕੰਟੀਨਿਊ ਕਿਉ ਤਾ ਉਹ ਮੈਂ ਬੇਲ ਦੇ ਵਿੱਚੋਂ ਬਾਰ ਬਾਰ ਚੁੱਕ ਚੁੱਕ ਕੇ ਦੇਖ ਰਿਹਾ ਸੀ ਕਮਾਂਡੋ ਜਿਹੜੇ ਨੇ ਉੱਪਰ ਚਾਰੇ ਪਾਸੇ ਉਹ ਜਿਹੜੇ ਸਰਚ ਸ਼ੁਰੂ ਕਰਤੀ ਸੀ ਉਹਨਾਂ ਨੇ ਉਹਨਾਂ ਨੇ ਸਨੀਫਰ ਡੌਗ ਆ ਗਏ ਸੀ ਉਹਨਾਂ ਦੇ ਸਨੀਫਰ ਡੌਗ ਆ ਗਏ ਉਹ ਸਨੀਫਰ ਡੌਗ ਨੇ ਜਿਹੜੀ ਹੈ ਉਹ ਜਿਹੜੀ ਗੋਲੀ ਹੈ ਜਿੱਥੇ ਜਨ ਧਰਤੀ ਤੇ ਜਾ ਕੇ ਉਹ ਟਕਰਾਈ ਉਹਨੇ ਖੁਰਚ ਕੇ ਉਹਦੇ ਪੈਰਾਂ ਦੇ ਨਾਲ ਉਹਦਾ ਜਿਹੜਾ ਖੁਰਚ ਕੇ ਨਾ ਉਹਨੂੰ ਬਾਹਰ ਕੱਢ ਲਿਆ ਤੇ ਉਹ ਕਮਾਂਡੋਆਂ ਦੇ ਹੱਥ ਚ ਫੜਾ ਦਿੱਤੀ ਉਹਨਾਂ ਨੇ ਹੂੰ 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 ਸੋ ਤੁਸੀਂ ਸਭ ਕੁਝ ਦੇਖ ਰਹੇ ਸੀਗੇ ਹਾਂ ਮੈਂ ਸਭ ਕੁਝ ਦੇਖ ਰਿਹਾ ਸੀਗਾ ਤਾਂ ਜਿਸ ਵੇਲੇ ਹੋਰ ਜਿਹੜਾ ਫੰਕਸ਼ਨ ਖਤਮ ਹੋਇਆ ਮੈਂ ਸੋਚਿਆ ਕਿ ਹੁਣ ਜਿਹੜੇ ਅੰਦਰ ਲਾਉਡ ਸਪੀਕਰ ਬੰਦ ਹੋ ਗਿਆ ਤੇ ਬਾਹਰ ਹੁਣ ਚਲੇ ਗਏ ਨੇ ਸ਼ਾਇਦ ਵੀ ਹੁਣ ਅੱਬੀ ਲੱਗਦਾ ਫੰਕਸ਼ਨ ਖਤਮ ਹੋ ਗਿਆ एवरीथिंग ਇਜ਼ ਓਵਰ ਜਿਸ ਵੇਲੇ ਮੈਂ ਬਾਹਰ ਦੇਖਿਆ ਕਿ ਬਾਹਰ ਸਾਇਦ ਕੋਈ ਨਾ ਹੋ ਜਿਸ ਮੈਂ ਪਰਦੇ ਚੁੱਕੇ ਦੇਖਿਆ ਮੈਂ ਇਸ ਤਰ੍ਹਾਂ ਕਰਕੇ ਦੇਖਿਆ ਕਿ ਫਿਰ ਦੇਖਿਆ ਕਿ ਮੇਰੇ ਸਾਹਮਣੇ ਦਾ ਰਜੀਵ ਕਾਂਧੀ ਖੜਾ ਹੋਇਆ ਮੇਰੇ 40 ਫੁੱਟ ਦੇ ਉਸੇ ਟਾਰਗੇਟ ਦੇ ਉੱਤੇ ਫਿਰ ਲੱਗ ਉਸੇ ਟਾਰਗੇਟ ਦੇ ਉੱਤੇ ਫਿਰ ਉਹ ਖੜਾ ਆ ਕਿਉਂਕਿ ਉਹ ਬਾਰ-ਬਾਰ ਇਹ ਜਿਹੜਾ ਸਰਚਿੰਗ ਕਰਕੇ ਉਸ ਨੂੰ ਬਾਰ-ਬਾਰ ਜਿਹੜਾ ਏਸੀ ਜਗ੍ਹਾ ਤੋਂ ਲੈ ਕੇ ਆਣਾ ਪਸੰਦ ਕਰ ਰਹੇ ਸੀ ਕਿਉਂਕਿ ਉਹ ਸਮਝਦੇ ਸੀ ਵੀ ਸਾਡੀ ਡਾਇਰੈਕਸ਼ਨ ਬਦਲਣੀ ਚਾਹੁੰਦਾ ਜਿਹੜਾ ਫਾਇਰ ਕਰਨ ਵਾਲਾ ਬੰਦਾ ਔਰ ਉਹਨਾਂ ਕੋਲ ਰਿਪੋਰਟ ਵੀ ਪਹੁੰਚੀ ਹੋਈ ਸੀਗੀ ਕਿ ਅਦਰਜੀਵ ਗਾਂਧੀ ਤੇ ਗੋਲੀ ਚੱਲੇਗੀ ਦਿੱਲੀ ਦਾ ਦੰਗਾ ਪੀੜਤਾ ਕਲੀਨ ਸ਼ੇਡ ਦਾ ਕੋਈ ਮਾਲੀ ਦੇ ਪੇਸ਼ ਹੋਏਗਾ ਜਿਹੜਾ ਗੋਲੀ ਚਲਾਏਗਾ ਇਹ ਇਹ ਇਨਪੁਟ ਸੀਗਾ ਸੁਰੱਖਿਆ ਦਾ ਇਨਪੁਟ ਸੀਗਾ ਸੁਰੱਖਿਆ ਦਾ ਰਾਧ ਏਜੰਸੀ ਦੀ ਜਿਹੜੀ 27 ਤਰੀਕ ਨੂੰ ਜਿਹੜੀ ਰਿਪੋਰਟ ਗਈ ਹੋਈ ਸੀਗੀ ਮੈਨੂੰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਬਾਅਦ ਚ ਆ ਕੇ ਮੈਨੂੰ ਜਦੋਂ ਰਿਲੀਜ਼ ਹੋਣ ਤੋਂ ਬਾਅਦ ਮੈਨੂੰ ਇਹ ਮਤਲਬ magazines ਤੋਂ ਵੀ ਪਤਾ ਚੱਲਿਆ ਜਿਹੜਾ ਇਹ ਪ੍ਰਿੰਟ ਹੋਇਆ ਮੈਡੀਕਲ ਔਰ ਜਦੋਂ ਦੁਬਾਰਾ ਟਾਰਗੇਟ ਤੋਂ ਲੰਘੇ ਦੁਬਾਰਾ ਉਸੇ ਥਾਂ ਤੋਂ ਫੇਰ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਔਰ ਇਦਾਂ ਕੁਛ ਅੰਦਾਜ਼ਾ ਲਗਾ ਰਿਹਾ ਐ ਇਸ ਤਰ੍ਹਾਂ ਕਰਕੇ ਕੁਛ ਅੰਦਾਜ਼ਾ ਲਗਾ ਰਿਹਾ ਉਹ ਇਦਾਂ ਦੱਸ ਰਿਹਾ ਮੈਨੂੰ ਲੱਗ ਰਿਹਾ ਕਿ ਮੇਰੇ ਵੱਲ ਇਸ਼ਾਰਾ ਕਰ ਰਿਹਾ ਹੋ ਸ਼ਾਇਦ ਵੀ ਇਦਾਂ ਲੱਗ ਰਿਹਾ ਵੀ ਮੈਨੂੰ ਇੱਥੋਂ ਜੇ ਕਿਧੋ ਆਵਾਜ਼ ਆਈ ਆ ਉਹਦੇ ਹੱਥ ਗੋਲੀ ਮੈਂ ਜਦੋਂ ਬਾਅਦ ਦੇਖਿਆ ਕਿ ਮੈਂ ਇੱਕਦਮ ਫੇਰ ਉਹਦੇ ਸਿਰ ਦਾ ਨਿਸ਼ਾਨਾ ਬਣਾ ਕੇ ਫੇਰ ਗੋਲੀਬਾਰ ਨੂੰ ਚਾਲ ਫਿਰ ਤੁਸੀਂ ਦੂਜਾ ਫਾਇਰ ਦੂਜਾ ਫਾਇਰ ਕੀਤਾ 1 ਘੰਟੇ ਬਾਅਦ ਹੂੰ ਕਿਉਂਕਿ ਇੱਕ ਕੰਡ ਮੇਰੇ ਜਿਹੜੀ ਇਨਸੀਡੈਂਟ ਦੇ ਵੀ ਖੂਬਸੂਰਤੀ ਇਸੇ ਗੱਲ ਚੁਪੀ ਹੋਈ ਹੈ। ਇਹ ਇੱਕ ਘੰਟਾ ਤੁਹਾਨੂੰ ਲੱਭ ਨਹੀਂ ਸਕਿਆ ਲੱਭ ਗਿਆ। ਇੱਕ ਘੰਟਾ ਮੈਨੂੰ ਲੱਭ ਨਹੀਂ ਸਕੇ। 5 ਦਿਨ ਪਹਿਲੇ ਉਹਨਾਂ ਕੋਲ ਮੇਰੀ ਰਿਪੋਰਟ ਜਾਂਦੀ ਹੈ। 5 ਦਿਨ ਪਹਿਲੇ ਨਹੀਂ ਮੈਨੂੰ ਲੱਭ ਸਕੇ। ਮਤਲਬ ਦੁਸ਼ਮਣ ਨੇ ਇੰਨਾ ਘਬਰਾਇਆ ਹੋਇਆ ਸੀ ਇਹ ਵੀ ਇਹ ਕਿਹੋ ਜੀ ਕੌਮ ਆ ਵੀ ਇੱਕ 5 ਦਿਨ ਪਹਿਲੇ ਸਾਡੇ ਕੋਲ ਸੀਆਈਡੀ ਆਉਂਦੀ ਹੈ। ਅਸੀਂ ਲੱਭਦੇ ਨੇ ਸਾਨੂੰ ਬੰਦਾ ਫੇਰ ਨਹੀਂ ਲੱਭਦਾ। ਇੱਕ ਘੰਟਾ ਫਾਇਰ ਚਲਾ ਕੇ ਸਾਡੇ ਵਿਚਾਲੇ ਬੈਠਣਾ ਤਾਂ ਫੇਰ ਵੀ ਨਹੀਂ ਲੱਭਦਾ। ਦੂਜੇ ਫਾਇਰ ਤੋਂ ਬਾਅਦ ਫੇਰ ਉੱਥੇ ਕੀ ਮਾਹੌਲ ਇਰੀ ਤੋਂ ਆ ਰਹੀ ਆ ਸਾਹਮਣੇ ਤੋਂ ਆ ਰਹੀ ਆ ਸਾਡੇ ਕਿਦੋਂ ਨੇੜਿਓਂ ਆ ਰਹੀ ਆ ਨੇੜੇ ਤੋਂ ਆ ਰਹੀ ਆ ਬਿਲਕੁਲ ਆ ਸਾਹਮਣੇ ਹੀ ਰੀ ਤੋਂ ਆ ਰਹੀ ਆ ਤਾਂ ਜਿਸ ਵੇਲੇ ਮੈਂ ਦੂਜੀ ਫੜਾਵੜ ਗੋਲੀ ਤੇ ਤੀਜੀ ਗੋਲੀ ਆਪਣੇ ਲਈ ਮਰੀ ਭਰੀ ਕੇ ਆਪਣੇ ਨੂੰ ਮਾਰ ਲਿਆ ਮੈਂ ਜਿਹੜਾ ਖਤਮ ਕਰ ਲਿਆ ਮੈਂ ਪਰ ਮੈਂ ਜਦੋਂ ਮਾਰਨ ਲੱਗਿਆ ਮੈਂ ਫਿਰ ਇਧਰੋਂ ਬੰਕਰ ਵਿੱਚੋਂ ਵੇਖਿਆ ਕਿ ਸਾਹਮਣੇ ਦੁਸ਼ਮਣੇ ਮੇਰਾ ਫਿਰ ਦੌੜਿਆ ਜਾਂਦਾ ਤਾਂ ਮੈਂ ਫਿਰ ਉਹ ਤੀਜੀ ਗੋਲੀ ਜਿਹੜੀ ਹੈ ਉਹ ਉਹਦੇ ਵੱਲ ਬਾਹਰ ਕਰ ਦਿੱਤੇ ਤੁਸੀਂ ਆਪਣੇ ਮਾਰਨ ਲੱਗੇ ਸੀ ਉਹਦੇ ਹਾਂ ਆਪਣੇ ਮਾਰਨ ਲੱਗੇ ਤਾਂ ਮੈਂ ਸੋਚਿਆ ਪਹਿਲੇ ਬਾਹਰ ਕਰ ਦਿਆ ਮੈਂ ਤਾਂ ਮੈਂ ਉਹਦੇ ਮਾਰੀ ਪਰ ਇਹਨਾਂ ਜਿਹੜੇ ਬਲੈਕ ਕਮਾਂਡੋ ਸੀ ਜਿਹੜੇ ਉਹਨਾਂ ਨੇ ਉਹ ਜਿਹੜੇ ਉਹਨੂੰ ਸਰਾਉਂਡਿੰਗ ਏਰੀਆ ਦੇ ਦਿੱਤਾ ਉਹਨੂੰ ਮੈਂ ਕਵਰ ਕਰ ਲਿਆ ਉਹਨੂੰ ਤਾਂ ਉਹ ਜਿਹੜੇ 6 ਗੋਲੀਆਂ ਉਹਦੇ ਜਿਹੜੇ 6 ਜਿਹੜੇ ਉਹ ਸੀਗੇ ਕਮਾਂਡੋ ਉਹਨਾਂ ਦੇ 6ਾਂ ਦੇ ਛਰੇ ਲੱਗੇ ਨੇ ਉਹ ਇਹ ਇੰਜੂਰ ਹੋਏ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਸ ਕਵਰ ਸਮੇਂ ਦੌਰਾਨ ਤੀਜੀ ਗੋਲੀ ਤੋਂ ਪਹਿਲਾਂ ਉਹਨੂੰ ਥੋੜਾ ਜਿਹਾ ਨੀਮਾ ਜਿਹਾ ਕਰ ਲਿਆ ਤੇ ਆਪ ਆ ਉਹਨਾਂ ਨੇ ਇਕੱਠੇ ਆਪਸ ਦੇ ਵਿੱਚ ਚੁੰਡਜਾ ਬਣਾ ਲਿਆ ਹਿਊਮਨ ਕਵਰ ਕਰਕੇ ਲੈ ਕੇ ਦੌੜੇ ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਉਹਨਾਂ ਦੇ ਜਿਹੜਾ ਦੋਏ ਗੋਲੀਆਂ ਦਾ ਧੂਆਂ ਜਿਹੜਾ ਸੀਗਾ ਉਹ ਉੱਪਰ ਨਿਕਲ ਗਿਆ ਬੇਲ ਦੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਧੂਆਂ ਇੱਥੋਂ ਨਿਕਲ ਰਿਹਾ ਵੀ ਸਾਡੇ ਸਿਰ ਤੋਂ ਤੁਹਾਨੂੰ ਉਦੋਂ ਉਦੋਂ ਤੁਸੀਂ ਉਸ ਵੇਲੇ ਉਹਨਾਂ ਨੇ ਫਿਰ ਕਿਹਾ ਵੀ ਕੌਣ ਹੈ ਬਾਹਨੇ ਕੋਈ ਮੇਰੇ ਉਹਨਾਂ ਨੇ ਫਾਇਰ ਕੀਤੇ ਮੇਰੇ ਉੱਤੇ ਤਾ ਸੈਂਕੜੇ ਫਾਇਰ ਕਿਤੇ ਫਿਰ ਉਹ ਪ੍ਰਮਾਤਮਾ ਬਚਾਉਣ ਵਾਲਾ ਸੀਗਾ ਤੁਹਾਡੇ ਕੋਈ ਤੁਹਾਡੇ ਕੁਝ ਇੰਜਰਡ ਹੋਏ ਤੁਸੀਂ ਮੇਰੇ ਕੋਈ ਗੋਲੀ ਨਹੀਂ ਕੋਈ ਇੰਜਰੀਮੈਂਟ ਨਹੀਂ ਹੋਈ ਇੱਕ ਵੀ ਗੋਲੀ ਮੈਨੂੰ ਹੁਣ ਤੱਕ ਯਾਦ ਹੈ ਕਿ ਉਹ ਜਿਸ ਵੇਲੇ ਮੇਰੇ ਤੇ ਗੋਲੀਆਂ ਚਲਾ ਰਹੇ ਨੇ ਏਦਾਂ ਚਾਰੇ ਪਾਸੇ ਖੜੇ ਨੇ ਤਾਂ ਮੈਂ ਮਤਲਬ ਇਹ ਆਪਣਾ ਮੌਤ ਹੋ ਇਹਨਾਂ ਵੇਖ ਖਬਰ ਸੀ ਮੈਨੂੰ ਅੱਜ ਤੱਕ ਯਾਦ ਹੈ ਕਿ ਮੈਂ ਉਹ ਗੋਲੀਆਂ ਦੇ ਸੀਨ ਮੈਨੂੰ ਅੱਜ ਤੱਕ ਵੀ ਯਾਦ ਹੈ ਕਿ ਪਿਸਤਲ ਮੇਰੇ ਤੇ ਜੋ ਗੋਲੀਆਂ ਚਲਾਣ ਸਟੇਨ ਕਰਨਾ ਮੈਂ ਦੇਖ ਰਿਹਾ ਵੀ ਬੜੀਆ ਸੁਨੇ ਪਿਸਟਲ ਨਾਲ ਇਸ ਤਰ੍ਹਾਂ ਗੋਲੀਆਂ ਮੇਰੇ ਤੇ ਚਲਾ ਰਹੇ ਨੇ ਇਹੋ ਜੀ ਤੇਰੇ ਕੋਲ ਹੋਣੀ ਚਾਹੀਦੀ ਸੀ ਔਰ ਉਹਨਾਂ ਦੀ ਪਿਸਟਲਾਂ ਦੀ ਜਿਹੜੀ ਐ ਸੈਂਟਰ ਵਿੱਚੋਂ ਨਿਕਲ ਕੇ ਅੱਖ ਜਿਹੜੀ ਐ ਮੇਰੀ ਅੱਖਾਂ ਨੂੰ ਆ ਰਹੀ ਹੈ ਮੈਨੂੰ ਹੁਣ ਤੱਕ ਯਾਦ ਹੈ ਤੇ ਬੱਚ ਕੇ ਮੈਂ ਉਹਨਾਂ ਨੂੰ ਕੀ ਲੱਗਦਾ ਕਿ ਮਾਰਿਆ ਕਿਉਂ ਨਹੀਂ ਉਹਨਾਂ ਨੇ ਮਾਰੇ ਨਹੀਂ ਉਹਨਾਂ ਨੇ ਪੂਰਾ ਟਾਰਗੇਟ ਕਰਕੇ ਮੈਨੂੰ ਮਾਰਿਆ ਜਦੋਂ ਮੈਨੂੰ ਫੜਿਆ ਤਾਂ ਮੈਨੂੰ ਮੇਰੇ ਕਮਾਂਡੋ ਜਿਹੜੀ ਸੀ ਏਦਾਂ ਕਰਕੇ ਮੇਰਾ ਚਿਹਰਾ ਮੈਨੂੰ ਦੇਖਣਾ ਕਹਿੰਦੇ ਇਸਕੇ ਕਪੜੇ ਕਿ ਕਾ ਪਹਿਨੇ ਮੇਰੇ ਕੋਈ ਕਪੜੇ ਮੇਰੇ ਉਹਨਾਂ ਨੇ ਸੇਪ ਲੇਖਾ ਵੀ ਸ਼ਾਇਦ ਇਹਨਾਂ ਸਟੀਲ ਦਾ ਕੋਈ ਫਿੱਟ ਕੀਤਾ ਹੈ ਜਿਹੜੀ ਉਹ ਕੋਈ ਜਿਹੜੀ ਹੈ ਮਤਲਬ ਡਾਇਵਰਟ ਹੋ ਗਿਆ ਸਾਡੀ ਆ ਬਰਸ਼ ਜਿਹੜੇ ਨੇ ਉਹ ਮੰਨਣ ਨੂੰ ਤਿਆਰ ਨਹੀਂ ਸੀਗੇ ਵੀ ਸਾਡਾ ਬਰਸ਼ਟ ਪੂਰੇ ਦਾ ਪੂਰਾ ਮੇਰੇ ਤੋਂ ਤੁਹਾਡਾ ਜਿਹੜਾ ਸਰੂਪ ਸੀ ਜਿਹੜਾ ਸਮਾਨ ਉਹ ਤੋਂ ਬਰਾਮਤ ਕੀਤਾ ਤੁਸੀਂ ਕਿਹਾ ਕਿ ਸੰਸਕ੍ਰਿਤ ਦਾ ਤੁਸੀਂ ਲੈ ਕੇ ਗਏ ਸੀ ਸਮਾਨ ਜਾਂ ਤੁਹਾਡੇ ਕੋਲ ਮੰਦਰ ਦੀ ਪਰਚੀ ਸੀਗੀ ਔਰ ਉਸ ਤੋਂ ਉਹਨਾਂ ਨੇ ਅੰਦਾਜ਼ਾ ਲਗਾ ਲਿਆ ਕੋਈ ਸ਼ੱਕ ਨਹੀਂ ਹੋਇਆ ਉਹਨਾਂ ਨੂੰ ਨਹੀਂ ਉਹਨਾਂ ਨੂੰ ਬਿਲਕੁਲ ਸ਼ੱਕ ਰਸਿ ਸਿਖਾ ਵਾਲਾ ਹੂੰ ਉਹ ਜਿਹੜਾ ਕਚਹਿਰਾ ਮੈਨੇ ਪਾਇਆ ਹੋਇਆ ਸੀਗਾ ਉਹ ਮੈਂ ਲਾਉਨ ਨੂੰ ਮੇਰਾ ਜੀ ਨਹੀਂ ਕੀਤਾ ਤੇ ਉਹ ਦੇਖਦੇ ਜਿਹੜਾ ਕੋਈ ਜਾਂਦਾ ਕੱਪੜੇ ਦੇਖਾ ਉਹ ਇਸ ਕੀ ਹੈ ਤਾਂ ਉਹ ਫਿਰ ਕਚਰਾ ਦੇ ਕੇ ਹਰ ਕੋਈ ਬੰਦਾ ਕਹਿੰਦਾ ਇਹ ਝੂਠ ਬੋਲ ਰਾਇਆ ਇਹ ਸਿੱਖ ਹੈ ਹੂੰ ਸੋ ਉਹ ਫਿਰ ਕੁੱਟੀ ਜਾਂਦਾ ਸੀ 3 ਘੰਟੇ ਬਾਅਦ ਜਿਸ ਵੇਲੇ ਮੈਨੂੰ ਕੁੱਟਦੇ ਰਿਹਾ ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਕਿਉਂਕਿ ਮੈਨੂੰ ਇਹ ਪਤਾ ਸੀਗਾ ਕਿ ਮੈਨੂੰ ਮਾਰ ਦੇਣਗੇ ਮੈਂ ਚਾਹੁੰਦਾ ਸੀ फटाफट ਇਹ ਮੈਨੂੰ ਮਾਰ ਦੇਣ ਤੇ ਮੇਰੀ ਕਹਾਣੀ ਖਤਮ ਹੋ ਜਾਏ ਇਹ ਇਨਵੈਸਟੀਗੇਸ਼ਨ ਤੋਂ ਪਹਿਲਾਂ ਉਹਨੂੰ ਟੌਰਚਰ ਕੀਤਾ ਗਿਆ ਪੁਲਿਸ ਰਿਮਾਂਡ ਤੋਂ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਜਿਸ ਵੇਲੇ ਅਰੈਸਟ ਤੋਂ ਪਹਿਲਾਂ ਹੀ ਮੈਨੂੰ ਮਾਰਨਾ ਕੁੱਟਣਾ ਉਹਨ ਸੀਗੇ ਵੈਨ ਸ਼ੂਟ ਕਰ ਦੋ ਸ਼ੂਟ ਕਰ ਦੋ ਤਾਂ ਜਿਹੜੇ ਗੌਤਮ ਕਾਲ ਸੀ ਤੇ 8 ਆਈਪੀਐਸ ਅਫਸਰ ਹੋ ਸੀਗੇ ਉਹ ਸਾਰਿਆਂ ਨੇ ਬੜੀ ਮੁਸ਼ਕਲ ਨਾਲ ਬੜੀ ਮੈਨੂੰ ਬਚਾਇਆ ਕਿ ਇਹ ਰਾਜਕਾੜ ਦੀ ਗੱਲ ਆ ਸਾਰੇ ਰਾਜਕਾੜ ਦੀ ਹਾਂਜੀ ਰਾਜਕਾੜ ਦੀ ਫਿਰ ਉਹਨਾਂ ਨੇ ਫਟਾਫਟ ਮੈਨੂੰ ਉੱਥੇ ਬੰਦ ਗੱਡੀ ਸੁੱਟ ਕੇ ਲਾਲ ਕਿਲੇ ਲੈ ਗਏ ਲਾਲ ਕਿਲੇ ਤੋਂ ਬਾਅਦ ਫਿਰ ਇਹਨਾਂ ਨੇ 14 ਦਿਨ ਮੈਨੂੰ ਉੱਥੇ ਜਿਹੜਾ ਪੁਲਿਸ ਕਸਟਡੀ ਵਿੱਚ ਰੱਖਿਆ ਟੌਰਚਰ ਬਹੁਤ ਟੌਰਚਰ ਬਹੁਤ ਟੌਰਚਰ ਬਹੁਤ ਟੌਰਚਰ ਕੀਤਾ ਉਸੇ ਮੈਨੂੰ ਤੇ ਇਲੈਕਟ੍ਰਿਕ ਸ਼ੌਕਸ ਵਗੈਰਾ ਲਗਾ ਕੇ ਉਹਨਾਂ ਨੇ ਮੇਰਾ ਚਾਹੁੰਦੇ ਸੀ ਮੇਰਾ ਵੀ ਕਿਉਂਕਿ ਉਹ बार-बार ਇਹ ਜਿਹੜਾ ਡਾਇਰੈਕਟਰ ਐਸ.ਬੀ.ਆਈ. ਦਾ ਉਹ बार-बार ਮੈਨੂੰ ਇਹ ਸਵਾਲ ਕਰ ਰਿਹਾ ਸੀਗਾ ਕਿ ਇਟ ਇਜ਼ ਨਾਟ ਵਨ ਮੈਨ ਐਕਟ। ਵੀ ਇਟਸ ਅਣਹੋਣੀ ਗੱਲ ਹੈ ਕਿ ਇੱਕ ਬੰਦਾ ਸਾਡੀ ਪੂਰੇ ਹਿੰਦੁਸਤਾਨ ਦੀ ਸਕਿਉਰਿਟੀ ਟਾਪ ਸਕਿਉਰਿਟੀ ਬੰਦੇ। ਵੀ ਇਟ ਇਜ਼ ਨਾਟ ਵਨ ਮੈਨ ਐਕਟ। ਮੈਂ ਉਹਨਾਂ ਨੂੰ ਕਿਹਾ ਕਿ ਕਿੰਨੀ ਵੱਡੀ ਗੱਲ ਲੱਗਦੀ ਹੈ ਤੁਹਾਨੂੰ। ਤੁਸੀਂ ਅੱਜ ਮੈਨੂੰ ਮੈਂ ਉਹਨੂੰ ਚੁਣੌਤੀ ਦਿੱਤੀ ਇਸ ਗੱਲ ਦੀ ਮੈਂ ਕਿਹਾ ਜੀ ਮੈਨੂੰ ਅੱਜ ਤੁਸੀਂ ਆਬ ਛੋੜ ਦਿਓ ਆਪ ਤੂੰ ਮੈਨੂੰ ਇੱਕ ਨਾਰਮਲ ਸਿਟੀਜ਼ਨ ਦੀ ਤਰ੍ਹਾਂ ਦਿੱਲੀ ਵਿੱਚ ਵਿਚਰਨ ਹਾਂਦਾ ਇੱਕ ਮਹੀਨੇ ਵਿੱਚ ਮੈਂ ਇਹਨੂੰ ਫਿਰ ਫੁੰਡ ਦਿਆਂਗਾ ਪੰਜਾਬੀ ਵਿੱਚ ਮੈਨੂੰ ਤੁਸੀਂ ਤੁਸੀਂ ਇਹ ਗੱਲ ਕਹੀ ਮੈਂ ਉਸਨੂੰ ਮੁੱਖ ਤੌਰ ਤੇ ਉਹ ਜਿਹੜਾ ਡਾਇਰੈਕਟਰ ਬੋਲਦਾ ਕਹੇ ਹੀ ਫਿਰ ਹੀ ਇਜ਼ ਵੈਰੀ ਡੇਂਜਰਸ ਫਾਰ ਨੇਸ਼ਨ ਉਹਨਾਂ ਨਾਲ ਦੇ ਸਾਥੀਆਂ ਨੂੰ ਬੋਲਦਾ ਇਹ ਇਹਨਾਂ ਚੀਜ਼ਾਂ ਨੇ ਤੁਹਾਡੇ ਉੱਤੇ ਇੰਪੈਕਟ ਕੀਤਾ ਤੁਸੀਂ ਐਡਾ ਜਿਹੜਾ ਇੱਕ ਚੀਜ਼ ਸੋਚੀ ਕਿ ਮੈਂ ਹਮਲਾ ਕਰਾਂਗਾ ਮੈਂ ਆਪਣਾ ਗੁੱਸਾ ਜ਼ਾਹਰ ਕਰਾਂਗਾ ਬਿਲਕੁਲ ਮੈਂ ਕਿਉਂਕਿ ਇਸ ਜਿਹੜੇ ਮੈਂ ਜਿਸ ਵੇਲੇ ਮੈਂ ਬਚਿਆ ਹੂੰ 84 ਦੇ ਜਦੋਂ ਇਹ ਕਤਲੇਆਮ ਹੋਇਆ ਮੈਂ ਜਿਸ ਵੇਲੇ ਬਚਿਆ ਤਾਂ ਮੈਂ ਬਾਥਰੂਮ ਦੇ ਵਿੱਚ ਸੀ ਮੈਨੂੰ ਇਹ ਮੇਰੇ ਨਾਲ ਦਾ ਜਿਹੜਾ ਦੋਸਤ ਸੀਗਾ ਇਹਨਾਂ ਨੇ ਇਦਾਂ ਹੀ ਜੂੰਦਾ ਜਲਾ ਦਿੱਤਾ ਸੀ ਉੱਪਰ ਕੋਠੇ ਤੋਂ ਸੁੱਟ ਕੇ ਉਸ ਨੂੰ ਤੁਸੀਂ ਦੇਖਿਆ ਇਹ ਇਨਸੀਡੈਂਟ ਵੀ ਦੇਖਿਆ ਤੁਸੀਂ ਹਾਂਜੀ ਤੁਸੀਂ ਆਪ ਉੱਥੇ ਸੀਗੇ ਦੇਖਿਆ ਤੁਸੀਂ ਇਹ ਸਭ ਕੁਝ ਨਹੀਂ ਮੈਂ ਉਸ ਵੇਲੇ ਬਾਥਰੂਮ ਦੇ ਵਿੱਚ ਨਹਾਣ ਚਲਾ ਗਿਆ ਸੀ ਅਸੀਂ ਦੋਨਾਂ ਨੇ ਵਾਲ ਕਟਵਾਏ ਹਲੇ ਉਹ ਕਟਵਾ ਕੇ ਸੀ ਹਟੇ ਸੀਗੇ ਤਾਂ ਉਸੇ ਵੇਲੇ ਇਹ ਨਾਲ ਦੀ ਨਾਲ ਟੈਗ ਜਿਹੜਾ ਸ਼ੁਰੂ ਹੋ ਗਿਆ ਅੱਛਾ ਜਦੋਂ ਇਹ ਇਨਸੀਡੈਂਟ ਹੋਇਆ ਤੁਸੀਂ ਆਪਣਾ ਸਰੂਪ ਤੋਂ ਤੁਸੀਂ ਆਪਣੀ ਜਾਨ ਬਚਾਉਣ ਦੇ ਲਈ ਸਰੂਪ ਆਪਣਾ त्यागਿਆ ਸੀ ਹਾਂਜੀ ਹਾਂਜੀ ਬਿਲਕੁਲ ਅਸੀਂ ਆਪਣਾ ਸਰੂਪ त्यागਿਆ ਕਿਉਂਕਿ ਉਹ ਜਿਹੜੇ ਮੈਨੂੰ ਪਤਾ ਸੀ ਜਿਹੜੇ ਇਹ ਦੱਸਿਆ ਉਹਨਾਂ ਪਰਿਵਾਰ ਦੇ ਜਿਹੜੇ ਦੱਸਿਆ ਉਹਦਾ ਲੱਗਿਆ ਕਿ ਇਹਦੇ ਚਾਰ ਬੱਚੇ ਨੇ ਬਲਦੇਵ ਸਿੰਘ ਜਿਹੜਾ ਮੇਰੇ ਨਾਲ ਸੀਗਾ ਪਟਿਆਲੇ ਦਾ ਹੂੰ ਤਾ ਮੈਨੂੰ ਪਤਾ ਸੀ ਉਹਦੇ ਬੱਚੇ ਰੁੱਲ ਜਾਣਗੇ ਅਸੀਂ ਅਗਰ ਮਰ ਜਾਈਏ ਕੋਈ ਫਰਕ ਨਹੀਂ ਪੈਂਦਾ ਤਾਂ ਉਹਦੇ ਬੱਚਿਆਂ ਦੀ ਸੇਫਟੀ ਲਈ ਮੈਂ ਉਹਨੂੰ ਆਖਿਆ ਯਾਰ ਆਪਾਂ ਤੇਰੀ ਗੱਲ ਸਹੀ ਆ ਬੱਚੇ ਤੇਰੇ ਰੁੱਲ ਜਾਣਗੇ ਆਪਾਂ ਵਾਲ ਕਟਵਾ ਲੈਨੇ ਤਾਂ ਇਸ ਤਰ੍ਹਾਂ ਕਟਵਾ ਕੇ ਜਿਸ ਵੇਲੇ ਮੈਂ ਬਾਥਰੂਮ ਦੇ ਵਿੱਚ ਬੜਿਆ ਤੇ ਉਹ ਅਟੈਕ ਮਤਲਬ ਉਹਨਾਂ ਜਿਹੜੇ ਕਤਲਿਆਉ ਕਰਨ ਵਾਲੇ ਸੀ ਗੁੰਡੇ ਸੀ ਉਹਨਾਂ ਨੇ ਕਤਲਿਆਉ ਉਹਨਾਂ ਨੇ ਅਟੈਕ ਸਾਡੇ ਤੇ ਕੀਤਾ ਤਾਂ ਮੈਂ ਜਦੋਂ ਦੇਖਿਆ ਕਿ ਜ਼ਿੰਦਗੀ ਬਹੁਤ ਛੋਟੀ ਆ ਇਹ ਕਿਸੇ ਵੇਲੇ ਵੀ ਬੰਦੇ ਦੇ ਇਥੋਂ ਸਲਿੱਪ ਕਰ ਜਾਂਦੀ ਆ ਇਹ ਬਾਣਾ ਪ੍ਰਮਾਤਮਾ ਦਾ ਹੀ ਲਾਲੋ ਤਾਂ ਮੈਂ ਉਹ ਜ਼ਿੰਦਗੀ ਨੂੰ ਮਹਿਸੂਸ ਕੀਤਾ ਕਿ ਅੱਜ ਜਿਹੜੀ ਮੈਂ ਸਮਝ ਰਾਂਗਾ ਆਪਣੇ ਉਹਨੂੰ ਕਿ ਮੈਂ ਅੱਜ ਆਪਣੇ ਉਹਨੂੰ ਖਤਮ ਹੋ ਲਿਆ ਹੂੰ ਤਾਂ ਮੈਂ ਗੁਰੂ ਨੂੰ ਫਿਰ ਬੇਨਤੀ ਕੀਤੀ ਅਰਦਾਸ ਕੀਤੀ ਮੇਰੇ ਸੱਚੇ ਪਾਤਸ਼ਾਹ ਮੈਨੂੰ ਅੱਜ ਬਚਾਲਾ ਤੇ ਇਹ ਜਿਹੜੇ ਸ਼ਰੀਰ ਦਾ ਠਿੱਕਰਾ ਮੈਂ ਇਹ ਪੰਥ ਦੇ ਨਾਲ ਆਵਾਂਗਾ ਮੈਂ ਤੇਰੀ ਜਿਹੜੀ ਕੌਮ ਦੇ ਉੱਤੇ ਜ਼ੁਲਮ ਹੋਇਆ ਇਹਦਾ ਬਦਲਾ ਲਿਆਂਗਾ ਮੈਂ ਹੂੰ ਤਾਂ ਉਹਦੀ ਭਾਜੀ ਮੋਡਲ ਲਈ ਮੈਂ ਜਿਹੜੀ ਉਸੇ ਵੇਲੇ ਤੈਅ ਕਰ ਲਿਆ ਸੀ ਕਿ ਇਹ ਜਿਹੜੇ ਛੋਟੇ-ਮੋਟੇ ਗੁੰਡੇ ਆ ਇਹਨਾਂ ਨੂੰ ਹੱਥ ਨਹੀਂ ਮੈਂ ਪਾਉਣਾ ਮੈਂ ਹੱਥ ਪਾਵਾਂਗਾ ਇਹਨਾਂ ਦੇ ਸਾਰੇ ਗੁੰਡੇ ਨੂੰ ਜਿਨ੍ਹਾਂ ਨੇ ਇਹ ਉਸ ਵੱਡੇ ਗੁੰਡੇ ਨੂੰ ਜਿਹੜੇ ਗੁੰਡੇ ਨੇ ਇਹਨਾਂ ਨੂੰ ਸ਼ਹਿਦ ਦਿੱਤੀ ਸੀ ਜਿਹਨੂੰ ਲੋਕ ਉਸ ਵੇਲੇ ਪ੍ਰਧਾਨ ਮੰਤਰੀ ਕਹਿੰਦੇ ਸੀ ਤੇ ਮੈਂ ਉਹਨੂੰ ਪ੍ਰਧਾਨ ਮੰਤਰੀ ਨਹੀਂ ਮੈਂ ਉਹਨੂੰ ਗੁੰਡੇ ਦਾ ਹੀ ਨਾਮ ਦਿੰਨਾ ਸੋ ਐਡੀ ਵੱਡੀ ਉਸਨੇ ਕਤਲੇਆਮ ਕੀਤੀ ਜਿਹੜੇ ਜਿਹਦੀ ਦੁਨੀਆ ਵਿੱਚ ਮੈਂ ਸਮਝਦਾ ਕਿ ਹਿਟਲਰ ਤੋਂ ਬਾਅਦ ਹੋਰ ਕਿਤੇ ਵੀ ਉਦਾਹਰਣ ਨਹੀਂ ਮਿਲਦੀ। ਹੂੰ ਔਰ ਉਸ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਪਲਾਨ ਕਿਵੇਂ ਕੀਤਾ ਤੁਸੀਂ ਪੰਜਾਬ ਵਾਪਸ ਆਏ ਔਰ ਇਸ ਤੋਂ ਬਾਅਦ ਪਲਾਨ ਕੀਤਾ ਇਹ ਸਾਰਾ ਕੁਝ ਜੁੜਾ ਤੁਸੀਂ ਉੱਥੇ ਵਾਰਤਾਤ ਕਰਨੀ ਸੀ ਰਾਜਕਾੜ ਦੇ ਉੱਤੇ। ਜੀ ਮੈਂ ਫਿਰ ਇਹ ਜਿਹੜੇ ਜਦੋਂ ਮੈਂ ਪੰਜਾਬ ਆ ਗਿਆ ਸ਼ਿਫਟ ਕਰ ਗਿਆ ਕਿਉਂਕਿ ਮੈਂ 10 ਦਿਨ ਉੱਥੇ ਕੈਂਪ ਦੇ ਵਿੱਚ ਰਿਹਾ ਸ਼ਾਮਲਾਲ ਕਾਲਜ ਦੇ ਵਿੱਚ ਤਾਂ 10 ਦਿਨ ਦੇ ਵਿੱਚ ਮੈਨੂੰ ਮਤਲਬ ਇਹ ਪੂਰਾ ਆਪਣੇ ਦਿਮਾਗ ਦੇ ਉੱਤੇ ਮੇਰਾ ਵਰਡਨ ਸੀ ਕਿ ਮੈਂ ਜਿਹੜਾ ਇਹਦਾ ਬਦਲਾ ਲੈਣਾ ਲੋਕ ਦੰਗਾ ਜਿਹੜੇ ਉਸੇ ਕੈਂਪਸ ਸੀਗੇ ਜਿਹੜੇ ਉਹ ਜਿਹੜੇ ਪੀੜਤ ਸੀਗੇ ਉਹ ਪੀੜਤਾਂ ਨੂੰ ਰਾਸ਼ਨ ਵੰਡਿਆ ਜਾ ਰਿਆ ਸੀਗਾ ਉਹ ਉਹ ਦਾ ਕੋਈ ਸਮਾਨ ਇਕੱਠਾ ਕਰਨ ਦੇ ਵਿੱਚ ਵੀ ਜੀ ਸੀ ਕੋਈ ਕੁਛ ਕੰਮ ਮੈਂ ਇੱਕੋ ਚੀਜ਼ ਮੇਰਾ ਦਿਮਾਗ ਘੁੰਮ ਰਿਆ ਸੀ 24 ਘੰਟੇ ਉਹ ਸੀਗਾ ਕਿ ਮੈਂ ਇਹਦਾ ਬਦਲਾ ਕਿਵੇਂ ਲੈਣਾ ਤਾਂ ਮੈਂ ਉਥੋਂ 10 ਦਿਨ ਤੋਂ ਬਾਅਦ ਜਦੋਂ ਮੈਂ ਪੰਜਾਬ ਸ਼ਿਫਟ ਹੋ ਗਿਆ ਤਾਂ ਪੰਜਾਬ ਦੇ ਵਿੱਚ 5-6 ਮਹੀਨੇ ਰਹਿ ਕੇ ਮੈਂ ਫਿਰ ਦਿੱਲੀ ਦੇ ਚੱਕਰ ਲਾਣੇ ਫੇਰ ਸ਼ੁਰੂ ਕਰ ਦਿੱਤੇ ਸਪਲਾਈ ਦੇ ਨਾਂ ਦੇ ਉੱਤੇ ਜਿਹੜਾ ਸਪੇਅਰ ਪਾਰਟ ਸਮੇ ਲਿਆ ਕੇ ਉਥੋਂ ਦਿੱਲੀ ਸਪਲਾਈ ਕਰਨਾ ਸ਼ੁਰੂ ਕੀਤਾ ਕੜੀਆਂ ਦਾ ਜਿਹੜਾ ਸਪੇਅਰ ਪਾਰਟ ਸਪੇਅਰ ਪਾਰਟ ਸੀਗਾ ਨਾਲ ਮੈਂ ਸਟੱ ਤੜੀ ਹੈ ਤਾਂ ਪਰ ਮੇਰੀ ਜਿਹੜੀ ਦਿਮਾਗ ਸੀ ਦਿਮਾਗ ਮੇਰਾ ਇਧਰੋਂ ਹਟ ਕੇ ਕੰਮ ਵੱਲੋਂ ਹਟ ਕੇ ਹੁਣ ਮੇਰਾ ਜਿਹੜਾ ਇਹ ਆ ਪੜਾਈ ਵੱਲੋਂ ਹਟ ਕੇ ਮੇਰਾ ਦਿਮਾਗ ਜਿਹੜਾ ਹੁਣ 90% ਮੇਰਾ ਦਿਮਾਗ ਇੱਕੋ ਵੱਲ ਸੀ ਕਿ ਮੈਨੇ ਦੁਸ਼ਮਨ ਦੀ ਭਾਜੀ ਮੋੜਨੀ ਹੈ ਬਦਲਾ ਲੈ ਬਦਲੇ ਵੱਲ ਤੁਹਾਡਾ ਧਿਆਨ ਚਲ ਗਿਆ ਜੀ ਜੀ ਹਾਂਜੀ ਔਰ ਉਹ ਪਿਸਤੌਲ ਕਿੱਥੋਂ ਲਿਆ ਕਿੰਨੀ ਤਰੀਕ ਨੂੰ ਤੁਸੀਂ ਲੁਧਿਆਣੇ ਤੋਂ ਇੱਥੋਂ ਪੰਜਾਬ ਤੋਂ ਤੁਸੀਂ ਤੁਰੇ ਦਿੱਲੀ ਨੂੰ ਜਦੋਂ 2 ਤਰੀਕ ਨੂੰ ਜਦੋਂ ਗਾਂਧੀ ਜਯੰਤੀ ਮਨਾਈ ਜਾਣੀ ਸੀ ਔਰ ਉੱਥੇ ਉਹਨਾਂ ਦੇ ਵੱਲਵਾਣਾ ਸੀ ਰਾਜੀਵ ਗਾਂਧੀ ਦੇ ਵੱਲੋਂ ਔਰ ਤੁਸੀਂ ਸਾਰਾ ਕੁਝ ਕਿਵੇਂ ਪਲਾਨ ਕੀਤਾ ਤੁਸੀਂ 10 ਦਿਨ ਉੱਥੇ ਰਹੇ ਹੋ ਤੁਸੀਂ ਆਪਣੇ ਟਾਰਗੇਟ ਨੂੰ ਵਾਚ ਕੀਤਾ ਮੈਂ ਅਸਲ ਵਿੱਚ ਇੱਥੋਂ ਸ਼ਿਫਟ ਕਰ ਗਿਆ ਸੀ ਦਿੱਲੀ ਕਿਉਂਕਿ ਮੈਨੂੰ ਪਤਾ ਸੀ ਵੀ ਮੇਰਾ ਇੰਨੇ ਜਲਦੀ ਜਲਦੀ ਦਿੱਲੀ ਤੋਂ ਪੰਜਾਬ ਆਣਾ ਮੇਰੇ ਲਈ ਕੋਈ ਸੇਫ ਨਹੀਂ ਹੈ ਔਖਾ ਮੈਂ ਦਿੱਲੀ ਇੱਕ ਫੈਕਟਰੀ ਦੇ ਵਿੱਚ ਜੌਬ ਕਰ ਲਿਆ ਐ ਐਜ਼ ਹੈਲਪਰ ਹੂੰ ਤਾਂ ਉਹ ਹੈਲਪਰ ਦੇ ਤੌਰ ਤੇ ਮੈਂ ਜੌਬ ਜਦੋਂ ਕਰਦਾ ਸੀ ਮੈਨੂੰ ਮੇਰੇ ਖਿਆਲ 500 ਰੁਪਏ ਪਰ ਮਨਥ ਦੀ ਉਸ ਵੇਲੇ ਪੇ ਮਿਲਦੀ ਸੀ ਉਹ 500 ਰੁਪਏ ਦੇ ਵਿੱਚ ਮੈਂ ਡੀਟੀਸੀ ਦੇ ਬਸਾਂ ਦੇ ਵਿੱਚ ਮੈਂ ਵਿਦਆਊਟ ਚੱਲਦਾ ਸੀ ਕਿਉਂਕਿ ਮੇਰੀ ਜੇ ਵੀ ਨਹੀਂ ਅਲਾਉ ਨਹੀਂ ਕਰਦੀ ਸੀ ਤਾਂ ਮੈਂ ਡੇਲੀ ਉੱਥੇ ਜਿਹੜਾ ਰਾਜਕਟਾ ਹੈ ਉਹਦੇ ਉਹਦੀ ਮਤਲਬ ਸੀਆਈਡੀ ਦੇਖਣ ਜਾਂਦਾ ਸੀ ਜਾਂ ਪਹਿਲਾਂ ਮੈਂ ਲਾਲ ਕਿਲੇ ਵੀ ਜਿਹੜੀ ਸਕੀਮ ਲਾਈ ਹੋਈ ਸੀ ਕਿ ਮੈਂ ਲਾਲ ਕਿਲੇ ਜਾਵਾਂਗਾ ਪਰ 15 ਅਗਸਤ ਨੂੰ ਮੈਂ ਜਿਹੜਾ ਨੋਟ ਕੀਤਾ ਵੀ ਉਹਦੀ ਸਕਿਉਰਿਟੀ ਬਹੁਤ ਜ਼ਿਆਦਾ ਹੈ ਤਾਂ ਉੱਥੋਂ ਮੈਂ ਨਿਰਾਸ਼ ਹੋ ਕੇ ਲਾਲ ਲਾਲ ਕਿਲੇ ਤੋਂ ਜਦੋਂ ਵਾਪਸ ਆਇਆ ਦ੍ਰਿਗਾ ਦ੍ਰਿਗਾ ਦੇ ਪਿਛਲੇ ਪਾਸੇ ਤੁਸੀਂ ਤੁਸੀਂ ਵਾਰਦਾਤ ਕਰਨ ਤੋਂ ਪਹਿਲਾਂ ਹੋਵਰਕ ਕਰ ਰਹੇ ਸੀਗੇ ਰੇਕੀ ਕਰ ਰਹੇ ਸੀ ਸਾਰੇ ਰੇਕੀ ਕਰ ਰਹੇ ਸੀ ਬਿਲਕੁਲ ਜੀ ਕਿਉਂਕਿ ਇਹ ਕੋਈ ਇਹ ਸਮਝੋ ਕਿ ਛੋਟਾ ਮੋਟਾ ਕੰਮ ਨਹੀਂ ਸੀ ਦੇ ਦੇ ਪ੍ਰਧਾਨ ਮੰਤਰੀ ਦਾ ਪਿੱਛਾ ਕਰਨਾ ਉਹਦੀ ਪੈੜ ਨਪਣਾ ਕੋਈ ਛੋਟੀ ਬੋਡੀ ਗੱਲ ਸੀ ਸਿਕਿਉਰਟੀ ਕਵਰ ਬਹੁਤ ਜ਼ਿਆਦਾ ਹੁੰਦਾ ਪੈੜ ਪੈੜ ਦੇ ਉੱਤੇ ਬਿਲਕੁਲ ਜੀ ਸਿਕਿਉਰਟੀ ਇੰਨੀ ਜ਼ਿਆਦਾ ਸੀ ਕਿ ਉਹ ਦੁਨੀਆ ਦੀ ਟਾਪ ਸਿਕਿਉਰਟੀ ਸੀ ਇਹ ਮਨੇ ਸਾਰੀ ਦੁਨੀਆ ਦੇ ਜਿੰਨੇ ਟੌਪ ਜਿਹੜੇ ਜਿਹੜੇ ਰੂਲਰਸ ਨੇ ਉਹਨਾਂ ਨੂੰ ਕਾਪੀ ਕਰਕੇ ਉਹਨਾਂ ਦਾ ਮਿਕਸ ਅਪ ਕਰਕੇ ਇਹਦੀ ਜਿਹੜੀ ਰਜੀਵ ગાંધી ਦੀ ਸਕਿਉਰਟੀ ਬਣਾਈ ਜਾਂਦੀ ਸੀ ਔਰ ਉਹਨਾਂ ਸਾਰੀਆਂ ਗੱਲਾਂ ਨੂੰ ਮੈਂ ਨੋਟ ਕਰ ਰਿਹਾ ਜੀ ਬਾਤ ਕਰ ਰਿਹਾ ਸੀ ਕਿ ਇਹਨਾਂ ਸਾਰਿਆਂ ਦਾ ਤੋੜ ਭੰਨ ਕੇ ਮੈਂ ਜਿਹੜਾ ਮਤਲਬ ਗੁਰੂ ਦੀ ਆਸ਼ੀਰਵਾਦ ਨਾਲ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸਕਿਉਰਟੀ ਪੰਨੀ ਆ ਇਹ ਗੁਰੂ ਦਾ ਆਸ਼ੀਰਵਾਦ ਸੀ ਮੇਰੇ ਤੇ ਗੁਰੂ ਦਾ ਹੱਥ ਸੀ ਕਿ ਮੈਂ ਦੁਸ਼ਮਣ ਨੂੰ ਦਿਖਾ ਦਿੱਤਾ ਕਿ ਜੇ ਦੁਸ਼ਮਣ ਸਾਡਾ ਜਿਉਂਦਾ ਹੈ ਤਾਂ ਸਿੱਖ ਕੌਮ ਦੇ ਰਹਿਮ ਕਰਨ ਦੇ ਜਿਉਂਦਾ ਹੈ ਸਿੱਖਾਂ ਲਈ ਉਹਨੂੰ ਫੜਨਾ ਉਹਨੂੰ ਫੁੰਡਣਾ ਕੋਈ ਵੱਡੀ ਗੱਲ ਨਹੀਂ ਹੈ ਬਿਲਕੁਲ ਕਿਉਂਕਿ 1984 ਦੇ ਵਿੱਚ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਹੋਇਆ ਔਰ ਉਸ ਤੋਂ ਬਾਅਦ 1.5 ਸਾਲ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਇਹ ਘਟਨਾਕਰਮ ਹੋਣਾ ਕਿਉਂਕਿ ਉਹ ਤੋਂ ਸਿਕਿਉਰਟੀ ਹੋਰ ਜ਼ਿਆਦਾ ਕਬਰ ਉਹਨਾਂ ਨੂੰ ਮਿਲ ਗਿਆ ਹੋਊਗਾ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਉਹਨਾਂ ਨੇ ਇਸ ਨੂੰ ਟਾਈਟ ਸਿਕਿਉਰਟੀ ਰੱਖੀ ਹੋਈ ਸੀ ਔਰ ਚਿੜੀ ਕਹਿੰਦੇ ਵੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ ਔਰ ਇੰਨੀ ਜ਼ਿਆਦਾ ਟਾਈਟ ਸਿਕਿਉਰਟੀ ਸੀ ਸਿਕਿਉਰਟੀ ਸੀ ਉਹਨਾਂ ਸਾਰਿਆਂ ਦਾ ਮ ਮੇਰਾ ਜਿਹੜਾ ਜਿਹੜਾ ਇਹ ਅਟੈਕ ਹੈ ਕਿਸੇ ਤਰ੍ਹਾਂ ਵੀ ਅਸਫਲ ਨਾ ਹੋ ਜਾਵੇ ਹੂੰ ਸੋ ਉਹ ਮੈਨੇ ਆਪਣਾ ਹਰ ਹੀਲਾ ਵਰਤੇ ਹੋਇਆ ਸੀ ਪਰ ਜਿਹੜਾ ਪਰਮਾਤਮਾ ਹੈ ਮੈਂ ਸਮਝਦਾ ਵੀ ਉਹਦੇ ਹੱਥ ਵੱਡੇ ਸੀ ਕਿ ਉਹ ਬਚ ਗਿਆ ਹੂੰ ਪਰਮਾਤਮਾ ਨੇ ਉਹਨੂੰ ਯਾਦ ਕਰਾਉਣਾ ਸੀ ਕਿ ਤੂੰ ਜੁੜਿਆ ਸਿੱਖਾਂ ਦੇ ਰਹਿਮ ਕਰਮ ਤੇ ਜੁੜਿਆ ਸਿੱਖ ਕੌਮ ਨਾਲ ਪੰਗਾ ਨਾਲ ਹੈ ਹੂੰ ਸੋ ਉਹਦੀ ਔਕਾਤ ਦੱਸਣ ਲਈ ਪਰਮਾਤਮਾ ਨੇ ਮੈਂ ਸਮਝਦਾ ਕਿ ਮੈਨੂੰ ਮੈਨੂੰ ਇੱਕ ਮੋਹਰਾ ਬਣਾ ਕੇ ਪਰਮਾਤਮਾ ਨੇ ਜਿਹੜਾ ਇਹ ਅਟੈਕ ਉਸਤੇ ਕਰਵਾਇਆ ਹੂੰ ਤੇ ਉਹਨੂੰ ਆਪਣੀ ਔਕਾਤ ਵੀ ਪਤਾ ਲੱਗਿਆ ਉਸ ਨੂੰ ਇਹ ਪਤਾ ਲੱਗਿਆ ਕਿ ਸਿੱਖ ਕੌਮ ਜਿਹੜੀ ਹੈ ਅਸਲ ਵਿੱਚ ਕਿਹੋ ਜੀ ਜ਼ਹਿਰੀ ਕੌਮ ਹੈ ਵੀ ਇਹ ਪਹਿਲਾਂ ਕਿਸੇ ਨੂੰ ਪੰਗਾ ਲੈਂਦੀ ਨਹੀਂ ਹੈ ਜੇ ਕੋਈ ਇਹਨੂੰ ਬਾਰ ਬਾਰ ਖਹੀ ਜਾਵੇ ਬਾਰ ਬਾਰ ਖਹੀ ਜਾਵੇ ਤਾਂ ਫਿਰ ਉਹਨੂੰ ਇਹਨੂੰ ਸੋਧਣਾ ਵੀ ਜਾਣਦੀ ਹੈ ਹਾਂਜੀ ਇਹ ਕਿੰਦਾ ਕੱਤੀ ਮੋੜ ਤੇ ਇਹ ਬਿਲਕੁਲ ਇਹ ਠੀਕ ਹੈ ਤੁਹਾਡੀ ਗੱਲ ਤੁਸੀਂ ਦੱਸ ਰਹੇ ਹੋ ਜੇਕਰ ਥੋੜਾ ਵਿਸਤਾਰ ਚ ਦੱਸੋ ਸਾਡੇ ਦਰਸ਼ਕਾਂ ਦੇ ਲਈ ਉਹ ਇਨਸੀਡੈਂਟ ਕੀ ਸੀ ਤੁਸੀਂ ਪਿਸਤੌਲ ਕਿੱਥੋਂ ਖਰੀਦੀ ਕਿੰਨੀ ਤਰੀਕ ਨੂੰ ਤੁਸੀਂ ਰਾਜਕਾਟ ਪਹੁੰਚੇ ਕਿੱਥੇ ਜਾ ਕੇ ਤੁਸੀਂ ਛੁਪੇ ਉਹ ਕਿਵੇਂ ਪੜਾਦਰ ਪੜਾ ਸਾਰਾ ਕੁਝ ਚੱਲਿਆ ਮੈਂ ਜਿਹੜੀ ਐ ਪਿਸਤੌਲ ਉਹ ਤਿੰਨ ਚਾਰ ਮਹੀਨੇ ਪਹਿਲੇ ਖਰੀਦ ਲਈ ਸੀ ਹੂੰ ਜਿਹੜੀ ਦੇਸੀ ਪਿਸਤੌਲ ਸੀ ਮੈਂ ਉਹ ਫੈਕਟਰੀ ਦੇ ਮਤਲਬ ਬਾਹਰ ਇੱਕ ਲਾਉਣ ਬਣਾਇਆ ਹੋਇਆ ਸੀਗਾ ਉਹ ਪਾਰਕ ਦੇ ਵਿੱਚ ਮੈਂ ਉਹ ਥੋੜੀ ਧਰਤੀ ਨੂੰ ਖੋਦ ਕੇ ਮੈਂ ਉਹਦੇ ਵਿੱਚ ਪਲਾਸਟਿਕ 'ਚ ਬੰਦ ਕਰਕੇ ਮੈਂ ਉਹਨੂੰ ਛੁਪਾ ਰੱਖਿਆ ਸੀ ਦਿੱਲੀ 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 ਦੇ ਵਿੱਚ ਜੀ ਜੀ ਉਹ ਖਲਾ ਦੇ ਵਿੱਚ ਤਾਂ ਇਹ ਸਾਰੀਆਂ ਇਨਵੈਸਟੀਗੇਸ਼ਨ ਦੇ ਦੌਰਾਨ ਚੀਜ਼ਾਂ ਆਈਆਂ ਹੋਈਆਂ ਨੇ ਬਾਹਰ ਹੂੰ ਤਾਂ ਉਹ ਜਿਸ ਵੇਲੇ ਮੈਂ ਹੈ ਛੁਪਣਾ ਸੀਗਾ ਉੱਪਰ ਜਿਹੜੇ ਕਿਉਂਕਿ ਮੈਨੂੰ ਪਤਾ ਸੀਗਾ ਕਿ 2 ਅਕਤੂਬਰ ਨੂੰ ਜਿਸ ਵੇਲੇ ਰਾਜੀਵ ਗਾਂਧੀ ਨੇ ਉੱਥੇ ਜਾਣਾ ਪਰ ਉਹਨੇ ਮਹਾਤਮਾ ਗਾਂਧੀ ਨੂੰ ਫੁੱਲ ਭੇਟ ਕਰਨ ਤਾਂ ਉਹਦੇ ਕਿਉਂਕਿ ਸਾਰਾ ਵੈਰੀਕੇਡਸ ਨਾਲ ਬਲਾਕ ਕਰ ਦਿੱਤਾ ਜਾਏਗਾ ਜੀ ਤਾਂ ਮੈਨੂੰ ਉਹ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ 15 ਦਿਨ ਤਕਰੀਬਨ ਮੈਂ ਪਹਿਲੇ ਜਿਹੜਾ ਬਲਕਿ ਮੇਰਾ ਐਸਟੀਮੇਟ ਇੱਕ ਮਹੀਨੇ ਦਾ ਸੀ ਕਿ ਮੈਨੂੰ ਇੱਕ ਮਹੀਨਾ ਪਹਿਲੇ ਬੈਠਣਾ ਪਏਗਾ ਮੈਂ ਹਰ ਰੋਜ਼ ਜਾਣਾ ਸ਼ਾਮੀ ਵਾਪਸ ਆ ਜਾਣਾ ਇਹ ਸੋਚ ਕੇ ਕਿ ਅੱਜ ਦਾ ਦਿਨ ਕੈਦ ਦੇ ਵਿੱਚ ਨਹੀਂ ਲਗਾਉਣਾ ਕੱਲ ਨੂੰ ਬੈਠਾਂਗੇ ਜੀ ਪਰ ਜਦੋਂ ਲੰਘਦੇ ਲੰਘਦੇ 15 ਦਿਨ ਪਹਿਲਾਂ ਉਹਨਾਂ ਨੇ ਜਿਹੜੀ ਵੈਰੀਕੇਟਿੰਗ ਹੈ ਉਸ ਇਲਾਕੇ ਦੀ ਕਿਉਂਕਿ ਉਹਨਾਂ ਨੂੰ 8 ਫੋਰਸਾਂ ਜਿਹੜੀਆਂ ਉਸ ਵੇਲੇ ਸਿਕਿਉਰਿਟੀ ਦੇ ਰਹੀਆਂ ਸੀ ਪ੍ਰਧਾਨ ਮੰਤਰੀ ਨੂੰ 8 ਅਲੱਗ-ਅਲੱਗ ਫੋਰਸਾਂ ਸੀਗੀਆਂ ਉਹਦੇ ਜਿਹੜੇ ਇੰਪਲਾਈ ਕੀਤੇ ਹੋਏ ਸੀਗੇ ਤਾਂ ਉਹ ਜਿਹੜੇ ਬੈਰੀਕੇਡਸ ਉਹਨਾਂ ਨੇ ਲੈਣ ਦੇ 15 ਦਿਨ ਪਹਿਲਾਂ ਤਾਂ ਉਹ ਬੈਰੀਕੇਡਸ ਇਸ ਤਰ੍ਹਾਂ ਸਰਕੂਲੇਸ਼ਨ ਉਹਨਾਂ ਦਾ ਬਣਾਉਂਦੇ ਸੀ ਚਾਰੇ ਪਾਸੇ ਇੱਕ ਸਰਕਲ ਮਤਲਬ 200 ਮੀਟਰ ਦੇ ਏਰੀਆ ਦੇ ਵਿੱਚ ਉਹਨਾਂ ਨੇ ਪਹਿਲਾਂ ਲਗਾ ਦੇਣਾ ਪੂਰੀ ਸਰਚਿੰਗ ਕਰਕੇ ਫਿਰ ਉਹ ਤੋਂ ਬਾਅਦ 20 ਫੁੱਟ ਦੇ ਤੇ ਇੱਕ ਹੋਰ ਸਰਕਲ ਲਗਾ ਦੇਣਾ ਬੈਰੀਕੇਡਸ ਲਗਾ ਕੇ ਉਸ ਤਰ੍ਹਾਂ ਦੇ ਜੰਗਲੇ ਲਗਾ ਕੇ ਉਸ ਇਸ ਤਰ੍ਹਾਂ ਕਰਦੇ ਕਰਦੇ ਉਹ ਜੰਗਲੇ ਜਿਸ ਵੇਲੇ 10 ਨਹੀਂ ਰਹਿ ਗਏ ਤਾਂ ਮੈਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਜੇ ਅੱਜ ਤੂੰ ਨਹੀਂ ਚੜ ਕੇ ਬੈਠੇਗਾ ਆਧਾ ਦਿਨ ਜਾਂ ਮਿਸ ਕਰੇਗਾ ਕੱਲ ਨੂੰ ਇਹ ਚੜ ਕੇ ਨਹੀਂ ਬੈਠ ਸਕੇਗਾ ਜਿਹੜਾ ਸਕਿਉਰਟੀ ਕਵਰ ਅੱਗੇ ਆ ਜਾਊਗਾ ਹੋ। ਹਾਂ ਉਹ ਸਕਿਉਰਟੀ ਕਵਰ ਇੰਨਾ ਟਾਈਟ ਹੋ ਜਾਏਗਾ। ਮੈਂ ਫਿਰ ਰਿਸਕ ਕਰਕੇ ਉਹ 10 ਦਿਨ ਪਹਿਲਾਂ ਜਿਹੜਾ 22 ਸਤੰਬਰ ਦੀ ਸ਼ਾਮ ਨੂੰ ਜਿਸ ਵੇਲੇ तकरीबन ਹਨੇਰਾ ਹੋ ਚੱਲਿਆ ਸੀਗਾ ਮੈਂ ਉਸ ਵੇਲੇ ਉੱਥੇ 2 ਅਕਤੂਬਰ ਨੂੰ ਤੁਸੀਂ ਵਾਰਦਾਤ ਕੀਤੀ ਹੈ 22 ਸਤੰਬਰ ਦੀ ਸ਼ਾਮ ਨੂੰ 22 ਸਤੰਬਰ ਦੀ ਸ਼ਾਮ ਨੂੰ ਤੁਸੀਂ ਉੱਥੇ ਬੈਠੇ ਸੀ ਆਪਣੇ ਜਿਹੜਾ ਤੁਹਾਡਾ ਟਾਰਗੇਟ ਹੈ ਹਾਂਜੀ ਜੀ 22 ਸਤੰਬਰ ਉਹ ਕੈਨੋਪੀ ਸੀਗੀ ਜਿਹਦੇ ਵਿੱਚ ਬੋਗਨਵਿਲ ਉੱਪਰ ਚੜੀ ਹੋਈ ਸੀ ਉਸ ਕੈਨੋਪੀ ਦੇ ਉੱਪਰ ਮੈਂ ਬੈਠ ਕੇ ਅਸੀਂ ਇਸ ਤਰ੍ਹਾਂ ਛੁੱਕੇ ਤਾਂ ਮੈਂ ਜਿਹੜਾ ਸੀਮੈਂਟਡ ਸੀਮੈਂਟਡ ਛੱਤ ਸੀਗੀ ਉਹ ਸਾਰੀ ਹਾਂ ਸੀਮੈਂਟਡ ਛੱਤ ਸੀ ਇਹਦੇ ਉੱਪਰ ਬੋਗਨਵਿਲ ਉੱਪਰ ਚੜੀ ਹੋਈ ਸੀ ਉੱਥੇ ਜਿਹੜਾ ਸਮਾਨ ਸੀਗਾ ਜਿਸ ਵੇਲੇ ਮੈਂ ਚੜਿਆ ਉਸ ਵੇਲੇ ਮੇਰੇ ਕੋਲ ਕੁਝ ਨਹੀਂ ਸੀਗਾ ਸਿਰ ਦੇ ਵਿੱਚ ਮੈਂ ਉੱਪਰ ਛੁੱਟਿਆ ਹੁੰਦਾ ਸੀਗਾ ਜਿੱਥੇ ਮੈਂ ਛੁਪਣਾ ਸੀਗਾ ਕੀ ਕੀ ਤੁਹਾਡੇ ਕੋਲ ਕੀ ਕੀ ਸੀਗਾ ਉੱਥੇ ਸਮਾਨ ਕੀ ਮੇਰੇ ਕੋਲ 35 ਚੀਜ਼ਾਂ ਦੀ ਲਿਸਟ ਜਿਨ੍ਹਾਂ ਵਿੱਚ ਸ਼ਾਮਲ ਸੀਗੀ ਉਹਨਾਂ ਦੇ ਵਿੱਚੋਂ ਕੁਝ ਪਰਮੁਖਵੇਂ ਹੁਣ ਵੀ ਯਾਦ ਨੇ ਇੱਕ ਤਾਂ ਹਰੇ ਰੰਗ ਦੀ ਜਿਹੜੀ ਹੈ ਚਾਦਰ ਮੈਨੇ ਸੀਗੀ ਉੱਪਰ ਨੂੰ ਰੱਖੀ ਹੋਈ ਜਿਹਦੇ ਵਿੱਚੋਂ ਤਾਂ ਕਿ ਮੈਨੂੰ ਆਪਣੇ ਆਪ ਨੂੰ ਮੈਂ ਜਿਹੜਾ ਕੈਮੋਫਲਾਈਜ਼ ਕਰ ਸਕਾਂ ਫੌਜੀ ਕਰਦੇ ਨੇ ਹਾਂਜੀ ਹਾਂਜੀ ਪੌਦਿਆਂ ਦੇ ਵਿੱਚ ਕਿਉਂਕਿ ਮੈਂ ਛੁਪਿਆ ਹੋਇਆ ਸੀਗਾ ਹਰੇ ਰੰਗ ਦੀ ਉਹ ਹਰੇ ਰੰਗ ਦੀ ਸੂਤ ਲਈ ਸੀ ਮੇਰੇ ਕੋਲੇ ਜਿਹੜੀ ਸੇਬਾ ਜੀ ਨੂੰ ਪੰਜਾਬੀ ਵਿੱਚ ਬੋਲਦੇ ਹਰੇ ਰੰਗ ਦਾ ਉਹ ਸੇਬਾ ਨੂੰ ਮੈਂ ਹਰੇ ਰੰਗ ਦਾ ਜਿਹੜਾ ਕਲਰ ਦੇਖ ਲੈ ਕੇ ਗਿਆ ਸੀਗਾ ਔਰ ਮੇਰੇ ਕੋਲੇ ਇੱਕ ਘੜੀ ਸੀ ਜਿਸ ਨੇ ਮੈਨੂੰ ਟਾਈਮ ਦੱਸਣਾ ਸੀ ਉਹ ਡੇਟ ਦੱਸਣੀ ਕਿਉਂਕਿ ਮੈਂ ਉੱਪਰ ਚੜ੍ਹ ਕੇ ਬੈਠਾ ਸੀ ਇਹ ਨਹੀਂ ਪਤਾ ਲੱਗਣਾ ਸੀ ਵੀ ਅੱਜ ਡੇਟ ਕੀ ਹੈ ਔਰ ਚਨੇ ਸੀਗੇ ਮੇਰੇ ਕੋਲੇ 600 ਗ੍ਰਾਮ 650 ਨੂੰ 10 ਰੁਪਏ ਦੇ ਆਏ ਸੀ ਉਸ ਵੇਲੇ 650 ਗ੍ਰਾਮ ਚਨੇ ਭੁੰਨੇ ਹੋਏ ਚਨੇ ਤਾਂ ਉਹਨਾਂ ਵਿੱਚੋਂ ਮੇਰੇ ਖਾਲ ਵੱਧ ਵੱਧ ਡੇਢ ਮੁਠੀ ਲੱਗੇ ਹੋਣਗੇ ਜਿਹੜੇ ਬਾਕੀ ਸਾਰੇ ਇਦਾਂ ਐਨੇ ਸਾਰੇ ਹੋ ਜਿਹੜਾ ਪੈਕਟ ਅਜੇ ਕੇਸ ਪ੍ਰੋਪਰਟੀ ਦੇ ਵਿੱਚ ਅੱਜ ਵੀ ਪਿਆ ਹੋਇਆ ਹੈ 22 ਤੋਂ ਲੈ ਕੇ 2-3 ਤੱਕ ਉਹਨੇ ਕੀ ਤੁਸੀਂ ਖਾ ਕੇ ਉੱਥੇ ਰਹੇ ਹੋ ਜੀ ਜੀ ਕਿਉਂਕਿ ਮੇਰੀ ਪ੍ਰੋਬਲਮ ਐਸੀ ਮੈਂ ਜਿਹੜਾ 5 ਦਿਨ ਪਹਿਲੇ পেট ਖਾਲੀ ਕੀਤਾ ਹੋਇਆ ਸੀ ਜੇ ਮੈਂ ਪਹਿਲੀ পেট ਖਾਲੀ ਨਾ ਕੀਤਾ ਤਾਂ ਮੈਂ ਟਾਇਲਰ ਚਾਹਦੇ ਮੇਰੇ ਕੋਲ ਉੱਪਰ ਜਗ੍ਹਾ ਨਹੀਂ ਸੀ ਸੋ ਮੈਂ ਪਹਿਲੀ 5 ਦਿਨ ਤੋਂ ਜਿਹੜਾ পেট ਖਾਲੀ ਕਰਨ ਕਰਕੇ ਮਤਲਬ ਇਸ ਗੱਲ ਚੁਕੰਨਾ ਸੀਗਾ ਕਿ ਮੈਨੂੰ ਉੱਪਰ ਜਾ ਕੇ ਟਾਇਲਟ ਨਹੀਂ ਜਾਣਾ ਔਰ ਇਤੋਂ ਤੱਕ ਵੀ ਮੈਂ ਬਾਥਰੂਮ ਵੀ ਨਹੀਂ ਜਾ ਸਕਦਾ ਸੀ ਕਿਉਂਕਿ ਮੇਰੇ ਪਾਣੀ ਉਹਨਾਂ ਦੇ ਦੋ ਘਟਾ ਪੀਣਾ ਹੁੰਦਾ ਸੀਗਾ ਕਿ ਮੂੰਹ ਗਿੱਲਾ ਹੋ ਜਾਏ ਮੇਰਾ ਕਿਉਂਕਿ ਥੱਲੇ ਉਹਦੇ ਕਮਾਂਡੋ ਖੜੇ ਹੋਏ ਨੇ ਕਿ ਉਹ ਬਾਥਰੂਮ ਉਹਨਾਂ ਦੇ ਕਮਾਂਡੋਆਂ ਦੇ ਉੱਤੇ ਜਾਏਗਾ ਤਾਂ ਉਹਨਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਉੱਪਰ ਉਹ ਬੰਦਾ ਕੌਣ ਬੈਠਾ ਹੈ ਬਾਥਰੂਮ ਕਿੱਦਾਂ ਆ ਰਿਹਾ ਹ ਹ ਸੋ ਇਸ ਗੱਲਾਂ ਇਹਨਾਂ ਗੱਲਾਂ ਦਾ ਮੈਂ ਪਹਿਲੇ ਹੀ ਧਿਆਨ ਰੱਖਿਆ ਹੋਇਆ ਸੀ ਉਹਨਾਂ 35 ਚੀਜ਼ਾਂ ਦੀ ਜਿਹੜੀ ਲਿਸਟ ਹੈ ਉਹ ਕਾਫੀ ਲੰਬੀ ਹੈ ਔਰ ਆਟੋਮ ਆਟੋਮਾਸ ਰੱਖਿਆ ਸੀ ਤਾਂ ਜੋ ਮੈਨੂੰ ਮੱਛਰ ਜਿਹੜਾ ਉਹ ਲੜੇ ਨਾ ਬਿਲਕੁਲ ਅੱਛਾ ਇੱਕ ਇਹ ਵੀ ਇਹ ਵੀ ਚੀਜ਼ ਆ ਇਹ ਵੀ ਮੈਂ ਤੁਹਾਡੇ ਬਾਰੇ ਪੜ੍ਹਿਆ ਕਿ ਤੁਸੀਂ ਉੱਥੇ ਆਪਣੇ ਸਰੂਪ ਦੇ ਵਿੱਚ ਨਹੀਂ ਸੀ ਤੁਸੀਂ ਕਟਿੰਗ ਸੀਗੀ ਤੁਹਾਡੇ ਤੁਸੀਂ ਨਾਲ ਐਸਾ ਲਿਟਰੇਚਰ ਵੀ ਲੈ ਕੇ ਸੀ ਕਿ ਜੇ ਤੁਸੀਂ ਵਾਰਤਤ ਕਰ ਦਿੰਨੇ ਹੋ ਤੇ ਤੁਸੀਂ ਜਦੋਂ ਫੜੇ ਜਾਓ ਤਾਂ ਉਹਨਾਂ ਨੂੰ ਇਹ ਲੱਗੇ ਕਿ ਇਹ ਕੋਈ Hindu ਸੀਗਾ ਸਿੱਖ ਆਇਡੈਂਟੀਟੀ ਤੁਸੀਂ ਨਹੀਂ ਸ਼ੋਅ ਕਰਨੀ ਚਾਹੁੰਦੇ ਸੀ ਉਹਦੇ ਉਹਦੇ ਪਿੱਛੇ ਕੀ ਤੁਹਾਡਾ ਆਈਡੀਆ ਸੀਗਾ ਹਾਂ ਉਹਦਾ ਰੀਜ਼ਨ ਇਹ ਸੀ ਮੈਨੇ 84 ਦੇ ਵਿੱਚ ਦੇਖਿਆ ਸੀਗਾ ਕਿ ਜਿਸ ਵੇਲੇ ਸਾਡਾ ਕਤਲੇਆਮ ਜਿਹੜਾ ਹੋਇਆ ਉਹਦੇ ਪਿੱਛੇ ਮੇਜਰ ਇਹ ਸੀਗਾ ਕਿ ਆਇਡੈਂਟੀਟੀ ਜਿਹੜੀ ਹੈ ਤੁਰਤ ਜਿਹੜੀ ਹੈ ਡਿਸਕਲੋਜ਼ ਹੋ ਗਈ ਸੀ ਕਿ ਸਿੱਖ ਕਮਿਊਨਿਟੀ ਦੇ ਬੰਦੇ ਨੇ ਇਹ ਸੋ ਉਹਨੂੰ ਆਇਡੈਂਟੀਟੀ ਨੂੰ ਆਪਣੇ ਨੂੰ ਮੈਂ چھਪਾਈ ਰੱਖਣਾ ਚਾਹੁੰਦਾ ਸੀਗਾ ਤਾਂ ਜੋ ਇਹ ਨਾ ਪਤਾ ਲੱਗੇ ਕਿ ਮੈਂ ਜਿਹੜਾ ਇੱਕ ਸਿੱਖ ਆ ਔਰ ਅਟੈਕ ਕਰਨ ਵਾਲਾ ਕੌਣ ਹੈ ਉਹ ਮੈਨੂੰ ਇਹ ਪਤਾ ਸੀਗਾ ਕਿ ਸਰਕਾਰ ਪਤਾ ਕਰ ਲਏਗੀ ਪਰ ਉਹਦੋਂ ਨੂੰ 2-3 ਦਿਨਾਂ ਤੱਕ ਇੰਨੇ ਨੂੰ ਜਿਹੜੇ ਸਿੱਖ ਆ ਉਹ ਚੁਕੰਨੇ ਹੋ ਜਾਣਗੇ ਸੋ ਉਸ ਆਇਡੈਂਟੀਟੀ ਨੂੰ چھਪਾਈ ਰੱਖਣ ਲਈ ਮੈਂ ਆਪਣਾ ਨਾਮ ਜਿਹੜਾ ਉਸ ਵੇਲੇ ਮਨਮੋਹ ਤਸਈ ਦੱਸਿਆ ਸੀ ਔਰ ਮੈਂ ਕੁਝ ਸੰਸਕ੍ਰਿਤ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਉਹ ਕਿਤਾਬਾਂ ਵੀ ਜਿਹੜੀਆਂ ਮੈਂ ਨਾਲ ਲੈ ਕੇ ਗਿਆ ਹੋਇਆ ਸੀ ਕਿ ਮਿਸ ਜੇਕਰ ਤੁਸੀਂ ਫੜੇ ਜਾਂਦੇ ਤਾਂ ਮਿਸਲੀਡ ਹੋਵੇ ਉਹਨਾਂ ਦੀ ਜਿਹੜੀ ਸਾਡੀ ਇਹ ਕਾਰਜ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਇੱਥੇ ਤੱਕ ਕਿ ਦਿਗੰਬਰ ਜਨ ਮੰਦਿਰ ਹੈ ਦਿੱਲੀ ਦਾ ਉਹਦੀ ਮੈਂ 11 ਰੁਪਏ ਦੀ ਪਰਚੀ ਕਟਵਾ ਕੇ ਮਨਮੋਹ ਦੇਸਾਈ ਨਾਂ ਦੇ ਉੱਤੇ ਮੈਂ ਉਹ ਜੇਬ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਲੈਨਿੰਗ ਕੀਤੀ ਹੋਈ ਸੀ ਪੂਰੀ ਹਰ ਤਰ੍ਹਾਂ ਦੇ ਨਾਲ ਬਿਲਕੁਲ ਮੈਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਸੀ ਸਿਰ ਇਕ ਚੀਜ਼ ਦੀ ਮੇਰੇ ਵੱਲੋਂ ਕਮੀ ਰਹਿ ਗਈ ਉਹ ਸੀਗੀ ਹਥਿਆਰ ਦੀ ਕਮੀ ਔਰ ਦੈਟ ਵਾਸ ਮਾਈ ਫਰਸਟ ਫਾਇਰ ਆਫ ਲਾਈਫ ਹਮਮ ਔਰ ਮੇਰੀ ਜ਼ਿੰਦਗੀ ਦਾ ਪਹਿਲਾ ਫਾਇਰ ਸੀਗਾ ਤੇ ਉਹ ਵੀ ਆਪਣੇ ਦੁਸ਼ਮਣ ਦੇ ਉੱਤੇ ਫਾਇਰ ਸੀਗਾ ਅੱਛਾ ਜਦੋਂ ਤੁਸੀਂ ਪਿਸਤੌਲ ਖਰੀਦੀ ਸੀ ਟੈਸਟ ਨਹੀਂ ਕੀਤਾ ਸੀ ਕਿ ਤੁਸੀਂ ਚਲਾ ਕੇ ਨਹੀਂ ਦੇਖੀ ਬਿਲਕੁਲ ਨਹੀਂ ਮੇਰੀ ਜ਼ਿੰਦਗੀ ਦਾ ਪਹਿਲਾ ਫਾਇਰ ਸੀਗਾ ਉਹ ਪਹਿਲੀ ਵਾਰ ਚਲਾ ਕੇ ਦੇਖਿਆ ਕਿੰਨੇ ਕਿੰਨੇ ਕਾਰਤੂਸ ਕਿੰਨੇ ਸੀ ਤੁਹਾਡੇ ਕੋਲ ਕਿੰਨੇ ਕਾਰਤੂਸ ਮੇਰੇ ਕੋਲ 5 ਸੀਗੇ ਜਿਨ੍ਹਾਂ ਦੇ ਵਿੱਚੋਂ 3 ਮੈਂ ਚਲਾ ਦਿੱਤੇ ਸੀਗੇ ਇੱਕ ਮੈਂ ਉਦੋਂ ਚਲਾਇਆ ਜਿਸ ਵੇਲੇ ਉਹ ਅੰਦਰ ਆ ਰਿਹਾ ਸੀਗਾ ਤੇ ਦੋ ਮੈਂ ਉਦੋਂ ਚਲਾਏ ਨੇ ਜਿਸ ਵੇਲੇ ਉਹ ਵਾਪਸ ਜਾਣ ਲੱਗਿਆ ਇੱਕ ਘੰਟੇ ਦੇ ਗੈਪ ਨਾਲ ਬਿਲਕੁਲ ਅੱਛਾ ਜੇ ਤੁਸੀਂ ਉਹ ਸਿਮੈਂਟਡ ਕਨਾਪੀ ਜਿਹੜੀ ਤੁਸੀਂ ਕਹਿੰਦੇ ਹੋ ਉੱਤੇ ਸੀਗੇ ਬੋਗਨਵਿਲਾ ਦਾ ਜਿਹਦੇ ਉੱਤੇ ਉਹਦਾ ਕਵਰ ਸੀਗਾ ਔਰ ਉਸ ਦੌਰਾਨ ਤੁਸੀਂ ਇੰਨੇ ਦਿਨ ਰਹੇ ਹੋ 22 ਤਰੀਕ ਤੋਂ ਲੈ ਕੇ ਤੁਸੀਂ 2 ਤਰੀਕ ਤੱਕ ਰਹੇ ਹੋ ਸلسਲੇਵਾਰ ਜੇ ਥੋੜਾ ਜਿੰਨਾ ਕੁ ਵੀ ਤੁਹਾਨੂੰ ਯਾਦ ਹੋਵੇ ਮੈਨੂੰ ਲੱਗਦਾ ਤੁਹਾਨੂੰ ਪਲ-ਪਲ ਯਾਦ ਹੋਊਗਾ ਉਹ ਬਹੁਤ ਲੰਮਾ ਸਮਾਂ ਹੋਊਗਾ ਉਹ ਤੁਸੀਂ ਇਸ ਗੱਲੋਂ ਤੁਸੀਂ ਕਿਸ ਤਰ੍ਹਾਂ ਉਹ ਬਤਾਇਆ ਹੋਊਗਾ ਸੋਚ ਕੇ ਵੀ ਬਹੁਤ ਵੱਡੀ ਹੈਰਾਨੀ ਹੁੰਦੀ ਹੈ ਮੁਸ਼ਕਲਾਂ ਸਾਹਮਣੇ ਆ ਜਾਂਦੀਆਂ ਨੇ ਔਰ ਕਿਸ ਤਰ੍ਹਾਂ ਰਿਹਾ ਉਹ ਸ ਜੇਕਰ ਯਾਦ ਹੋਵੇ ਤੁਹਾਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ ਤੁਸੀਂ ਬਹੁਤ ਥੋੜਾ ਖਾਦਾ ਬਹੁਤ ਥੋੜਾ ਪਾਣੀ ਪੀਤਾ ਕਿ ਤੁਹਾਨੂੰ ਕੁਝ ਤੁਹਾਨੂੰ ਨੇਚਰ ਕਾਲ ਨਾ ਆਵੇ ਜਾਂ ਕੁਝ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਹਾਦਸਤ ਤਾਂ ਹੋਵੇ ਇਸ ਤੋਂ ਇਲਾਵਾ ਕੀ-ਕੀ ਸੀਗਾ ਮੁਸ਼ਕਲਾਂ ਤਾਂ ਮੈਨੂੰ ਇਹ ਲੱਗਦਾ ਵੀ ਉਹ 10 ਦਿਨ ਨੇ ਉਹ 10 ਜਾਨਵਾਰਾਂ ਦਾ ਸਤਵਾਂ ਸੀਗਾ 6 ਦਿਨ ਮੇਰੇ ਉੱਤੇ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਜਿਹਦੇ ਨਾਲ ਮੇਰਾ ਜਿਹੜਾ ਪਿੰਡਾ ਵੀ ਸਾਰਾ ਗਲ ਗਿਆ ਸੀਗਾ ਔਰ ਜਿਹੜੇ ਉਹ ਬੋਗਨਵਿਲ ਸੀ ਉਹਨੇ ਉੱਪਰ ਜੜਾਂ ਉੱਪਰ ਬਣਾਈਆਂ ਹੋਈਆਂ ਸੀ ਹੂੰ ਔਰ ਉਹ ਜੜਾਂ ਦੇ ਵਿੱਚ ਜਿਹੜੇ ਇੱਕ ਉਹ ਮਿਲੇਪੈਂਟ ਜਿਹਾ ਹੁੰਦਾ ਹੈ ਘੋਗੇ ਜੀ ਜਿਨ੍ਹਾਂ ਦੇ ਵਿੱਚੋਂ ਉਹ ਸਿੰਘ ਜੇ ਉਹਨਾਂ ਦੇ ਉੱਪਰ ਲੱਗੇ ਹੁੰਦੇ ਆ ਉਹ ਲੰਬੇ ਪਿੱਛੇ ਪਟੇਲ ਜੀ ਉਹਨਾਂ ਦੀ ਬਣੀ ਹੁੰਦੀ ਆ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਮੇਰੀ ਮਤਲਬ ਸਰੀਰ ਦੀ ਹੀਟ ਲੈਣ ਕਰਕੇ ਜਦੋਂ ਪਾਣੀ ਚਾਰੇ ਪਾਸੇ ਵਰਸਿਆ ਤਾਂ ਉਹ ਮੇਰੇ ਸਰੀਰ ਦੀ ਹੀਟ ਲੈਣ ਵਾਸਤੇ ਮੇਰੇ ਇਦਾਂ ਚੜ ਜਾਂਦੇ ਕੱਪੜਿਆਂ ਦੇ ਉੱਤੇ ਚੜੇ ਜਾਂਦੇ ਤਾਂ ਮੈਂ ਉਹ ਲੱਪ ਭਰ ਭਰ ਕੇ ਉਹਨਾਂ ਦੇ ਮੈਨੂੰ ਹੁਣ ਤੱਕ ਆਦਾ ਇਦਾਂ ਮੈਂ ਸੁੱਟੀ ਜਾਂਦਾ ਸੀ ਉਹਨਾਂ ਦੇ ਹੂੰ ਤਾ ਵੀ ਇਹ ਸਮਝੋ ਵੀ ਨਰਕ ਦੀ ਦੂਜਾ ਨਾਮ ਸੀਗਾ ਮੇਰੇ ਪਿੱਛੇ ਏਡੇ ਏਡੇ ਪ੍ਰਿੰਡਾਂ ਦੇ ਛੱਤਾਂ ਇੱਕ ਇਧਰ ਲੱਗਿਆ ਹੋਇਆ ਇੱਕ ਇਧਰ ਲੱਗਿਆ ਹੋਇਆ ਪਿੱਛੇ ਇੱਕ ਸ਼ਹਿਦ ਦੀਆਂ ਮੱਖੀਆਂ ਦਾ ਬੜਾ ਸਾਰਾ ਛੱਤਾਂ ਮੇਰੇ ਪਿੱਛੇ ਲੱਗਿਆ ਹੋਇਆ ਸੀ ਹੂੰ ਤਾਂ ਜੇ ਮੈਂ ਬਿਲਕੁਲ ਵੀ ਥੋੜਾ ਜਿਹਾ ਵੀ ਹਿੱਸਾ ਆਪਣਾ ਬਾਹਰ ਕਰਦਾ ਸੀ ਇੱਕਦਮ ਮੇਰੀਆਂ ਅੱਖਾਂ ਨੂੰ ਆਉਂਦੀਆਂ ਸੀਗੀਆਂ ਉਹ ਮਤਲਬ ਦਿਨੇ ਮੈਂ ਉਹਦਾ ਜਿਹੜਾ ਆਪਣਾ ਚਿਹਰਾ ਬਾਹਰ ਨਹੀਂ ਕੱਢ ਸਕਦਾ ਸੀ ਜਿਸ ਵੇਲੇ ਸ਼ਾਮ ਪੈ ਜਾਂਦੀ ਸੀ ਮੈਂ ਥੋੜਾ ਉਸ ਵੇਲੇ ਹਾਲ ਦੇਲੇ ਮੈਂ ਉਹ ਗਤੀਵਿਧੀਆਂ ਦੇਖਦਾ ਸੀ ਹਾਲ ਦੇਲੇ ਕੀ ਗਤੀਵਿਧੀਆਂ ਚੱਲ ਰਹੀਆਂ ਨੇ ਹੂੰ ਔਰ ਚਾਰੇ ਪਾਸੇ ਬਹੁਤ ਹੀ ਜ਼ਿਆਦਾ ਇੱਕ ਨਰਕਪਰੀ ਜ਼ਿੰਦਗੀ ਸੀ ਔਰ ਮੇਰੇ ਕੋਲ ਤਕਰੀਬਨ 1.5 ਫੁੱਟ ਬਾਈ 1.5 ਫੁੱਟ ਦੀ ਤਕਰੀਬਨ ਜਗ੍ਹਾ ਸੀ ਜਿਹਦੇ ਵਿੱਚ ਮੈਂ ਇਸ ਤਰ੍ਹਾਂ ਕਰਕੇ ਬੈਠੇ ਹੋਇਆ ਸੀ ਹੂੰ ਤੇ ਉਹਦੇ ਵਿੱਚ ਹੀ ਜਿਹੜੀ ਜਗਾ ਸੀਗੀ ਜਿਹਦੇ ਵਿੱਚ ਮੈਂ ਹੇਠਾਂ ਉਹ ਤੰਬੂ ਦੀ ਤਰ੍ਹਾਂ ਮੈਂ ਫੱਟੀਆਂ ਲੈ ਗਿਆ ਸੀ ਪਹਿਲਾਂ ਨਾਲ ਜਿਹੜੀ ਉਹ 35 ਚੀਜ਼ਾਂ ਦੀ ਲਿਸਟ ਤੁਹਾਨੂੰ ਮੈਂ ਦੱਸੀ ਆ ਉਹ ਫੱਟੀਆਂ ਦੇ ਨਾਲ ਮੈਂ ਚਾਰੇ ਪਾਸੇ ਖੜੀਆਂ ਕਰਕੇ ਕਿਉਂਕਿ ਉਹਨੂੰ ਬੇਲ ਨੂੰ ਮੈਂ ਕੱਟ ਨਹੀਂ ਸਕਦਾ ਸੀਗਾ ਜੇ ਉਹ ਕੱਟਦਾ ਤਾਂ ਉਹਦੇ ਜਿਹੜੇ ਪੱਤੇ ਕੁਮਲਾ ਜਾਂਦੇ ਆ ਉਹ ਫਿਰ ਕਮਾਂਡਾਂ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਇਹ ਜਿਹੜਾ ਬੰਦਾ ਉੱਪਰ ਕੋਈ ਚੜਿਆ ਹੋਇਆ ਜਿਹੜੀ ਗਤੀਵਿਧੀ ਹੋ ਰਹੀ ਹੈ ਉਹ ਪੱਤੇ ਹਾਂ ਜਿਹੜੀ ਕੁਮਲਾਈ ਜਾ ਰਹੇ ਨੇ ਕੋਈ ਬੰਦਾ ਉੱਪਰ ਚੜਿਆ ਹੋਇਆ ਹੈ ਸੋ ਇਹਨਾਂ ਚੀਜ਼ਾਂ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਆਂ ਵੀ ਇਹ ਸਾਂਝੋ ਵੀ ਬਹੁਤ ਹੀ ਜ਼ਿਆਦਾ ਪ੍ਰੋਬਲਮਸ ਮੈਨੂੰ ਉੱਪਰ ਆਈਆਂ 10 ਦਿਨ ਦੇ ਵਿੱਚ ਇੱਕ ਵਾਰ ਤਾਂ ਮੈਂ ਮਤਲਬ ਇਹਨਾਂ ਨੂੰ ਅਸੰਭਵ ਮੰਨ ਲੇ ਸੀ ਕਿ ਇੱਥੇ ਅਟੈਕ ਨਹੀਂ ਹੋ ਸਕਦਾ ਪਰ ਜਦੋਂ ਮੈਨੂੰ ਹੌਲੀ 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 ਕਰਕੇ ਮੈਨੂੰ ਛੁਪਨ ਨੂੰ ਥਾਂ ਮਿਲ ਗਈ ਉੱਥੇ ਤਾਂ ਫਿਰ ਮੈਨੂੰ ਪਰਮਾਤਮਾ ਹੌਲੀ ਹੌਲੀ ਹੌਸਲਾ ਦਿੰਦਾ ਗਿਆ ਕਿ ਨਹੀਂ ਆਪਾਂ ਨੇ ਜਿਹੜਾ ਇਹ ਅਟੈਕ ਕਰਨਾ ਬਿਲਕੁਲ ਉਹ ਤੁਹਾਡਾ ਬੰਕਰ ਬਣਾਇਆ ਹੋਇਆ ਸੀਗਾ ਇੱਕ ਤਰ੍ਹਾਂ ਦਾ ਬਿਲਕੁਲ ਜੀ ਇਹ ਨੇਚਰਲ ਬੰਕਰ ਦੀ ਤਰ੍ਹਾਂ ਬਣਾ ਲਿਆ ਸੀਗਾ ਜਿਵੇਂ ਬੋਬੀ ਹੈ ਦਾ ਅੱਲਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਮੈਂ ਉਸ ਤਰ੍ਹਾਂ ਉਹਨੂੰ ਚਾਰੇ ਪਾਸੇ ਆਪਣੇ ਬੰਡ ਲਿਆ ਸੀਗਾ ਹੂੰ ਔਰ ਉਹਦੇ ਵਿੱਚ ਮੈਂ ਛੁਪ ਕੇ ਇਸ ਤਰ੍ਹਾਂ ਬੈਠ ਗਿਆ ਸੀ ਉਹਦੇ ਵਿੱਚੋਂ ਇਸ ਤਰ੍ਹਾਂ ਇੱਕ ਬੰਕਰ ਜਿਹਾ ਬਣਾ ਕੇ ਉਹਦਾ ਗੋਲ ਜਿਹਾ ਗੋਲਾਈ ਜੀ ਹੈ ਜਿਵੇਂ ਉਹਦਾ ਸੁਰਾਹੀ ਦਾ ਮੂੰਹ ਜਿਹਾ ਹੁੰਦਾ ਏਦਾਂ ਉਹਦਾ ਰੋਸ਼ਨਦਾਨ ਜਿਹਾ ਬਣਾ ਲਿਆ ਸੀ ਉਸ ਨੂੰ ਹੁਣ ਕਹਿੰਦਾ ਇਹਨੂੰ ਏਦਾਂ ਦਾ ਕਰ ਦੋ ਵੈਸੇ ਦੀ ਸੋਸ਼ਕਤੀ ਖਤਮ ਹੋ ਜਾ ਡੈਡ ਡੈਡ ਹੋ ਜਾਏਗੀ ਤੁਹਾਡੇ ਸਾਹਮਣੇ ਇਹ ਗੱਲਾਂ ਕਹੀਆਂ ਹਾਂਜੀ ਹਾਂਜੀ ਬਿਲਕੁਗ ਉਹਨੂੰ ਐਸੀ ਸ਼ੈਅ ਦੇਖਾ ਉਹ ਤੋਂ ਤੁਹਾਡੀ ਆਇਡੈਂਟੀਟੀ ਹੋ ਚੁੱਕੀ ਸੀ ਕਿ ਤੁਸੀਂ ਇੱਕ ਸਿੱਖ ਹੈਗੇ ਹੋ ਹਾਂ ਹਾਂ ਬਿਲਕੁਗ ਉਹ ਤੋਂ ਹੋ ਚੁੱਕੀ ਸੀ ਕਿਉਂਕਿ ਉਹ ਉਹਨਾਂ ਨੂੰ ਇਹ ਭਲੇਖਾ ਸੀ ਕਿ ਮੈਨੂੰ ਇੰਗਲਿਸ਼ ਨਹੀਂ ਆਉਂਦੀ ਉਹ ਕਈ ਵਾਰੀ ਇਨਵ ਕਿ ਮੇਰਾ ਇੰਗਲਿਸ਼ మీడియం ਸੀ ਪ੍ਰੀ ਇੰਜੀਨੀਅਰਿੰਗ ਦੇ ਵਿੱਚ ਮੈਂ ਜਿਹੜੀ ਜਿਹੜੀ ਬਹੁਤ ਵਧੀਆ ਮੇਰੀ ਇੰਗਲਿਸ਼ ਸੀਗੀ ਤੇ ਇਸ ਕਰਕੇ ਵੀ ਉਹਨਾਂ ਨੂੰ ਇਹ ਭਿਲੇਖਾ ਸੀਗਾ ਸ਼ਾਇਦ ਮੈਨੂੰ ਇੰਗਲਿਸ਼ ਨਹੀਂ ਆਉਂਦੀ ਉਹ ਡਿਸਕਸ਼ਨ ਆਪਾਂ ਚ ਇੰਗਲਿਸ਼ ਕਰਦੇ ਸੀ ਉਹਨਾਂ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਲੱਗਦਾ ਸੀ ਉਹਨਾਂ ਨੇ ਭਿਲੇਖਾ ਸੀਗਾ ਵੀ ਇਹ ਤਾਂ ਦੇਸੀ ਜਿਹਾ ਬੰਦਾ ਇਹਨੂੰ ਸ਼ਾਇਦ ਕੁਝ ਨਹੀਂ ਆਉਂਦਾ ਹੋਵੇਗਾ ਹੂੰ ਸੋ ਉਹਨਾਂ ਨੇ ਫਿਰ ਕਹਿੰਦਾ ਵੀ ਇਹਨੂੰ ਇੰਨਾ ਨਾ ਕਰਦੋ ਵੀ ਇਹ ਤਾਂ ਸਿਰਫ ਸਾਹ ਚੱਲਦੇ ਰਹਿਣ ਸਾਹ ਆ ਇਹਦੇ ਖਤਮ ਹੋ ਜਾਂਦੇ ਹੋ ਬਾਕੀ ਇਹਨੂੰ ਮੁੜ ਕੇ ਜਿੱਦ ਨਹੀਂ ਖਤਮ ਕਰ ਦਿੱਤਾ ਜਾ ਪਰ ਮੈਨੂੰ ਲੱਗਦਾ ਕਿ ਇਹ ਤੁਹਾਡਾ ਲਾਜਵਾਬ ਇੱਕ ਪੱਖ ਰਿਹਾ ਹੈਗਾ ਹਾਲਾਂਕਿ ਕਿੰਤੂ ਪਰੰਤੂ ਹੋ ਸਕਦਾ ਹੈ ਕਿ ਚੰਗਾ ਮਾੜਾ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿੰਦੇ ਲੋਕਾਂ ਤੇ ਛੱਡਦੇ ਆ ਪਰ ਤੁਹਾਡਾ ਇਹ ਇੱਕ ਪੱਖ ਬਹੁਤ ਮਜ਼ਬੂਤ ਰਿਹਾ ਕਿ ਤੁਸੀਂ ਜੇਲ੍ਹ ਦੇ ਅੰਦਰ ਪੜ੍ਹੇ ਹੋ ਤੁਸੀਂ ਬਹੁਤ ਪੜ੍ਹਾਈ ਕੀਤੀ ਹੈ ਜੇਲ੍ਹ ਦੇ ਅੰਦਰ ਔਰ ਇਹ ਵੀ ਲੋਕਾਂ ਨਾਲ ਇੱਕ ਪੱਖ ਸਾਂਝਾ ਕਰਾਂਗੇ ਇੰਟਰਵਿਊ ਜ਼ਰੂਰ ਥੋੜਾ ਸਾਡਾ ਲੰਬਾ ਹੋ ਜਾਏਗਾ ਪਰ ਮੈਨੂੰ ਲੱਗਦਾ ਕਿ ਉਹ ਪੱਖ ਵੀ ਲੋਕਾਂ ਦੇ ਸਾਹਮਣੇ ਜ਼ਰੂਰ ਆਉਣੇ ਚਾਹੀਦੇ ਨੇ ਔਰ ਉਸ ਤੋਂ ਬਾਅਦ ਤੁਸੀਂ 14 ਸਾਲ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ گزارਿਆ 13 ਸਾਲ 7 ਮਹੀਨੇ ਸੌਰੀ 1 ਗ੍ਰੈਜੂਏਸ਼ਨ ਕੀਤੀ ਕਿਉਂਕਿ ਮੇਰੀ ਉਹ ਡਿਸਕੰਟੀਨਿਊ ਹੋ ਗਈ ਜਿਹੜੀ ਇੰਜੀਨੀਅਰਿੰਗ ਆ ਉਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਡਿਸਲੋ ਕਰ ਦਿੱਤੀ ਕਿ ਤੁਸੀਂ ਕਸਟਡੀ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਹੁਣ ਅਲਾਉ ਨਹੀਂ ਕਰ ਸਕਦੇ ਇੰਜੀਨੀਅਰਿੰਗ ਤਾਂ ਮੈਂ ਫਿਰ ਪਹਿਲਾਂ ਇਕਨੋਮਿਕਸ ਨਾਲ ਵੀ ਇਹ ਕੀਤੀ ਇੱਕ ਉਸ ਕਰਕੇ ਫਿਰ ਮੈਂ ਐਮਏ ਇੰਗਲਿਸ਼ ਕਰਨੀ ਚਾਹੁੰਦਾ ਸੀ ਇਕਨੋਮਿਕਸ ਕਰਨਾ ਚਾਹੁੰਦਾ ਵੀ ਪਰ ਮੈਨੂੰ ਕਿਤਾਬਾਂ ਲੈ ਕੇ ਦੇਣ ਵਾਲਾ ਕੋਈ ਨਹੀਂ ਸੀ ਉਹ ਮਦਰ ਜਿਹੜੇ ਅਨਪੜ੍ਹ ਸੀਗੇ ਫਿਰ ਉਹਨਾਂ ਨੂੰ ਉਹਨਾਂ ਨੂੰ ਕਿਸੇ ਸਲਾਹ ਦਿੱਤੀ ਕਿ ਹਿਸਟਰੀ ਦੀ ਐਮਏ ਦੇ ਕਿਤਾਬਾਂ ਤੁਹਾਨੂੰ ਈਜ਼ੀਲੀ ਅਵੇਲੇਬਲ ਹੋ ਜਾਣਗੀਆਂ ਕਿਉਂਕਿ ਗ੍ਰੈਜੂਏਸ਼ਨ ਦੇ ਵਿੱਚ ਹੁੰਦੀਆਂ ਨੇ ਬੱਚਿਆਂ ਕੋਲੇ ਉਹਨਾਂ ਸਾਰੀਆਂ ਕਲੈਕਸ਼ਨ ਕਰਕੇ ਉਹਦੇ ਕੋਲ ਦੇ ਆ ਉਹਦੇ ਕੋਲ ਪੇਰੈਂਟਸ ਦਾ ਬਹੁਤ ਜ਼ਿਆਦਾ ਰਿਹਾ ਅੱਛਾ ਇੱਕ ਇਹ ਵੀ ਪੱਖ ਹੈ ਕਿ ਕਹਿੰਦੇ ਕਿ ਰਜੀਵ ਗਾਂਧੀ ਜੀ ਤੁਹਾਡੇ ਨਾਲ ਮੁਲਾਕਾਤ ਕਰਨ ਜੇਲ੍ਹ ਦੇ ਵਿੱਚ ਵੀ ਆਏ ਨੇ ਹਾਂਜੀ ਮੇਰੇ ਕੋ ਉਹ ਕੀ ਸੀਗਾ ਤੁਹਾਡੇ ਦਰਮਿਆਨ ਕੀ ਗੱਲਬਾਤ ਹੋਈ ਔਰ ਕਿਉਂ ਤੁਹਾਡੇ ਕੋਲ ਆਂਦੇ ਸੀਗੇ ਜੇਲ੍ਹ ਵਿੱਚ ਨਹੀਂ ਉਹ ਆਏ ਸੀਗੇ ਜਿਸ ਵੇਲੇ ਮੇਰਾ 56 ਦਿਨ ਦਾ ਪੁਲਿਸ ਰਿਮਾਨਡ ਸੀ ਉਸ ਵੇਲੇ ਆਇਆ ਉਹ ਦੋ ਵਾਰ ਆਇਆ ਮੇਰੇ ਕੋਲ ਕਿਉਂਕਿ ਉਹ ਬਾਰ-ਬਾਰ ਇਸ ਗੱਲ ਨੂੰ ਕਲੀਅਰ ਕਰ ਕਿਉਂਕਿ ਇਹ ਬੜੀ ਸਰਕਾਰ ਨੇ ਇਹਨੂੰ ਇੰਨੀ ਗੰਭੀਰਤਾ ਨਾਲ ਲਿਆ ਵੀ ਸੀਵੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਇੱਕ ਉਹਨਾਂ ਨੇ 15 ਮੈਂਬਰੀ ਪਾਰਲੀਮੈਂਟਰੀ ਕਮੇਟੀ ਬਣਾਈ ਜਿਹੜੀ ਇਹ ਪਤਾ ਕਰ ਰਹੀ ਸੀ ਕਿ ਸੀਬੀਆਈ ਮੇਰੇ ਕੇਸ ਵਿੱਚ ਕਿਸੇ ਬੰਦੇ ਨੂੰ ਨਾ ਬਚਾ ਦੇ ਕੋਈ ਛੁਪਾ ਨਾ ਕੋਈ ਛੁਪਾ ਕੇ ਨਾ ਰੱਖੇ ਬਰਾਬਰ ਪਾਰਟੀ ਜਿਹੜੀ ਜਿਹੜੀ ਇੱਕ ਦਿੱਲੀ ਪੁਲਿਸ ਕਿ ਇਨਵੈਸਟੀਗੇਸ਼ਨ ਕਰ ਰਹੀ ਤਿੰਨ ਮਤਲਬ ਜਿਹੜੀਆਂ ਏਜੰਸੀਆਂ ਅਲੱਗ-ਅਲੱਗ ਮੇਰੇ ਤੋਂ ਪੁੱਛਗਿੱਛ ਕਰ ਰਹੀਆਂ ਸੀ ਹੂੰ ਔਰ ਉਹ ਬਾਰ-ਬਾਰ ਮਤਲਬ ਇਹ ਗੱਲ ਚਾਹੁੰਦੀ ਸੀ ਵੀ ਅਸਲੀਅਤ ਪਤਾ ਕੀਤੀ ਜਾਵੇ ਵੀ ਕੌਣ ਆ ਇਹਨੂੰ ਮਾਰਨ ਦੇ ਪਿੱਛੇ ਜਿਹੜਾ ਰਜੀਵ ਗਾਂਧੀ ਦਾ ਜਿਹੜਾ ਦੂਸਰਾ ਕੌਣ ਉਹ ਇੱਕ ਨਹੀਂ ਮੰਨ ਰਹੇ ਸੀ ਇੱਕ ਬੰਦੇ ਦੀ ਪਲੈਨਿੰਗ ਨਹੀਂ ਬਣਦੀ ਜੀ ਜੀ ਇੱਕ ਬੰਦਾ ਵੀ ਪਲੈਨਿੰਗ ਨਹੀਂ ਮੰਨ ਰਿਹਾ ਸੀ ਸੋ ਰਜੀਵ ਗਾਂਧੀ ਖੁਦ ਜਦੋਂ ਮਿਲਣਾ ਮਿਲਣਾ ਚਾਹੁੰਦਾ ਸੀਗਾ ਉਹਨੂੰ ਮਤਲਬ ਕਲੈਰੀਫਾਈ ਕਰਨਾ ਚਾਹੁੰਦਾ ਸੀ ਜਿਵੇਂ ਉਹਨੇ ਮੈਨੂੰ ਪੁੱਛਿਆ ਕਿ ਆ ਮੇਰੇ ਗੋਲੀ ਕਿਉਂ ਚਲਾਈਏ ਆਪਣੇ ਹੂੰ ਤਾਂ ਮੈਂ ਉਹਨੂੰ ਫਿਰ ਇਸੇ ਗੱਲ ਦਾ ਜਵਾਬ ਦਿੱਤਾ ਕਿ ਇਹ ਇਹ ਹੀ ਇਹ ਹੀ ਲੈਜਾ ਸੀ ਆਪ ਨੇ ਮੇਰੇ ਤੇ ਗੋਲੀ ਚੁਲਾ ਲਈ ਹੈ ਹਾਂ ਗੋਲੀ ਕਿਉਂ ਚੁਲਾ ਲਈ ਆਪ ਕੋ ਕਿਆ ਗੁੱਸਾ tha ਮੇਰੇ ਸੇ ਅੱਛਾ ਤਾਂ ਮੈਂ ਉਹਨੂੰ ਆਖਿਆ ਕਿ ਆਪ ਨੇ ਬੋਲਾ tha ਕਿ ਜਬ ਕੋਈ ਇਤਨੇ ਕਤਲਿਆਂ ਕੇ ਬਾਅਦ ਆਪ ਨੇ ਬੋਲਾ ਕਿ ਜਬ ਕੋਈ ਬੜਾ ਪੇੜ ਗਿਰਦਾ ਧਰਤੀ ਹਿਲਤੀ ਹੈ ਹੂੰ ਤਾਂ ਮੈਂ ਆਪ ਕੋ ਇਹ ਹੀ ਦਿਖਾਣਾ ਚਾਹਤਾ ਕਿ ہماری ਸਿੱਖ ਕੌਮ का ਇਹ ਗਰ ਪੱਤਾ ਵੀ ਹਿਲਤਾ ਹੈ ਤਾਂ ਸਾਰੀ ਦੁਨੀਆ ਹਿਲਤੀ ਹੈ ਮਤਲਬ ਆਪ ਨੇ ہماری ਕੌਮ ਕੋ ਮਤਲਬ ਗਲਤ ਨਹੀਂ ਇਨਸਾਫ ਨਹੀਂ ਕੀਆ ਉਹ ਫਿਰ ਕਹਤਾ ਆਪ ਮਾਫੀ ਮੰਗ ਲਓ ਆਪ ਕੋ ਛੋੜ deta ਹੂੰ ਮੈਂ ਛੋੜਨੇ ਕਾ ਆਰਡਰ ਕਰ ਸਕ ਮੈਂ ਕਹ ਵੀ ਇਹ ਨਹੀਂ ਹੋ ਸਕਦਾ ਕਿਉਂਕਿ ਮੈਨੂੰ ਪਤਾ ਸੀ ਇਹ ਇੱਕ ਤੀਰ ਨਾਲ ਦੋਸ਼ਕਾਰ ਕਰ ਰਿਹਾ ਆਪਣੇ ਆਪ ਨੂੰ ਮਹਾਤਮਾ ਬਣ ਕੇ ਪੇਸ਼ ਕਰਨਾ ਚਾਹੁੰਦਾ ਸੀਗਾ ਉਹ ਸੋ ਉਹਨਾਂ ਗੱਲਾਂ ਦੀ ਕਰਕੇ ਮੈਂ ਉਹਨੂੰ ਨਾ ਕਰ ਦਿੱਤੀ ਕਿ ਮੈਂ ਇਹ ਪੋਸੀਬਲ ਨਹੀਂ ਹੈ ਮੈਂ ਸੌਰੀ ਨਹੀਂ ਬੋਲਦਾ ਦੂਜੀ ਮੁਲਾਕਾਤ ਫਿਰ ਦੂਜੀ ਮੁਲਾਕਾਤ ਤੇ ਫੇਰ ਆਇਆ ਉਸਨੇ ਬੋਲਾ ਕਿ ਮੈਨੇ ਆਪਕੋ ਬੋਲਾ ਥਾ ਸੌਰੀ ਬੋਲ ਦੋ ਆਪਣੇ ਸੋਚਾ ਕਿ ਮੈਨੇ ਕਿਹਾ ਜੀ ਆਪਕੋ ਪਹਿਲੇ ਦਿਨ ਹੀ ਬੋਲ ਦਿਆ ਥਾ ਇਹ ਕਹਤਾ ਹਮ ਪੰਜਾਬ ਦਾ ਮਸਲਾ ਸੋਲਵ ਕਰਨਾ ਚਾਹਤੇ ਹਾਂ ਹਮੇ ਲੀਡਰ ਨਹੀਂ ਮਿਲਤਾ ਮੈਨੇ ਕਹੀ ਪੰਜਾਬ ਦਾ ਆਪਕੇ ਜੀ ਲੀਡਰ ਆਤੇ ਕਹਤਾ 5 ਰੁਪਏ ਕੇ ਚਾਏ ਕੱਪ 5 ਰੁਪਏ ਕੇ ਬਿਸਕੁਟ ਕੇ ਚਾਏ ਕੇ ਕੱਪੇ बिक ਜਤੇ ਹੈ ਆਪਕੇ ਲੀਡਰ ਕਿਸੇ ਬਾਤ ਕਰੇ ਹਰੇ ਰੀਵ ਕਦੀ ਵਰਦੀ ਨਹੀਂ ਕਿ ਕਿਸੇ ਬਾਤ ਕਰੇ ਹਮ ਤੁਹਾਡੇ ਲੀਡਰ ਇਸਨੇ ਬਿਕਾਊਟ ਲੀਡਰ ਹੈ ਚਾਹੇ ਕਿ ਕਾ ਤਾਂ ਮੈਂ ਉਹਨੂੰ ਇਹ ਵੀ ਮੈਨੂੰ ਯਾਦ ਹੈ ਕਿ ਮੈਂ ਉਹਨੂੰ ਕਿਹਾ ਕਿ ਆਪਨੇ ਸਿੱਖੋਂ ਸਿੱਖੋਂ ਕੋ ਸਿੱਖ ਵਿਕਤਾ ਹੀ ਨਹੀਂ ਆਪਨੇ ਸਿੱਖੋਂ ਕੋ ਆਪਕੇ ਲੀਡਰੋਂ ਕੋ ਦੇਖਿਆ ਕਿਉਂਕਿ ਜੋ ਗਦਾਰ ਹੁੰਦੇ ਸਿੱਖ ਕੋ ਕੋਈ ਨਹੀਂ ਖਰੀਦ ਸਕਦਾ ਤੇ ਮੈਨੂੰ ਹਜ ਤੱਕ ਯਾਦ ਆ ਫਿਰ ਉਹ ਜੋ ਜੋ ਸੀਬੇਜ ਵਾਲੇ ਆਫੀਸਰ ਸੀ ਉਹ ਕਹਿੰਦੇ ਸਰ ਚਲੋ ਇਹ ਪਾਗਲ ਆਦਮੀ ਆਪਕੋ ਕੁਛ ਬੋਲ ਦੇਗਾ ਤਾ ਉਹ ਫੜਾ ਬਟਨ ਨੂੰ ਲੈ ਕੇ ਕਿਉਂਕਿ ਇੱਕ ਇੱਕ ਦੋ ਮਿੰਟ ਉਹਨੂੰ ਰੁਕਨ ਦਿੰਦੇ ਸੀ ਜ਼ਿਆਦਾ ਨਹੀਂ ਉਹਨੂੰ ਰੁਕਨ ਦਿੰਦੇ ਸੀ ਕਿਉਂਕਿ ਉਹਨਾਂ ਨੂੰ ਇਹ ਡਰ ਸੀਗਾ ਕਿ ਸ਼ਾਇਦ ਮੈਂ ਉਹਨੂੰ ਕੁਝ ਮਿਸਬਿਹਿਵ ਕਰਦੇ ਆ ਤਾਂ ਇਹ ਮਤਲਬ ਬਾਹਰ ਪ੍ਰੈਸ ਜਾ ਜਾਏਗਾ ਹੂੰ ਤਾਂ ਇਸ ਗੱਲ ਦਾ ਖਤਰਾ ਸੀ ਉਹਨਾਂ ਨੂੰ ਔਰ ਅੰਦਰ ਤੁਸੀਂ ਜਦੋਂ ਰਹੇ ਹੋ ਜਦੋਂ ਤੁਹਾਡੀ ਇੰਟਰੋਗੇਸ਼ਨ ਹੋ ਗਈ ਸਾਰਾ ਉਸ ਤੋਂ ਬਾਅਦ ਤਾਂ ਨਹੀਂ ਕੁੱਟਮਾਰ ਹੋਈ ਉਸ ਤੋਂ ਬਾਅਦ ਤੁਸੀਂ ਨਾਰਮਲ ਲਾਈਫ ਹੋ ਗਈ ਸੀ ਉੱਥੇ ਜਾਂ ਤੁਹਾਡੇ ਨਾਲ ਇੱਕ ਇਹ ਵੀ ਪੱਖ ਹੈ ਕਹਿੰਦੇ ਕਿ ਪ੍ਰੋਫੈਸਰ ਭੁੱਲਰ ਵੀ ਸੇਮ ਸੈੱਲ ਦੇ ਵਿੱਚ ਰਹੇ ਨੇ ਹਾਂ ਨਹੀਂ ਮੈਂ ਜਿਹੜੇ ਡਿਊਰਿੰਗ ਕਸਟਡੀ ਦਾ ਮੈਨੂੰ ਇਹਨਾਂ ਨੇ ਕੀਤਾ ਜਿਹੜਾ ਸ਼ਰੀਰ ਟੌਰਚਰ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਂ ਦਿਲ ਚੱਲਾ ਗਿਆ ਉਹਨੂੰ ਕਹਿੰਦੇ ਜੁਡੀਸ਼ੀਅਲ ਕਸਟਡੀ ਬੋਲਦੇ ਆ ਤਾਂ ਉਹ ਮੈਨੂੰ ਉਹਨਾਂ ਨੇ ਮਾਨਸਿਕ ਪ੍ਰੈਸ਼ਰ ਹੇਠ ਰੱਖਿਆ ਬਹੁਤ ਜ਼ਿਆਦਾ ਉਹ ਕੀ ਪ੍ਰੈਸ਼ਰ ਕਿਦਾਂ ਆਇਆ ਉਹ ਪ੍ਰੈਸ਼ਰ ਸੀਗਾ ਵੀ ਜੇਲ੍ਹ ਦਾ ਜਿਹੜਾ ਛੋਟਾ ਜਿਹਾ ਸੈੱ ਪੱਖਾ ਨੇ ਅੰਦਰ ਜਿਹੜਾ ਸੀਵਰ ਲਾਈਨ ਆ ਜਿਹੜੀ ਉਹ ਬੰਦ ਕੀਤੀ ਹੋਈ ਜਾਣ ਬੁੱਝ ਕੇ ਬਲੌਕ ਕੀਤੀ ਹੋਈ ਹੈ ਕਿ ਉਹਦਾ ਜਿਹੜਾ ਗੰਦਾ ਪਾਣੀ ਆ ਉਸ ਅੱਧੀ ਚੱਕੀ ਦੇ ਵਿੱਚ ਜਿਹੜਾ ਸੈਲ ਚੱਕੀਆਂ ਬੋਲਦੇ ਉਹਨਾਂ ਨੂੰ ਤੇ ਉਹਦੇ ਵਿੱਚ ਜਿਹੜਾ ਫੈਲਾ ਰਹਿੰਦਾ ਸੀ ਜਿਸ ਵੇਲੇ ਮੇਰਾ ਕੇਸ ਖਤਮ ਹੋ ਗਿਆ ਮੈਨੂੰ ਇਹਨਾਂ ਨੇ ਪੰਜਾਬ ਸ਼ਿਫਟ ਕਰ ਦਿੱਤਾ ਪ੍ਰੋਫੈਸਰ ਭੁੱਲਰ ਨੂੰ ਮੇਰੇ ਵਾਲੇ ਸੈਲ ਚ ਬਾਅਦ ਦਿੱਤਾ ਔਰ ਇਹ ਉਹਨਾਂ ਦੀ ਮਾਨਸਿਕ ਜਿਹੜੀ ਪਰੇਸ਼ਾਨੀ ਦਾ ਇਹੀ ਕਾਰਨ ਸੀਦਾ ਬਣੀਆ ਬਿਲਕੁਲ ਉਹ ਇਹਨਾਂ ਦੀ ਆਪਣੀ એનર્ਜੀ ਚੈਨਲਾਈਜ਼ਡ ਕੀਤੀ ਤੁਸੀਂ ਪੜ੍ਹਦੇ ਰਹੇ ਉੱਥੇ ਤੁਸੀਂ ਦੱਸਿਆ ਕਿ ਗੁਰਬਾਣੀ ਦਾ ਵੀ ਤੁਸੀਂ ਅਭਿਆਸ ਕੀਤਾ ਹਾਂ ਮੈਂ ਮਹਾਰਾਜ ਨੇ ਮੈਨੂੰ ਕਿਰਪਾ ਕੀਤੀ ਕਿ ਮੈਂ ਉਹਨੇ ਮੈਨੂੰ ਵੱਲ ਵਖਸ਼ਿਆ ਮੈਂ ਸਟੱਡੀ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਵੀ ਕੀਤੇ ਜਿੰਨੇ ਵੀ ਉਹਨਾਂ ਨੇ ਮੈਨੂੰ ਮੈਂ ਕਹਿੰਦਾ ਬਹੁਤ ਬਣੀ ਮੇਰੇ ਤੇ ਕਿਰਪਾ ਰਹੀ ਮਹਾਰਾਜ ਦੀ ਕਿ ਮੈਂ ਉਸ ਪ੍ਰੈਸ਼ਰ ਵਿੱਚੋਂ ਮੈਂ ਆਪਣੇ ਆਪ ਨੂੰ ਬਚਾ ਕੇ ਰੱਖ ਸਕਿਆ ਮੈਂ ਇਸ ਗੱਲੋਂ ਲੱਕੀ ਸੀਗਾ ਤਾ ਪ੍ਰੋਫੈਸਰ ਪੋਲਰ ਦੀ ਐਸਾਂ ਜੋ ਵੀ ਕਿਸਮਤੀ ਮਾਰ ਲਾ ਲੋ ਵਿਚਾਰੇ ਨੂੰ ਕਿ ਉਹ ਪ੍ਰੈਸ਼ਰ ਜਿਹੜਾ ਉਹਦਾ ਭਾਰੂ ਹੋ ਗਿਆ ਉਸ ਤੇ ਜਿਹੜਾ ਵੀ ਇੰਨਾ ਇਕੱਲਾ ਪੰਸੀ ਉੱਥੇ ਕਿ ਜਿਹੜੀਆਂ ਦੀਵਾਰਾਂ ਨੇ ਤੇ ਕੋ ਮੁਲਾਜ਼ਮ ਜਿਹੜੇ ਤਾਮਿਲਨਾਡੂ ਫੋਰਸ ਵਾਲੇ ਉਹਨਾਂ ਦੀ ਠੱਕ ਠੱਕ ਤੋਂ ਵੀ ਨਾ ਉੱਥੇ ਕੁਝ ਵੀ ਨਾ ਕੋਰ ਸੁਣਾਈ ਦਿੰਦਾ ਇੱਕ ਪੀਲੇ ਰੰਗ ਦੀ ਸੜੀ ਹੋਈ ਗੰਦੀ ਕਲੀ ਦੀਆਂ ਮਤਲਬ ਦੀਵਾਰਾਂ ਦੇਖਣ ਤੋਂ ਵੀ ਨਾ ਉੱਥੇ ਬੰਦੇ ਕੋਲ ਕੋਈ ਕੰਮ ਨਹੀਂ ਹੁੰਦਾ ਸੀ ਬਿਲਕੁਲ ਬਿਲਕੁਲ ਬਹੁਤ ਜਿਹੜਾ ਇੱਕ ਜਿਹੜਾ ਔਰਾ ਵਾ ਇਨਸਾਨ ਨੂੰ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪ੍ਰਭਾਵਿਤ ਕਰਦਾ ਠੀਕ ਹੈ ਗੱਲ ਅੱਛਾ ਕਰਮਜੀਤ ਜੀ ਇਹ ਜਿਹੜਾ ਅਸੈਸੀਨੇਸ਼ਨ ਹੋਈ ਹੈ ਰਾਜੀਵ ગાંધી ਦੀ ਤੁਸੀਂ ਉਦੋਂ ਤੁਹਾਨੂੰ ਯਾਦ ਹੈ ਤੁਸੀਂ ਉਦੋਂ ਪੰਜਾਬ ਦੇ ਵਿੱਚ ਸੀਗੇ ਤੁਸੀਂ ਉਹਨੂੰ ਦਿੱਲੀ ਦੇ ਵਿੱਚ ਸੀਗੇ ਮੈਂ ਦਿੱਲੀ ਸੀਗਾ ਉਸ ਵੇਲੇ ਹੂੰ ਤਾਂ ਮੈਂ ਪਹਿਲੇ ਵੀ ਦੱਸਿਆ ਜਿਵੇਂ ਇੱਕ ਦੋ ਇੰਟਰਵਿਊਜ਼ ਦੇ ਵਿੱਚ ਕਿ ਮੈਂ ਯਾਦ ਹੈ ਕਿ ਮੈਂ ਸਟੱਡੀ ਕਰ ਰਿਆ ਸੀ ਉਸ ਵੇਲੇ ਐਗਜ਼ਾਮ ਦੇ ਵਿੱਚ ਸਟੱਡੀ ਕਰਦੇ ਕਰਦੇ ਮੇਰੇ ਕੋਲ ਇੱਕ ਦੇਸੀ ਜਿਹਾ ਰੇਡੀਓ ਸੀਗਾ ਕੋਰਟ ਨੇ ਮੈਨੂੰ ਰੇਡੀਓ ਜਿਹੜਾ ਰੱਖਣ ਦੀ ਅਲਾਉ ਕਰ ਦਿੱਤੀ ਸੀ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਯਾਦ ਹੈ ਤਾਂ ਰੇਡੀਓ ਦੇ ਚੱਲਦਾ ਚੱਲਦਾ ਮੇਰੇ ਕੋਲ ਚੱਲਦਾ ਰਹਿ ਗਿਆ ਕਿਤੇ ਬੇਵਧ ਭਾਰਤੀ ਦੇ ਉਹ ਚੁਟਕਲੇ ਜਿਹੇ ਸੀਗਾ ਮੈਂ ਉਹ ਸੁਣਦਾ ਸੁਣਦਾ ਕਿਤੇ ਮੇਰੀ ਅੱਖ ਲੱਗ ਗਈ 11:00 ਵਜੇ ਦਾ ਟਾਈਮ ਸੀਗਾ 11:30 12:00 ਵਜੇ ਰਾਤ ਦਾ ਟਾਈਮ ਸੀਗਾ ਤਾਂ ਮੈਂ ਜਿਹੜਾ ਉਹ ਸੁੰਦੇ ਸੁੰਦੇ ਮੇਰੀ ਅੱਖ ਲੱਗ ਗਈ ਜਦੋਂ ਮੈਂ ਅਚਾਨਕ ਦੇਖਿਆ ਕਿ ਮੇਰਾ ਰੇਡੀਓ ਚੱਲਦਾ ਰਹਿ ਗਿਆ ਤਾਂ ਮੈਂ ਬੰਦ ਕਰਨ ਨੂੰ ਹਲੇ ਸੋਚ ਮੈਂ ਬੰਦ ਹੀ ਕਰਨ ਲੱਗਾ ਤਾਂ ਉਹ ਜਿਹੜਾ ਅਲਾਉਸਮੈਂਟ ਕਰਦਾ ਜਿਹੜਾ ਰੇਡੀਓ ਵਾਲਾ ਕਿ ਇਹ ਦੁੱਖ ਸੇ ਇਹ ਖਬਰ ਬੜੇ ਖੇਦ ਕੇ ਸਾਹ ਦੇਣੀ ਪੜ ਰਹੀ ਹੈ ਤਾਂ ਮੈਂ ਇੱਕੋ ਦਮ ਮਨ ਨੂੰ ਰਿਐਕਟ ਕਰਦੇ ਹੋਏ ਜਿਵੇਂ ਮਨ ਦੇ ਬਲਬਲਾ ਹੁੰਦਾ ਉਹਨੂੰ ਪ੍ਰਗਟ ਕਰਦੇ ਹੋਏ ਮੈਂ ਇਹ ਆਵਾਜ਼ ਦਿੱਤੀ ਕਿ ਪਰਮਾਤਮਾ ਕਰੇ ਸਾਲਾ ਰਜੀਵ ਗਾਂਧੀ ਮਰ ਗਿਆ ਹੋਵੇ ਤਾਂ ਉਹ ਸੱਚਮੁੱਚ ਉਹ ਮਤਲਬ ਜਦੋਂ ਆਇਆ ਤਾਂ ਮੈਨੂੰ ਉਹ ਕਹਿੰਦਾ ਇਹ ਬੜੇ ਖਵਸ ਖੇਤ ਕੇ ਸਾਥ ਦੇ ਰਿਹਾ ਹੈ ਕਿ ਰਜੀਵ ਗਾਂਧੀ ਸਰੀਰ ਪੇਰੋਂ ਮੁਹੰਮਦ ਮਾਕੇਵੇਂ ਮਾਰੇ ਗਿਆ ਮੈਂ ਆਪਣੇ ਨੂੰ ਸੋਚਿਆ ਕਿ ਮੈਨੂੰ ਕਿਸ ਸੁਪਨਾ ਆਇਆ ਮੈਂ ਆਪਣੇ ਚੁੰਡੀਆ ਦੇ ਵੱਡੇ ਸਰੀਰ ਨੂੰ ਹਿਲਾਜ ਲਾ ਕੇ ਦੇਖਿਆ ਤਾਂ ਮੈਂ ਸੋਚਿਆ ਕਿ ਵਾਕਈ ਸਹੀ ਲੱਗਦੀ ਆ ਪਰ ਉਹਦੀ ਜਿਹੜੀ ਐ ਇਸ ਗੱਲ ਤੋਂ ਪੁਰਸ਼ੀ ਹੋ ਗਈ ਐ ਜਿਹੜੀ ਇਹਦੀ ਸਚਾਈ ਦਾ ਕਿ ਉਹਨਾਂ ਨੇ ਮਿਊਜ਼ਿਕ ਬੰਦ ਕਰਕੇ ਜਿਹੜਾ ਵਿਧੁਪਾਤੀ ਦਾ ਉਹ ਸੋਰੋਫਲ ਜਿਹੜੀ ਸਹਿਨਾਈ ਦੀ ਸੀ ਉਹ ਵਜਾਣੀ ਸ਼ੁਰੂ ਕਰ ਦਿੱਤੇ ਤਾਂ ਮੈਂ ਬਾਹਰ ਜਿਹੜੇ ਤਾਮਿਲ ਲੱਡੂ ਫੋਰਸ ਦੇ ਜਿਹੜੇ ਬੰਦੇ ਜਿਹੜੇ ਮੇਰੇ ਦੇ এমਪਲਾਈਡ ਸੀਗੇ ਫੋਰਸ ਉਹਨਾਂ ਨੂੰ ਮੈਂ ਆਖਿਆ ਕਿ ਤੁਹਾਡੇ ਤਾਮਿਲ ਲੱਡੂ ਦੇ ਵਿੱਚ ਇਸ ਤਰ੍ਹਾਂ ਕਰਕੇ ਦੀ ਜੀ ਕਹਿੰਦੀ ਬੰਬ ਧਮਾਕੇ ਜਮਾਰੇਗਾ ਤੇ ਇਸ ਤਰ੍ਹਾਂ ਕਰਦੇ ਉਹਨਾਂ ਨੂੰ ਇੰਗਲਿਸ਼ ਚ ਮੈਂ ਗੱਲ ਕੀਤੀ ਤਾਂ ਉਹ ਕਹਿੰਦੇ 베بی 베بی ਕੂਲ ਡਾਊਨ ਕੂਲ ਡਾਊਨ ਉਹਨਾਂ ਨੇ ਐਸੀ ਵੀ ਸਸ ਸੁਪਨਾ ਦੇਖ ਲਿਆ ਇਸ ਨੇ ਉਦੋਂ ਤੁਸੀਂ ਸਿੱਖੀ ਸਰੂਪ ਦੇ ਵਿੱਚ ਆ ਗਏ ਸੀ ਵਾਪਸ ਹਾਂ ਹਾਂ ਬਿਲਕੁਲ ਜੀ ਮੈਂ ਉਦੋਂ ਕਿਉਂਕਿ ਇਹਨੂੰ ਨਾ ਕਈ ਲਸਾਈ ਕਈ ਸਾਲ ਲੰਘਿਆ ਮੈਂ ਉਦੋਂ ਮਤਲਬ ਡਿਊਰਿੰਗ ਜਿਹੜਾ ਕਸਟਡੀ ਦੇ ਵਿੱਚ ਮੈਨੂੰ ਯਾਦ ਹੈ ਜਿਸ ਵੇਲੇ ਮੈਨੂੰ ਜੱਜ ਦੇ ਮੂਹਰੇ ਪੇਸ਼ ਕੀਤਾ ਤਾਂ ਉਦੋਂ ਮੇਰੇ ਜਿਹੜੇ ਬਾਲ ਦਾੜੀ ਕਾਫੀ ਵੱਡੇ ਵੱਡੇ ਹੋ ਚੁੱਕੇ ਸੀ ਤਾਂ ਜੱਜ ਨੇ ਉਹਨਾਂ ਨੂੰ ਛਿੜਕਿਆ ਕਹਿੰਦਾ ਵੀ ਤੁਸੀਂ ਇਹਦੀ ਬੰਦੇ ਦੀ ਸ਼ੇਵ ਨਹੀਂ ਕਰਾਏ ਕਹਿੰਦਾ ਇਹ ਕਹੇ ਜੀ ਹਾਲਤ ਦੇ ਚ ਮੇਰੇ ਕੋਲ ਪੇਸ਼ ਕਰ ਰਹੇ ਹੋ ਇਹਨੂੰ ਇਹਨੂੰ ਸ਼ੇਵ ਕਿਉਂ ਨਹੀਂ ਕਰਾ ਕੇ ਲੈਤੇ ਸੀ ਉਹ ਕਹਿੰਦੇ ਨਹੀਂ ਸਰਦਾਰ ਆਹੇ ਕਹਿੰਦੇ ਅੱਛਾ ਅੱਛਾ ਸੌਰੀ ਸੌਰੀ ਮੈਨੂੰ ਕਹਿੰਦਾ ਜੱਜ ਮੈਨੂੰ ਬੋਲੋ ਅੱਛਾ ਤੁਸੀਂ ਜਿਸ ਦੌਰਾਨ ਤੁਸੀਂ ਇੰਨਾ ਲੰਮਾ ਸਮਾਂ ਉੱਥੇ ਜੇਲ੍ਹਾਂ ਦੇ ਵਿੱਚ ਰਹੇ ਹੋ ਤੁਹਾਡੀ ਕਸਟਡੀ ਰਹੀ ਹੈ ਜੁਡੀਸ਼ੀਅਲ ਵੀ ਰਹੀ ਹੈ ਤੁਹਾਡਾ ਰਿਮਾਂਡ ਵੀ ਲਿਆ ਗਿਆ ਇੱਥੋਂ ਪੰਜਾਬ ਤੋਂ ਲੋਕਾਂ ਨੇ ਚਾਹੇ ਸਾਥ ਦਿੱਤਾ ਹੋ ਕਿਸੇ ਦੇ ਵੱਲੋਂ ਕੋਈ ਪਹੁੰਚ ਕੀਤੀ ਕਿ ਕਿਸੇ ਲੀਡਰ ਦੇ ਵੱਲੋਂ ਜਾਂ ਕਿਸੇ ਜੱਥੇਬੰਦੀ ਦੇ ਵੱਲੋਂ ਨਹੀਂ ਮੈ ਮੈਨੂੰ ਤੇ ਕਾਲਪੁਰਖ ਦੀ ਮੇਰੇ ਖਾਲ ਮੇਰੇ ਦਸ਼ਮੇਸ਼ ਪਿਤਾ ਦੀ ਮੇਰੀ ਪ੍ਰੀਖਿਆ ਜ਼ਰੂਰ ਲਈ ਮੇਰੇ ਉਸ ਤੋਂ ਬਿਨਾ ਮੇਰੇ ਲਈ ਕੋਈ ਨਹੀਂ ਬੋੜਾ ਕਿਸੇ ਕਿਸੇ ਨੇ ਨਹੀਂ ਨਹੀਂ ਕੋਈ ਨਹੀਂ ਬੋੜਾ ਮੇਰੇ ਲਈ ਕੋਈ ਨਹੀਂ ਬੋੜਿਆ ਬਸ ਜਿਸ ਵੇਲੇ ਮੇਰੀ ਰਿਹਾਈ ਸੀਗੀ ਉਸ ਵੇਲੇ ਉਸ ਸਪੋਕਸਮੈਨ ਮੈਗਜ਼ੀਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਗਜ਼ੀਨ ਦੇ ਵਿੱਚ ਮੇਰੀ ਲਾਈਫ ਸ਼ਾਫ ਕੇ ਮੇਰੇ ਲਈ ਇੱਕ ਸੰਜੀਵਨੀ ਬੂਟੀ ਦਾ ਕੰਮ ਕੀਤਾ ਸਪੋਕਸਮੈਨ ਲਾਈਫ ਅਗਰ ਮੇਰੀ ਮੈਗਜ਼ੀਨ ਦੇ ਵਿੱਚ ਲਾਈਫ ਨਾ ਆਉਂਦਾ ਤਾਂ ਮੈਂ ਮਤਲਬ ਇਹ ਨਹੀਂ ਪਤਾ ਕਿਹੜੀ ਜੇਲਾਂ ਦੇ ਵਿੱਚ ਰੁਲ ਜਾਣਾ ਸੀ ਮੇਰੇ ਲਈ ਕਿਸੇ ਵਕੀਲ ਦਾ ਪ੍ਰਬੰਧ ਨਹੀਂ ਹੋਣਾ ਸੀ ਹੂੰ ਤਾਂ ਉਹ ਜਿਹੜਾ ਮੇਰਾ 2.3 ਲੱਖ ਰੁਪਏ ਜਿਹੜਾ ਫੰਡ ਆਇਆ ਸੀਗਾ ਉਹ ਸਪੋਕਸਮੈਨ ਦੀ ਮਤਲਬ ਕਿਰਪਾ ਸਦਕਾ ਆਇਆ ਸਪੋਕਸਮੈਨ ਜਿਹੜਾ ਮੈਗਜ਼ੀਨ ਸੀ ਮੈਂ ਉਹਦਾ ساری ਉਮਰ ਰਿਣੀ ਰਹਾਂਗਾ ਉਹਨਾਂ ਦਾ ਸਰਦਾਰ ਜੀ ਦਾ ਜਿਨ੍ਹਾਂ ਨੇ ਮੇਰੀ ਉਹ ਲਾਈਫ ਛਾ ਕੇ ਸੰਗਤ ਦੇ ਸਾਹਮਣੇ ਮੈਨੂੰ ਰੂਪ ਰੂਪੇਸ਼ ਕੀਤਾ ਤੁਸੀਂ ਤੁਸੀਂ ਹੁਣ ਹੁਣ ਲਾਈਫ ਦੇ ਵਿੱਚ ਸਥਾਪਤ ਹੋ ਇਹ ਵੀ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਆਪਣਾ ਸਕੂਲ ਚਲਾਉਂਦੇ ਨੇ ਔਰ ਬਹੁਤ ਵਧੀਆ ਸਟਰੈਂਥ ਹੈ ਬੱਚਿਆਂ ਦੀ ਔਰ ਖਾਸ ਗੱਲ ਇੱਕ ਇਹ ਵੀ ਪੱਖ ਹੈ ਕਰਮਜੀਤ ਜੀ ਦਾ ਕਿ ਫਰੀ ਪੜਾਈ ਵੀ ਕਰਾਉਂਦੇ ਨੇ ਬੱਚਿਆਂ ਨੂੰ ਜਿਹੜੇ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਹੈ ਉਹਨਾਂ ਨੂੰ ਨੋਮੀਨਲ ਜੀ ਫੀਸ ਲੈ ਕੇ ਵੀ ਕਰਵਾਉਂਦੇ ਨੇ ਕਿਉਂਕਿ ਆਪਣੀ ਮਿਹਨਤ ਦੇ ਨਾਲ ਸਟੈਂਡ ਹੋਏ ਨੇ ਔਰ ਇਸ ਤਰ੍ਹਾਂ ਦੀ ਲਾਈਫ ਤੋਂ ਵਿੱਚੋਂ ਨਿਕਲ ਕੇ ਫਿਰ ਮੁਖਤਾਰਾ ਦੇ ਵਿੱਚ ਸ਼ਾਮਲ ਹੋਣਾ ਕਈ ਲੋਕਾਂ ਨੂੰ ਰੋਜ਼ਗਾਰ ਦੇਣਾ ਇਹ ਬਹੁਤ ਇਹਨਾਂ ਦਾ ਇੱਕ ਵਧੀਆ ਇੱਕ ਪੱਖ ਹੈਗਾ ਇਹ ਵੀ ਇੱਕ ਚੰਗੀ ਗੱਲ ਹੈ ਤੁਹਾਡੀ ਲਾਈਫ ਮੋਟੀਵੇਟ ਵੀ ਕਰਦੀ ਹੈ ਬਹੁਤ ਲੋਕਾਂ ਨੂੰ ਬਹੁਤ ਲੋਕ ਇਸ ਦੇ ਉੱਤੇ ਸਵਾਲ ਵੀ ਬਹੁਤ ਚੱਕਦੇ ਹੋਣਗੇ ਉਹ ਵੀ ਆਪਣੀ ਥਾਂ ਤੇ ਠੀਕ ਮੰਨੇ ਜਾ ਸਕਦੇ ਨੇ ਪਰ ਮੋਟੀਵੇਟ ਬਹੁਤ ਕਰਦੀ ਹੈ ਲੋਕਲ ਵਿੱਚ ਪਰੇਸ਼ਾਨੀ ਬਹੁਤ ਹੈ ਲੋਕ ਪਰੇਸ਼ਾਨ ਵੀ ਬਹੁਤ ਨੇ ਕਿਸ ਤਰ੍ਹਾਂ ਦੇਖਦੇ ਹੋ ਮੌਜੂਦਾ ਸਮਾਜ ਨੂੰ ਕਿਉਂਕਿ ਹੁਣ ਤੁਸੀਂ ਸਥਾਪਿਤ ਹੋ ਚੁੱਕੇ ਹੋ ਜੀ ਮੈਂ ਸਮਝਦਾ ਕਿ ਇਸ ਵੇਲੇ ਸਾਨੂੰ ਜਵਾਨੀ ਤੇ ਇੱਕੋ ਚੀਜ਼ ਦੀ ਘਾਟ ਰਹੀ ਹੈ ਪੰਜਾਬ ਦੇ ਵਿੱਚ ਉਹ ਅਸੀਂ ਐਜੂਕੇਸ਼ਨ ਦੀ ਹੂੰ ਬਦਕਿਸਮਤੀ ਇਹ ਹੈ ਕਿ ਪੰਜਾਬ ਦੀ ਐਜੂਕੇਸ਼ਨ ਦੀ ਕੁਆਲਿਟੀ ਜਾਣ ਬੁੱਝ ਕੇ ਇੱਕ ਐਸਾ ਜੋ ਸੋਚੀ ਸਮਝੀ ਦਿਨ ਦੇ ਦਿਨ ਉਹਦੀ ਕੁਆਲਿਟੀ ਜਿਹੜੀ ਹੈ ਹੂੰ ਉਹ ਡਾਊਨ ਕੀਤੀ ਜਾ ਰਹੀ ਹੈ ਪੰਜਾਬੀ ਨੂੰ ਪੰਜਾਬੀ ਦੇ ਮੁਕਾਬਲੇ ਬਿਹਾਰੀ ਬੱਚੇ ਨੇ ਉਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਹੂੰ ਪੰਜਾਬੀ ਬੱਚੇ ਨੂੰ ਇਸ ਤਰ੍ਹਾਂ ਦਾ ਗਲੂਕੋਸ ਲਗਾਇਆ ਜਾ ਰਿਹਾ ਕਿ ਮਿਹਨਤ ਨਾ ਕਰੇ ਹੋ ਉਹ ਕੋਈ ਤਿਆਰ ਕੀਤਾ ਹੋਇਆ ਮਸਾਲਾ ਨਕਲ-ਨਕਲ ਮਾਰ ਕੇ ਪਾਸ ਕਰਕੇ ਇੱਧਰ-ਉੱਧਰ ਇਕੱਠਾ ਕਰਕੇ ਬੈਹ ਜਿਗਾੜ ਕਰਕੇ ਬਾਹਰ ਚਲਾ ਜਾਵੇ ਜਾਂ ਕੁਝ ਹੋਰ ਕਰ ਲਵੇ ਅੱਛਾ ਇੱਕ ਇੱਕ ਮਿੰਟ ਤੁਹਾਡੇ ਤੋਂ ਮੈਂ ਇਹ ਵੀ ਚਾਹਨਾ ਵਾਂ ਅੱਜ ਕੱਲ ਦੇ ਗੀਤ ਤੁਸੀਂ ਸੁਣਦੇ ਹੋ ਕੋਈ ਗੀਤ ਕਿਉਂਕਿ ਜਿਹੜੀ ਤੁਹਾਡੀ ਲਾਈਫ ਰਹੀ ਹੈ ਅੱਜ ਕੱਲ ਗੀਤਾਂ ਦੇ ਵਿੱਚ ਇਹ ਸਭ ਕੁਝ ਦਿਖਾਇਆ ਜਾਂਦਾ ਕਿ ਇੱਕ ਬੰਦਾ ਐ ਕਰ ਦਿੰਦਾ ਤੁਸੀਂ ਤਾਂ ਸਭ ਕੁਝ ਉਹ ਕੀਤਾ ਔਰ ਇਸ ਇੱਕ ਹਾਈ ਲੈਵਲ ਦੇ ਉੱਤੇ ਕੀਤਾ ਕਿ ਮਨ ਲੱਗਦਾ ਕਿ ਸਰਕਾਰਾਂ ਹਲਾ ਕੇ ਰੱਖ ਦਿੱਤੀਆਂ ਚਾਹੇ ਉਹ ਸੁਰੱਖਿਆ ਏਜੰਸੀਆਂ ਸੀਗੇ ਇਹ ਸਭ ਕੁਝ ਪਰ ਅੱਜਕੱਲ ਦੇ ਜਿਹੜੇ ਗੀਤ ਸੁਣਨਦੇ ਉਹਨਾਂ ਤੋਂ ਕਿਵੇਂ ਲੱਗਦਾ ਕਿ ਨੌਜਵਾਨੀ ਨੂੰ ਇਹ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਬਿਲਕੁਲ ਜਿਹੜੇ ਪ੍ਰਭਾਵਤ ਗਏ ਨੌਜਵਾਨ ਨੂੰ ਜਾਣ ਬੁੱਝ ਕੇ ਇਥਾਂ ਨੂੰ ਦੱਸਿਆ ਵੀ ਸਾਡੇ ਤੇ ਜਿਹੜਾ ਸਹਿਤਕ ਹਮਲਾ ਕੀਤਾ ਜਾ ਰਿਹਾ ਸਾਡੇ ਤੇ ਜਿਹੜਾ ਮਿਊਜ਼ੀਕਲ ਹਮਲਾ ਕੀਤਾ ਜਾ ਰਿਹਾ ਸਾਡੀਆਂ ਜਿਹੜੀਆਂ ਵਿਰਾਸਤਾਂ ਨੇ ਉਹਨਾਂ ਨੂੰ ਢਾਈ ਢੇਰੀ ਕਰਕੇ ਮਲਿਆ ਮੇਟ ਕੀਤਾ ਜਾ ਰਿਹਾ ਸਾਡਾ ਮਤਲਬ ਨਾਮੋ ਨਿਸ਼ਾਨ ਹਰ ਕਲਚਰ ਦਾ ਹਰ ਇੱਕ ਚੀਜ਼ ਨਾਲ ਲਿੰਕੜ ਸਾਡਾ ਜਿਹੜਾ ਨਾਮੋ ਨਿਸ਼ਾਨ ਮਿਟਾਇਆ ਜਾ ਰਿਹਾ ਤਾਂ ਜੋ ਸਿੱਖੀ ਦੀ ਹੋਂਦ ਨੂੰ ਲੋਕ ਲੋਕੇ ਪੁੱਛਣ ਵੀ ਸਿੱਖੀ ਦਾ ਕੋਈ ਸਬੂਤਾ ਦਿਓ ਸਿੱਖੀ ਹ ਵੀ ਉਹ ਹਰੀ ਜੀਤੇ ਅਟੈਕ ਕੀਤਾ ਜਾਵੇ ਜਿਹੜੀ ਸਿੱਖੀ ਨੂੰ ਪਰਫੁੱਲਤ ਕਰਦੀ ਹੈ ਇਥੋਂ ਤੱਕ ਕਿ ਪੰਜਾਬੀ ਬੋਲਦੇ ਜਿਹੜੇ ਸਕੂਲ ਨੇ ਪੰਜਾਬੀ ਚਾਹੇ ਹਾਲਾਂਕਿ ਮੈਨੂੰ ਪਤਾ ਕਿ ਮੈਂ ਇੰਗਲਿਸ਼ ਮੀਡੀਆ ਦਾ ਸਕੂਲ ਹੈ ਮੇਰਾ ਪਰ ਇਹਨਾਂ ਸਕੂਲਾਂ ਨੂੰ ਇਹ ਜਿਹੜੇ ਇਹ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ CBSE ਸਕੂਲ ਜਾਦਾ ਵੈਟਰ ਨੇ ਉਹ ਕਿਉਂ ਵੈਟਰ ਨੇ ਕਿਉਂਕਿ ਇਹ ਪੰਜਾਬ ਦਾ ਹਰ ਇੱਕ ਬੱਚਾ ਜਿਹੜਾ ਉਹ ਪੰਜਾਬੀ ਕਲਚਰ ਤੋਂ ਦੂਰ ਜਾ ਕੇ ਕਈ ਕਈ ਸਕੂਲਾਂ ਦਾ ਹਿੰਦੀ ਮੀਡੀਆ ਵਿੱਚ ਹੀ ਨਹੀਂ ਮਿਲਦੀ ਕਈ ਸਕੂਲਾਂ ਦੇ ਵਿੱਚ ਫਾਈਨ ਹੈ ਪੰਜਾਬੀ ਬੋਲਣ ਦੇ ਉੱਤੇ ਕੀਚਨ ਲਗਾਉਂਦੀਆਂ ਨੇ ਬੱਚੇ ਦੇ ਉੱਤੇ ਬਿਲਕੁਲ ਬਿਲਕੁਲ ਉਹ ਇੱਕ ਸੋਚੀ ਸਮਝੀ ਸਾਦ ਦੇ ਦੀ ਨਾ ਜਦੋਂ ਕਿ ਇਹ ਸਿਲੇਬਸ ਦੇਖੋ ਬਰਾਬਰ ਹੈ ਦੋਨਾਂ ਦਾ ਪੰਜਾਬ ਬੋਰਡ ਦਾ ਵੀ CBSE ਦਾ ਤਾਂ ਪੱਤੇ ਪੱਤੇ ਉਤੇ CBSE ਸਕ ਇੱਕ ਅਨਸੈਸਰੀ ਲੋਕਾਂ ਦੇ ਆਰਥਿਕ ਬਜਨ ਵੀ ਪਾਇਆ ਜਾ ਰਿਹਾ ਦੋਹਰੀ ਲੁੱਟ ਹੋ ਰਹੀ ਹੈ ਸਾਡੇ ਲਿਟਰੇਚਰ ਦੀ ਲੁੱਟ ਹੋ ਰਹੀ ਹੈ ਉਹਦੇ ਨਾਲ ਉਹਦੇ ਨਾਲ ਸਾਡੇ ਪੈਸੇ ਦੀ ਲੁੱਟ ਹੋ ਰਹੀ ਹੈ ਬਿਲਕੁਲ ਅੱਛਾ ਇੱਕ ਇੱਕ ਇਹ ਵੀ ਸਵਾਲ ਹੈ ਕੁਝ ਆਖਰੀ ਸਵਾਲ ਨੇ ਮੇਰੇ ਤੁਸੀਂ ਕੌਮ ਦੇ ਲਈ ਇਹ ਇਹ ਸਟੈਪ ਚੱਕਿਆ ਸੀ ਆਪਣਾ ਰਿਵੋਲਟ ਦਿਖਾਇਆ ਸੀ ਕਿ ਪੰਜਾਬੀ ਇਸ ਤਰ੍ਹਾਂ ਵੀ ਕਰ ਸਕਦੇ ਨੇ ਜਿਵੇਂ ਤੁਸੀਂ ਦੱਸਿਆ ਕਿ ਇੱਕ ਪੱਤਾ ਵੀ ਜੇ ਹਿੱਲਦਾ ਤਾਂ ਪੰਜਾਬੀ ਉਹਦੇ ਉੱਤੇ ਰਿਐਕਟ ਕਰਦਾ ਜ਼ਰੂਰ ਕਰਦਾ ਔਰ ਹੁਣ ਦੇਖਦੇ ਹੋ ਕਿ ਕੌਮ ਦੀ ਅਗਵਾਈ ਸਹੀ ਹੱਥਾਂ ਦੇ ਵਿੱਚ ਹੈ ਸਹੀ ਹੋ ਰਿਹਾ ਸਭ ਕੁਝ ਅਸੀਂ ਕਿਸੇ ਅਕਾਲੀ ਕਾਂਗਰਸੀ ਆ ਆਪ ਦੇ ਸਮਰਥਕ ਨਹੀਂ ਨਾ ਅਸੀਂ ਕਿਸੇ ਉੱਤੇ ਕੋਈ ਇਸ ਤਰ੍ਹਾਂ ਦਾ ਕੋਈ ਤਵਾ ਲਾਉਣਾ ਚਾਹੁੰਦੇ ਆ ਇੱਕ ਜਰਨਲ ਮੈਂ ਤੁਹਾਡੇ ਤੋਂ ਪੁੱਛ ਰਿਹਾ ਤੁਸੀਂ ਆਪਣੀ ਸੋਚ ਦੇ ਹਿਸਾਬ ਨਾਲ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਤੁਹਾਡੀ ਲਾਈਫ ਬਹੁਤ ਜ਼ਿਆਦਾ ਸਮਰਪਿਤ ਰਹੀ ਹੈ ਇਹਨਾਂ ਸਭ ਚੀਜ਼ਾਂ ਨੂੰ ਮੈਂ ਸਮਝਦਾ ਕਿ ਅਸੀਂ ਸੰਤ ਭਿੰਡਰਾ ਵਾਲਿਆਂ ਨੂੰ ਖੋ ਕੇ ਇੱਕ ਇਤਿਹਾਸਿਕ ਗਲਤੀ ਕਰ ਲਈ ਹੈ ਜਦੋਂ ਤੱਕ ਉਹਦਾ ਜਿਹੜਾ ਪਾੜਾ ਘਟਦਾ ਨਹੀਂ ਕੌਮ ਦੇ ਵਿੱਚ ਉਹਦਾ ਜਿਹੜਾ ਖੱਪਾ ਜਿਹੜਾ ਉਹਦੇ ਜਾਨ ਦੀ ਘਾਟ ਹੈ ਉਹ ਪੂਰੀ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਸਾਡੀ ਕੌਮ ਨੂੰ ਕੋਈ ਅਗਵਾਈ ਦੇ ਸਕਦਾ ਤੁਸੀਂ ਤੁਸੀਂ ਕਦੀ ਮਿਲੇ ਉਹਨਾਂ ਨੂੰ ਨਹੀਂ ਉਹਨਾਂ ਦੇ ਮੈਂ ਦਰਸ਼ਨ ਨਹੀਂ ਕੀਤੇ ਮੈਂ ਉਹਨਾਂ ਦੀਆਂ ਜਿਹੜੀਆਂ ਤਾਰੀਫਾਂ ਸੁਣੀਆਂ ਨੇ ਮੈਂ ਬਦਕਿਸਮਤੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਜਿਉਂਦੇ ਜਿਉਂਦੇ ਦਰਸ਼ਨ ਨਹੀਂ ਕਰ ਸਕਿਆ ਪਰ ਮੈਨੂੰ ਉਹਨਾਂ ਦੇ ਹیثیت ਦਾ ਮਤਲਬ ਜਿਹੜੇ ਉਹਨਾਂ ਦੀ ਲਿਟਰੇਚਰ ਪੜਨ ਤੋਂ ਪਤਾ ਲੱਗਿਆ ਕਿ ਅੰਦਾਜ਼ਾ ਲੱਗਿਆ ਉਹਨਾਂ ਦੀ ਸ਼ਖਸੀਅਤ ਬਿਲਕੁਲ ਵਾਕਈ ਉਹ ਇੱਕ ਬਿਕਾਊ ਲੀਡਰ ਨਹੀਂ ਸੀ ਹਮਮ ਔਰ ਉਹ ਉਹ ਕਮੀਆਂ ਜਿਹੜੀਆਂ ਜਿਨ੍ਹਾਂ ਨੂੰ ਵਰਤ ਕੇ ਇਹਨਾਂ ਨੇ ਸਾਡੀ ਕੌਮ ਦਾ ਨਾਮ ਸਮਾਰ ਦਿੱਤਾ ਲੀਡਰਾਂ ਨੇ ਵੀ ਉਹ ਕੁਝ ਬੰਨਾ ਨਹੀਂ ਦੇਣਾ ਚਾਹੁੰਦੇ ਸੀਗੇ ਹਮ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਮੈਨੂੰ ਲੱਗਦਾ ਕਿ ਹੋਣਗੇ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਲੀਡਰ ਜਿਹੜੇ ਸਾਨੂੰ ਅਗਵਾਈ ਕਰਨ ਵਾਲਾ ਕੋਈ ਨਹੀਂ ਹੈ ਜਿਹੜੇ ਅਗਵਾਈ ਕਰਨ ਵਾਲੇ ਨੇ ਉਹਨਾਂ ਨੂੰ ਕੌਮ ਮੋਰੇ ਲਿਆ ਕੇ ਖੁਸ਼ ਵੀ ਨਹੀਂ ਹੈ ਬਿਲਕੁਲ ਅੱਛਾ ਇੱਕ ਢੜਰੀਆਂ ਵਾਲੇ ਦਾ ਵਿਵਾਦ ਲਗਾਤਾਰ ਚੱਲਦਾ ਰਹਿੰਦਾ ਉਹਨਾਂ ਨੂੰ ਕਦੇ ਸੁਣਿਆ ਉਹਨਾਂ ਦੇ ਉੱਤੇ ਕੋਈ ਕਮੈਂਟ ਕਰੋਗੇ ਨਹੀਂ ਮੈਂ ਉਹਦੇ ਵਿੱਚ ਕਮੈਂਟ ਨਹੀਂ ਕਿਉਂਕਿ ਇਹ ਸਾਡੀ ਭਰਾ ਮਾਰੂ ਚੰਗ ਹੈ ਇਹ ਵੀ ਸਰ ਮੈਂ ਸਮਝਦਾ ਕਿ ਏਜੰਸੀਆਂ ਦਾ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਇਹ ਵੀ ਇੱਕ ਜਾਣ ਬੁੱਝ ਕੇ ਪ੍ਰੋਪਗੈਂਡਾ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਸਾਨੂੰ ਜੇ ਕੋਈ ਆਪਸੀ ਜੇ ਸਾਡੇ ਕੋਈ ਮਤਭੇਦ ਹੈਗੇ ਉਹਨਾਂ ਨੂੰ ਸੁਲਝਾ ਲੈਣਾ ਚਾਹੀਦਾ ਪਹਿਲੀ ਗੱਲ ਤਾਂ ਵੀ ਧਰਮ ਦੇ ਨਾਂ ਤੇ ਬਾਦਵੀਂ-ਬਾਦ ਉੱਠਣੀ ਨਹੀਂ ਚਾਹੀਦਾ ਕੋਈ ਹੂੰ ਕਿਉਂਕਿ ਸਿੱਖ ਧਰਮ ਇੱਕ ਜਿਹੜਾ ਸਦਾ ਜਿਹੜਾ ਸਾਇੰਸਟਿਕ ਧਰਮ ਹੈ ਜਿਹਦੇ ਵਿੱਚ ਹਰ ਇੱਕ ਲਈ ਦਰਵਾਜ਼ਾ ਹੈ ਇੱਥੇ ਤੱਕ ਕਿ ਸਾਇੰਸ ਨੂੰ ਵੀ ਚੱਕਰ ਦੇ ਸਕਦਾ ਤਾਂ ਗੁਰੂ ਗ੍ਰੰਥ ਸਾਹਿਬ ਵੀ ਦੇ ਸਕਦਾ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਹਰ ਇੱਕ ਬਾਦ-ਬਿਵਾਦ ਦਾ ਜਵਾਬ ਹੈ ਕਿਉਂਕਿ ਇਹ ਬਾਦ-ਬਿਵਾਦ ਪੈਦਾ ਹੀ ਉਹ ਲੋਕ ਕਰਦੇ ਨੇ ਜਿਹੜੇ ਗੁਰੂ ਨੂੰ ਪੜ੍ਹਦੇ ਨੇ ਪਰ ਉਹਨਾਂ ਤੇ ਅਮਲ ਨਹੀਂ ਕਰਦੇ ਜੇ ਤੁਸੀਂ ਮੈਂ ਸਮਝਦਾ ਵੀ ਮੈਂ ਕਰਮਾ ਵਾਲਾ ਸਮਝਣਾ ਆਪਣੇ ਨੂੰ ਕਿ ਮੈਂ ਗੁਰੂ ਦੇ ਦਰਸ਼ਨ ਕੀਤੇ ਨੇ ਮੈਨੂੰ ਪਤਾ ਹੈ ਕਿ ਗੁਰੂ ਕੋਲ ਕਿਸੇ ਚੀਜ਼ ਦਾ ਜਵਾਬ ਮੰਗ ਲੋ ਸਾਡਾ ਗੁਰੂ ਹਾਜ਼ਰ ਕਰ ਦਏਗਾ ਬਿਲਕੁਲ ਸਾਡੇ ਬਾਦਬੀਆਦ ਉਠਾਉਂਦੇ ਉਹ ਲੋਕ ਨੇ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਨਹੀਂ ਹੈ ਜਿਨ੍ਹਾਂ ਨੇ ਗੁਰੂ ਨਾਲ ਗੱਲਾਂ ਨਹੀਂ ਕੀਤੀਆਂ ਜਿਨ੍ਹਾਂ ਨੇ ਗੁਰੂ ਨਾਲ ਗੱਲਾਂ ਕਰ ਲਈਆਂ ਉਹ ਕਿਸੇ ਨਾਲ ਬਾਦਬੀ ਬਾਦ ਗੁਰੂ ਦੇ ਨਾਮ ਦਾ ਉੱਤੇ ਟਿਰਕ ਟੁਕੜ ਬਾਦਬੀ ਬਾਦ ਪਾਉਣਾ ਪਸੰਦ ਨਹੀਂ ਕਰਦੇ ਬਿਲਕੁਲ ਇੰਨੀ ਕੁ ਸਮਤ ਉਹਨੂੰ ਆ ਜਾਂਦੀ ਹੈ ਹਾਂ ਇੰਨੀ ਕੁ ਸਮਤ ਉਹਨੂੰ ਆ ਜਾਂਦੀ ਹੈ ਠੀਕ ਹੈ ਇਹ ਸੀ ਕਰਮਜੀਤ ਕਰਮਜੀਤ ਜੀ ਤੁਹਾਨੂੰ ਬਹੁਤ ਸਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਔਰ ਮੈਨੂੰ ਲੱਗਦਾ ਕਿ ਲੋਕ ਜੇ ਦੋ ਸੁਣਨਗੇ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਇਸ ਤਰ੍ਹਾਂ ਦੇ ਕੁਝ ਸਮਾਜ ਦੇ ਵਿੱਚ ਸਾਡੇ ਲੋਕ ਵੀ ਹੋਏ ਨੇ ਔਰ ਏਸੀ ਜੀ ਕਰਮਜੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਮਜੀਤ ਸਿੰਘ ਸੁਨਾਮ ਦੇ ਨਾਲ ਗੱਲਬਾਤ ਉਹਨਾਂ ਨੇ ਜੋ ਉਹਨਾਂ ਦੇ ਵੱਲੋਂ ਇੱਕ ਸਟੈਪ ਚੁੱਕਿਆ ਗਿਆ ਸੀ ਉਹ ਚੀਜ਼ ਦੇ ਬਾਰੇ ਅਸੀਂ ਜਾਣਿਆ ਉਹਨਾਂ ਤੋਂ ਕਿ ਕਿਸ ਤਰ੍ਹਾਂ ਸلسلੇਵਾਰ ਕੀਤਾ ਔਰ ਬਹੁਤ ਵਿਵਾਖ رائے ਰੱਖਦੇ ਨੇ ਮੌਜੂਦਾ ਸਮਾਜਿਕ ਮਸਲਿਆਂ ਦੇ ਉੱਤੇ ਆਸ ਕਰਦੇ ਹਾਂ ਤੁਹਾਨੂੰ ਵੀ ਸਾਡੀ ਇਹ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ ਸੰਗਰੂਰ ਤੋਂ ਗਗਨ ਬੇਦੀ ਦੇ ਨਾਲ ਕੈਮਰਾਮੈਨ ਰਾਜਵੰਦ ਟੋਨੀ ਧੰਨਵਾਦ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਸ ਨਾਲ ਜਾਂ ਬਿਨਾ ਆਇਲਸ ਤੋਂ ਇੱਕ ਵਾਰ ਫਲਾਈ ਰੇਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608585 ਤੇ ਥੈਂਕ ਯੂ